ਸਮਹਿ ਅਮਰ ਤੇ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਸਤਗੁਰ ਸਬਦ ਖਮਾਏ ਜਿਨ ਜੀਤੇ ਪੰਜ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਗਤਾਰ ਦੋਹਰਾ ਗਿਰ ਹੰਕਾਰ ਤੇ ਤਰ ਉਤਰ ਸਰਬ ਰੇਨ ਘਰ ਛਾਏ ਉਸ ਨਸੀਤਾਦ ਵਿਕਾਰ ਜੇ ਹੇ ਮਨ ਤਬ ਸੁਖ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਰ ਹੰਕਾਰ ਤੇ ਤਰ ਉਤਰ ਸਰਬ ਰੇਨ ਘਰ ਛਾਏ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਉਤਰਾਰਦ ਧਿਆਏ 27ਵਾਂ ਕਵੀ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ ਦੋਹਰਾ ਗਿਰ ਹੰਕਾਰ ਤੇ ਤਰ ਉਤਰ ਇਕ ਸਿੱਖਿਆ ਦੰਦੇ ਹਨ ਆਪਣੇ ਮਨ ਨੂੰ ਕਿ हे ਮਨਾ ਜੋ ਹੰਕਾਰ ਰੂਪੀ ਪਹਾੜ ਤੇ ਤੂੰ ਚੜਿਆ ਹੋਇਆ ਹੈ ਆਪਣੇ ਆਪ ਨੂੰ ਵੱਡਾ ਮੰਨਣ ਵਾਲਾ ਹੈ ਸਰਬ ਰੇਨ ਸਰਬ ਰੇਨ ਘਰ ਛਾਏ ਤੈਨੂੰ ਚਾਹੀਦਾ ਹੈ हे ਮਨਾ ਕਿ ਸਾਰਿਆਂ ਦੇ ਚਰਨ ਧੂੜ ਬਣ ਕੇ ਚਰਨ ਧੂੜ ਜਿਹੜੀ ਸੰਗਤਾਂ ਦੀ ਹੈ ਉਸ ਦਾ ਹੀ ਘਰ ਪਾਉਣਾ ਕਰ ਮਤਲਬ ਕਿ ਉਸ ਪਹਾੜ ਤੋਂ ਉੱਤਰ ਕਰਕੇ ਹੰਕਾਰ ਰੂਪੀ ਮਾਨ ਨੂੰ ਛੱਡ ਕਰਕੇ ਨਿਮਰਤਾ ਰੂਪੀ ਜੋ ਧੂੜ ਹੈ ਉਹ ਆਪਣੇ ਘਰ ਦੀ ਛਾਂ ਬਣਾਉਣੀ ਕਰ ਮਤਲਬ ਕਿ ਸੰਗਤ ਦੀ ਚਰਣਾ ਦੇ ਜਿਹੜੀ ਸ਼ਰਨ ਨੂੰ ਲੈਣਾ ਕਰ ਉਸਨ ਅਸੀ ਤਾਦ ਬਕਾਰ ਜਿਸ ਕਰਕੇ ਜਿਹੜੇ ਕਿ ਗਰਮੀ ਤੇ ਸਰਦੀ ਹੈ ਵਿਕਾਰਾਂ ਰੂਪੀ ਜੋ ਵਿਕਾਰ ਕਿਦੇ ਠੰਡ ਪਾਉਂਦੇ ਹਨ ਕਿਦੇ ਸਤਾਉਂਦੇ ਹਨ ਉਹ ਵਿਕਾਰਾਂ ਨੂੰ ਦੂਰ ਕਰਨ ਵਾਸਤੇ ਇਹ ਹੀ ਇੱਕ ਤਰੀਕਾ ਹੈ। ਏ ਮਨ ਤਬ ਸੁਖ ਪਾਏ। ਏ ਮਨਾ ਤੂੰ ਤਾਂ ਸੁਖ ਪਾਏਂਗਾ ਜੇ ਤੂੰ ਗੁਰੂ ਦੇ ਸ਼ਰਣ ਲਵੇਂਗਾ, ਵਿਕਾਰਾਂ ਨੂੰ ਛੱਡੇਂਗਾ। ਸੋ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨੂੰ ਲੈ ਕਰਕੇ ਏ ਮਨਾ ਤੂੰ ਆਪਣੇ ਮਾਨ ਦੇ ਜਿਹੜਾ ਮਾਨ ਹੈ ਉਹ ਜਿਹੜਾ ਪਹਾੜ ਰੂਪੀ ਤੋਤ ਉੱਤਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਗਤ ਦੀ ਚਰਣਾ ਦੀ ਧੂੜ ਬਣੇਗਾ ਤਾਹੀ ਤਾਂ ਫੇਰਤ ਨੂੰ ਸੁਖ ਮਿਲੇਗਾ ਸ੍ਰੀ ਬਾਲਾ ਸੁੰਦਰਵਾਚ ਛੋਪਈ ਸ੍ਰੀ ਅੰਗਦ ਸੁਣੀਏ ਇਤਿਹਾਸਾ ਭਾਈ ਬਾਲਾ ਜੀ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਹੇ ਪਾਤਸ਼ਾਹ ਹੁਣ ਇਹ ਇਤਿਹਾਸ ਆਪ ਜੀ ਅੱਗੇ ਸੁਣੋ ਬਹਿਰ ਨਗਰ ਬੈਠੇ ਸੁਖਰਾਸਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੋੜੀ ਸਾਹਿਬ ਵਾਲੇ ਅਸਥਾਨ ਤੇ ਪਹੁੰਚ ਚੁੱਕੇ ਹਨ ਇਮਨਾਬਾਦ ਦੇ ਵਿੱਚ ਸਤਗੁਰੂ ਜੀ ਬਾਹਰ ਬੈਠੇ ਹਨ ਉਥੋ ਪਠਾਨ ਤਹਾ ਕੋ ਰਾਜ ਉਥੋ ਜਿਹੜੇ ਪਠਾਨ ਸਨ ਉਹ ਰਾਜਾ ਬਣੇ ਹੋਏ ਸਨ ਉਹਨਾਂ ਦਾ ਰਾਜ ਇਮਨਾਬਾਦ ਤੇ ਚੱਲਦਾ ਸੀ ਘਰ ਘਰ ਬਹਰ বাজਾਵ ਹੈ ਬਾਜਾ ਉਸ ਵੇਲੇ ਇੱਕ ਬਹੁਤ ਖੁਸ਼ੀ ਵਾਲਾ ਸਮਾਂ ਉਹ ਮਨਾ ਰਹੇ ਸਨ ਇੱਕ ਵੱਡਾ ਜਸ਼ਨ ਹੋ ਰਿਹਾ ਸੀਗਾ ਸ਼ਾਦੀ ਕਿਸੇ ਦੀ ਹੋ ਰਹੀ ਸੀ ਘਰ ਘਰ ਦੇ ਵਿੱਚ ਵਾਜੇ ਖੁਸ਼ੀਆਂ ਵਾਲੇ ਵਜ ਰਹੇ ਸਨ ਅਤੇ ਇੱਕ ਵਿਆਹ ਤਿਸ ਦਿਨ ਪਰਵਾਹ ਹੀ ਬਹੁਤ ਵੱਡਾ ਵਿਆਹ ਦਾ ਸਮਾਗਮ ਉਸ ਪੁਰ ਦੇ ਵਿੱਚ ਇਮਨਾਬਾਦ ਵਿੱਚ ਚੱਲ ਰਿਹਾ ਸੀ ਉਸ ਵੇਲੇ ਕਰਤ ਕੁਲਾਹਲ ਔਰ ਹਰਖਾਹੀ ਬਹੁਤ ਜਿਆਦੇ ਖੁਸ਼ੀਆਂ ਨੂੰ ਮਨਾਉਣ ਵਾਸਤੇ ਬੜੇ ਰੰਗਾ ਬਰੰਗਾ ਦੀਆਂ ਜਿਹੜੀਆਂ ਹਨ ਉਹਨਾਂ ਨੇ ਜਿਹੜਿਆਂ ਹਨ ਆਨੰਦ ਮੌਜ ਉਹਨਾਂ ਨੇ ਮਾਨਨਾ ਕੀਤੇ ਗਾਵ ਹੈ ਨੱਚ ਹੈ ਮੱਚ ਹੈ ਰੰਗਾ ਗੋਂਦੇ ਹਨ ਨੱਚਦੇ ਹਨ ਤੇ ਇੱਕ ਦੂਜੇ ਤੇ ਰੰਗ ਵੀ ਸੜਦੇ ਹਨ ਇਸ ਪ੍ਰਕਾਰ ਕਰਕੇ ਰੰਗ ਬੜੇ ਪ੍ਰਕਾਰ ਦੀਆਂ ਖੁਸ਼ੀਆਂ ਉਹਨਾਂ ਨੇ ਮਨਾਉਣਾ ਕੀਤੀਆਂ ਅਤ ਉਤਸਵ ਮਹਿ ਰਹੇ ਉਮੰਗਾ ਦੇਖੋ ਅਤ ਉਤਸਵ ਇਹ ਜਿਹੜਾ ਉਤਸਵ ਸੈਲੀਬ੍ਰੇਸ਼ਨ ਹੋ ਰਿਹਾ ਹੈ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਸੀਗਾ ਕਹਿੰਦੇ ਉਸ ਕਰਕੇ ਮਹਿ ਰਹੇ ਉਮੰਗਾ ਉਹਦੇ ਵਿੱਚ ਸਾਰਾ ਹੀ ਪੁਰ 임ਨਾਬਾਦ ਦੇ ਸਾਰੇ ਹੀ ਵਸਨੀਕ ਉਸ ਜਿਹੜੇ ਹਨ ਉਤਸ਼ਾਹ ਵਿੱਚ ਆ ਕੇ ਉਤਸਵ ਦੇ ਵਿੱਚ ਰੁੱਝੇ ਹੋਏ ਸਨ ਭੋਖਣ ਬਸਤਰ ਨਵੀਨ ਪਹਿਰ ਕੇ ਸਾਰੇ ਹੀ ਲੋਕਾਂ ਨੇ ਚੰਗੇ ਤੋਂ ਚੰਗੇ ਬਸਤਰ ਕੱਪੜੇ ਪਹਿਨੇ ਹੋਏ ਸਨ ਆਪਣੇ ਘਰ ਦੇ ਜਿੰਨੇ ਵੀ ਗਹਿਣੇ ਸਨ ਉਹ ਸਾਰੇ ਆਪਣੇ ਸਰੀਰ ਤੇ ਪਾ ਲਏ ਕਿਉਂਕਿ ਜਿਹੜੇ ਹਨ ਕੱਪੜੇ ਵੀ ਲੋਕ ਰੱਖਦੇ ਹਨ ਵੀ ਜੋ ਕੋਈ ਉਤਸਵ ਹੋਵੇਗਾ ਤਾਂ ਨਵੇਂ ਕੱਪੜੇ ਪਾਉਣੇ ਹਨ ਨਹੀਂ ਤਾਂ ਘਰ ਵਿੱਚ ਪਾਟੇ ਹੀ ਪਾਈ ਫਿਰਦੇ ਹਨ ਤੇ ਜਿੰਨੇ ਗਹਿਣੇ ਹੁੰਦੇ ਹਨ ਉਹ ਸਾਲ ਭਰ ਦੇ ਵਿੱਚ ਉਹਨਾਂ ਦਾ ਖਿਆਲ ਹੀ ਰੱਖਦੇ ਹਨ ਤੇ ਸਿਰਫ ਇੱਕ ਦੋ ਵਾਰੀ ਪਾਉਣੇ ਹੁੰਦੇ ਹਨ ਉਹ ਵੀ ਦਿਖਾਵੇ ਵਾਸਤੇ ਪਾਉਂਦੇ ਹਨ ਵੀ ਸਾਡੇ ਕੋਲ ਇਹ ਸਾਰੇ ਗਹਿਣੇ ਹਨ ਵੀ ਸਾਡੀ ਵਾਹ ਵਾਹ ਹੋ ਜਾਵੇ ਬਨੇ ਸ਼ੈਲ ਬਹੁਤ ਗਰਭ ਗਹਿਰ ਕੇ ਬਨੇ ਸ਼ੈਲ ਕਹਿਣ ਲੱਗੇ ਇਉਂ ਕਰਕੇ ਜਿਹੜਾ ਹਣ ਬੜੇ ਡੁੰਗੇ ਹੰਕਾਰ ਦੇ ਵਿੱਚ ਸਾਰੇ ਛਾਤੀਆਂ ਤਾਣੀ ਫਰਦੇ ਹਨ ਸ਼ੈਲ ਬਹੁਤ ਸੁੰਦਰ ਰੂਪ ਆਪਣਾ ਬਣਾ ਕੇ ਇੱਕ ਦੂਜੇ ਨੂੰ ਦਿਖਾਉਂਦੇ ਹਨ ਤੇ ਜਿਨ੍ਹਾਂ ਦਾ ਨਹੀਂ ਬਹੁਤਾ ਸੋਨਾ ਉਹ ਛੜਦੇ ਹਨ ਦੂਜਿਆਂ ਨੂੰ ਦੇਖ ਕੇ। ਉਹ ਅਵਲੋਕਤ ਹੈ ਰੰਗ ਤਮਾਸ਼ੇ। ਸੋ ਅਵਲੋਕਤ ਹੈ ਦੇਖਦੇ ਹਨ ਅੱਖਾਂ ਦੇ ਨਾਲ ਆਨੰਦ ਮਾਣਦੇ ਹਨ। ਬੜੇ ਰੰਗ ਤਮਾਸ਼ੇ ਦੇਖਦੇ ਹਨ ਕਿਉਂਕਿ ਇਹ ਖੁਸ਼ੀਆਂ ਵਾਲੇ ਜਿਹੜੇ ਸਮੇਂ ਹੁੰਦੇ ਹਨ ਲੋਕਾਂ ਨੇ ਕੀ ਕਰਨਾ ਹੁੰਦਾ ਹੈ ਆਪ ਵੀ ਸਜਣਾ ਹੁੰਦਾ ਹੈ। ਦੂਜੇ ਸਜੇ ਹੋਏ ਬੰਦਿਆਂ ਨੂੰ ਦੇਖਣਾ ਹੁੰਦਾ ਹੈ। ਸੋ ਲੋਕਾਂ ਨੂੰ ਸਾਰਿਆਂ ਨੂੰ ਉਹ ਜਸ਼ਨ ਨਾਲ ਕੋਈ ਬਹੁਤਾ ਸਰਬੰਧ ਨਹੀਂ ਹੁੰਦਾ। ਉਹ ਇੱਕ ਬਹਾਨਾ ਹੀ ਹੁੰਦਾ ਹੈ। ਤਾ ਕਰਕੇ ਸਾਰੇ ਆਪਣੇ ਨਵੇਂ ਕਪੜੇ ਪਾ ਕੇ ਆ ਜਾਣ ਤੇ ਇੱਕ ਦੂਜੇ ਦੀ ਕੰਪੀਟੀਸ਼ਨ ਦੇ ਵਿੱਚ ਵੱਧ ਤੋਂ ਵੱਧ ਚੰਗੇ ਗਹਿਣੇ ਤੇ ਕਪੜੇ ਪਾਉਣੇ ਹੁੰਦੇ ਹਨ ਅਨੇਕ ਪ੍ਰਕਾਰ ਨੇ ਠੰਨ ਹੈ ਹਾਸੇ ਸੋ ਅਨੇਕ ਪ੍ਰਕਾਰ ਦੇ ਦੇਖੋ ਐਸਾ ਹੋਇਆ ਕਿ ਤਰ੍ਹਾਂ ਤਰ੍ਹਾਂ ਦੇ ਮਖੌਲ ਤਨਤਰਾ ਦੇ ਪ੍ਰੋਗਰਾਮ ਬਣਦੇ ਹਨ ਉੱਥੇ ਹਸ ਹਸ ਮਖੌਲ ਉੱਥੇ ਚੱਲ ਰਿਹਾ ਹੈ ਖੁਸ਼ੀਆਂ ਦੇ ਜਿਹੜੇ ਹਨ ਐਸੇ ਮਾਹੌਲ ਬਣਿਆ ਹੋਇਆ ਹੈ ਗਰੀਆ ਨ ਬਖੇ ਕੁਦਾਏ ਤੁਰੰਗਾ ਦੇਖੋ ਗਲੀਆਂ ਦੇ ਵਿੱਚ ਜਿਹੜੇ ਹਨ ਘੋੜੇ ਭਜਾਈ ਫਰਦੇ ਹਨ ਜਿਹੜੇ ਸ਼ਾਹੂ ਲੋਕ ਹਨ ਜਿਹੜੇ ਸ਼ਾਹ ਹਨ ਧਨੀ ਹਨ ਉਹਨਾਂ ਨੇ ਵੀ ਆਪਣੇ ਘੋੜੇ ਤਬਈਲਿਆਂ ਵਿੱਚੋਂ ਕੱਢ ਕੇ ਗਲੀਆਂ ਵਿੱਚ ਭਜਾਉਣ ਲੱਗੇ ਵੀ ਲੋਕ ਦੇਖ ਵੀ ਲੈਣ ਮੇਰੇ ਕੋ ਘੋੜਾ ਹੈਗਾ ਜਿਵੇਂ ਅੱਜਕੱਲ੍ਹ ਜੇ ਕਿਤੇ ਕੋਲ ਕਿਸੇ ਕੋਲ ਵੱਡੀ ਗੱਡੀ ਹੋਵੇ ਹਾਂਜੀ ਮਸਟੈਂਗ ਵਰਗੀ ਤਾਂ ਉਹ ਜਿਹੜਾ ਹੈ ਵੱਧੋ ਵੱਧੀ ਤੇਲ ਦੱਬੀ ਜਾਂਦਾ ਹੁੰਦਾ ਵੀ ਆਲੇ ਦੁਆਲੇ ਬੰਦੇ ਦੇਖ ਲੈਣ ਪੌਛੇ ਗੱਡੀ ਹੋਵੇ ਉਹ ਵੀ ਬੜੇ ਜਿਹੜਾ ਹਨ ਫੰਕੂਰਾ ਜਾਂ ਮਾਰਦੇ ਹੁੰਦੇ ਹਨ ਵੀ ਆਲੇ ਦੁਆਲੇ ਬੰਦੇ ਦੇਖਣ ਮੇਰੇ ਕੋਲ ਕਿਹੜੀ ਗੱਡੀ ਹੈ ਜੇ ਤਾਂ ਟੁੱਟੀ ਭੱਜੀ ਗੱਡੀ ਹੋਵੇ ਤਾਂ ਲੋਕ ਲੁਕ ਲੁਕ ਕੇ ਵਿੱਚ ਬਹਿੰਦੇ ਹਨ ਕੋਈ ਦੇਖ ਨਾ ਲਵੇ ਕਿ ਮੇਰੀ ਗੱਡੀ ਆ ਇਹ ਤੇ ਉਹ ਕਰਕੇ ਜਦੋਂ ਚਲਾਉਂਦੇ ਵੀ ਹਨ ਸੰਕੋਚ ਕਰਕੇ ਚਲਾਉਂਦੇ ਹਨ ਇਸ ਪ੍ਰਕਾਰ ਕਰਕੇ ਇਹ ਗੱਲਾਂ ਬੜੀਆਂ ਪੁਰਾਣੀਆਂ ਹਨ ਭਾਵੇਂ ਉਹਦੇ ਮੀਡੀਅਮਸ ਚੇਂਜ ਹੋ ਗਏ ਉਸ ਵੇਲੇ ਕੋਈ ਹਾਥੀ ਸੀਗਾ ਘੋੜੇ ਸੀਗੇ ਅੱਜ ਕੱਲ ਗੱਡੀਆਂ ਦਾ ਸਮਾਂ ਹੈ ਗਾਂ ਨੂੰ ਪਤਾ ਨਹੀਂ ਕਿਹੜਾ ਸਮਾਂ ਹੋਰ ਆਉਣਾ ਹੈ ਪਰ ਬੰਦੇ ਦੀ ਆਦਤ ਜਿਹੜੀ ਦਿਖਾਉਣ ਵਾਲੀ ਹੁੰਦੀ ਨਾ ਸ਼ੋਅ ਆਫ ਵਾਲੀ ਇਹ ਨਹੀਂ ਕਿ ਦੇ ਮੁਖਣੀ ਬੈਠੇ ਮੂੰਛ ਬਾਹ ਮਸਰ ਬੰਗਾ ਦੇਖੋ ਇਹ ਜਿਹੜੇ ਪਠਾਨ ਲੋਕ ਹਨ ਮੁੱਛਾਂ ਨੂੰ ਜਿਹੜੇ ਹਨ ਵੱਟ ਦੇ ਦੇ ਕੇ ਉੱਤੇ ਨੂੰ ਕੰਡੀਆਂ ਵਾਲੀਆਂ ਮੁੱਛਾਂ ਬਣਾਈਆਂ ਹੋਣਿਆ ਹਨ ਮੂਛਾਂ ਨੂੰ ਉੱਤੇ ਨੂੰ ਕਰਕੇ ਗੋਲ ਗੋਲ ਕਰ ਲੈਂਦੇ ਹਨ ਸੋ ਗੂੰਦ ਲਾ ਕੇ ਉਹਨਾਂ ਨੂੰ ਜਿਹੜਾ ਹੈ ਅੱਜ ਕੱਲ ਕੋਈ ਜੈਲ ਲਾ ਲੰਦਾ ਹੈ ਜਾਂ ਹੋਰ ਕੋਈ ਤਰੀਕੇ ਹੁੰਦੇ ਹਨ ਜੋ ਜਿਹੜਾ ਹਨ ਅੱਗੇ ਲੋਕ ਫਿਕਸੋ ਵੀ ਬੜੀ ਲਾਉਂਦੇ ਸਨ ਸੋ ਉਹ ਮੁੱਛਾਂ ਨੂੰ ਜਿਹੜੀਆਂ ਉੱਤੇ ਨੂੰ ਕਰਕੇ ਜਿਹੜੀਆਂ ਜਮਾਲ ਲੰਦੇ ਨਾਲ گول-ਗੋਲ ਕਰਦੇ ਹਨ ਸੋ ਜਿੱਦੀਆਂ ਵੱਡੀਆਂ ਮੁੱਛਾਂ ਹੋਣ ਉਹਨੂੰ ਬੜਾ ਮਾਣ ਹੁੰਦਾ ਹੈ ਵੀ ਮੇਰੀਆਂ ਮੁੱਛਾਂ ਵੱਡੀਆਂ ਨੇ ਇਸ ਕਰਕੇ ਜਿਹੜੇ ਲੋਕ ਹੁੰਦੇ ਨੇ ਮੁੱਛਾਂ ਨੂੰ ਵਟ ਦੰਦੇ ਨੇ ਸੋ ਜਿਨ੍ਹਾਂ ਦੇ ਨਹੀਂ ਹੁੰਦੀਆਂ ਉਹ ਗੁੰਡੀਆਂ ਜਿਆਨ ਨੂੰ ਮੁੱਛਾਂ ਨੂੰ ਵਟ ਦੇ ਦਿੰਦੇ ਹਨ ਸਿਰੇ ਕਰਤਾਰ ਦਸ਼ਾ ਤੇ ਭੁੱਲੇ ਦੇਖੋ ਪਰਮੇਸ਼ਰ ਦੀ ਦਸ਼ਾ ਤੋਂ ਸਾਰੀ ਭੁੱਲੇ ਪਏ ਹਨ ਕਿਸੇ ਨੂੰ ਪਰਮਾਤਮਾ ਯਾਦ ਨਹੀਂ ਅੱਜ ਸਾਰਿਆਂ ਨੂੰ ਰੱਬ ਭੁੱਲ ਗਿਆ ਜੀ ਅੱਜ ਸਹਿਬੇ ਕਹ ਰਹੇ ਨੇ ਮੈਂ ਹਨਕੂਲੇ ਕੋ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਰੁੱਝੇ ਪਏ ਹਨ ਸਾਰੇ ਸੰਤ ਅਤਿਥ ਕੀ ਸੇਵਾ ਜਾਣ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਾਹਰ ਬੈਠੇ ਹਨ ਇਹ ਲੋਕ ਇੰਨਾ ਐਨਜੋਇਮੈਂਟ ਵਿੱਚ ਖਚਤ ਹੋਏ ਪਏ ਹਨ ਸੰਤ ਜਾਂ ਅਥੀਤੀ ਜਿਹੜੇ ਹਨ ਉਹਨਾਂ ਦੀ ਕੋਈ ਸੇਵਾ ਨਹੀਂ ਅੱਜ ਹੋ ਰਹੀ ਕੋਈ ਨਹੀਂ ਬਾਤ ਪੁੱਛ ਰਿਆ ਕੌਣ ਆਉਂਦਾ ਕੌਣ ਜਾਂਦਾ ਬਸ ਉਹ ਆਪਣੇ ਆਨੰਦ ਵਿੱਚ ਹਨ ਸਾਰੇ ਦੇਖ ਫਕੀਰਾਂ ਨਾ ਹਾਸੀ ਠੰਨ ਹੈ ਤੇ ਦੇਖੋ ਉਲਟਾ ਫਕੀਰਾਂ ਨੂੰ ਦੇਖ ਕੇ ਹਾਸੇ ਮਖੌਲ ਕਰਦੇ ਨੇ ਵੀ ਇਹ ਮੰਗਤੇ ਨੇ ਇਹ ਤਾਂ ਮੰਗਦੇ ਫਿਰਦੇ ਹਨ ਟੁੱਟੇ ਭੱਜੇ ਜੇ ਕੱਪੜੇ ਪਾਈ ਫਿਰਦੇ ਨੇ ਵੀ ਸਾਡੇ ਕੱਪੜੇ ਬੜੇ ਸੋਹਣੇ ਹਨ ਸੋ ਇਉਂ ਕਰਕੇ ਉਤੋਂ ਮਖੌਲ ਕਰਦੇ ਹਨ ਉਂ ਟੀਜ਼ਿੰਗ ਕਰਦੇ ਹਨ ਕੋਈ ਫਕੀਰ ਨੂੰ ਦੇਖ ਲੈ ਕਹਿੰਦਾ ਲਾਲ ਮੰਗਤਾ ਤੁਰਿਆ ਫਰਦਾ ਹੈ ਪ੍ਰਭਤਾ ਮਦ ਤੇ ਭਏ ਸੇ ਅੰਧੇ ਇਹੋ ਪਰਭਤਾ ਦੇ ਮਦ ਵਿੱਚ ਆਪਣੇ ਵੱਡੇਪਣ ਦੇ ਹੰਕਾਰ ਦੇ ਵਿੱਚ ਇਹ ਅੰਨੇ ਹੋਏ ਫਰਦੇ ਹਨ ਪਰੇ ਗਰਤ ਜਗ ਬੰਧਨ ਬੰਧੇ ਇਸ ਕਰਕੇ ਕਹਿੰਦੇ ਪਰੇ ਗਰਤ ਇਹ ਗਰਕ ਹੋ ਗਏ ਹਨ ਇਹ ਜਿਹੜੇ ਹਨ ਧਰਤੀ ਵਿੱਚ ਜਿਵੇਂ ਕੋਈ ਗਰਕ ਹੋ ਜਾਂਦਾ ਇਹ ਹੰਕਾਰ ਵਿੱਚ ਹੀ ਗਰਕ ਹੋਗੇ ਇਹਨਾਂ ਨੂੰ ਜਗਵੰਦਨ ਬੰਦੇ ਜਗਤ ਦੇ ਬੰਦਨਾ ਨੇ ਇਹਨਾਂ ਨੂੰ ਬੰਨ ਲਿਆ ਹੁਣ ਪੂਰੀ ਤਰ੍ਹਾਂ ਇਹ ਡੁੱਬ ਗਏ ਹਨ ਮਾਇਆ ਦੇ ਵਿੱਚ ਦੇਖ ਹੈ ਦੁਖੀ ਦਇਆ ਨਹੀਂ ਕਰਹੀਂ ਦੇਖੋ ਇੱਕ ਦੁਖੀ ਬੰਦੇ ਨੂੰ ਦੇਖ ਕੇ ਇਹਨਾਂ ਨੂੰ ਦਇਆ ਨਹੀਂ ਆਉਂਦੀ ਇਹਨਾਂ ਦੇ ਮਨ ਵਿੱਚ ਫੁਰਨਾ ਨਹੀਂ ਆਉਂਦਾ ਵੀ ਇਹਨੂੰ ਜਿਹੜਾ ਹਨ ਥੋੜੀ ਜੀ ਮਦਦ ਕਰ ਦਈਏ ਇਹਦਾ ਦੁੱਖ ਦੂਰ ਕਰ ਦਈਏ ਉਲਟਾ ਉਹਦਾ ਮੁਖੌਲ ਕਰਦੇ ਹਨ ਉਹਦੇ ਤੇ ਹਾਸਾ ਕਰਦੇ ਹਨ ਮਹਾਮੰਦ ਮਤ ਪਰਤੇ ਹਰਹੀ ਦੇਖੋ ਮਹਾਮੰਦ ਮਤ ਕਹਿੰਦੇ ਦੇਖੋ ਜਿੱਥੇ ਸ਼ਰਾਬ ਆ ਜਾਂਦੀ ਹੈ ਜਿੱਥੇ ਰੌਣਕ ਮੇਲੇ ਹੋ ਜਾਂਦੇ ਨੇ ਉਥੇ ਮਹਾਮੰਦ ਮਤ ਭੈੜੀ ਮਤ ਜਿਹੜੀ ਹੈ ਬਣ ਜਾਂਦੀ ਹੈ ਜਿਹੜੀ ਵਿਸ਼ੇ ਵਿਕਾਰਾਂ ਵਾਲੀ ਮਤ ਜਿਹੜੀ ਉਹ ਪਰਬਲ ਹੋ ਜਾਂਦੀ ਹੈ ਤੇ ਜਿਹੜਾ ਹਣ ਦੂਜੇ ਦੀਆਂ ਇਸਤਰੀਆਂ ਵਾਲੇ ਦੇਖੀ ਜਾਂਦੇ ਨੇ ਆਪਣੀ ਤਾਂ ਕੋਈ ਦੇਖਦਾ ਨਹੀਂ ਚੰਗੀ ਤਰ੍ਹਾਂ ਦੂਜਿਆਂ ਦੀਆਂ ਨੂੰ ਬੜਿਆ ਚੰਗੀ ਤਰ੍ਹਾਂ ਦੇਖਦੇ ਹਨ ਪੇਤ ਸਰਾਬ ਘੂਮਤੇ ਫਿਰਹੀ ਦੇਖੋ ਸ਼ਰਾਬ ਪੀ ਕੇ ਘੁੰਮਦੇ ਫਿਰਦੇ ਹਨ ਉਲਦੇ ਫਿਰਦੇ ਹਨ ਹਣ ਹਰ ਪਾਸੇ ਕਿਤੇ ਕੋਈ ਡਿੱਗਿਆ ਕਿਤੇ ਕੋਈ ਡਿਗ ਪਿਆ ਸੋ ਜਿਹੜੇ ਸ਼ਰਾਬੀ ਬੰਦੇ ਹੁੰਦੇ ਹਨ ਉਹਨਾਂ ਦਾ ਇਹੀ ਹਾਲ ਹੁੰਦਾ ਹੈ ਨ ਇਕੱਠੇ ਸ਼ਰਾਬੀ ਪਿੰਦੇ ਹਨ ਫੇ ਲੜ ਵੀ ਪੈਂਦੇ ਹਨ ਫੇ ਕੁੱਟ-ਕਟਈਆ ਜਾਂ ਕਰਕੇ ਕਿਤੇ ਜਣੋ ਕੁੱਟ ਮਾਰ ਕੇ ਸੱਟ ਕੇ ਫੇਰ ਇਕੱਠੇ ਹੋ ਕੇ ਪੀਣ ਲੱਗ ਜਾਂਦੇ ਨੇ ਉਹਨਾਂ ਦਾ ਕੋਈ ਫਰਕ ਨਹੀਂ ਪੈਂਦਾ ਜਿਹੜਾ ਬੰਦਾ ਨਹੀਂ ਪੀਂਦਾ ਕਹਿੰਦੇ ਉਹਦਾ ਜਿਹੜਾ ਹਨ ਦੁਸ਼ਮਣੀ ਪੱਕੀ ਕਰ ਲੈਂਦੇ ਨੇ ਜਿਹੜੇ ਖਾਣ ਪੀਣ ਵਾਲੇ ਹੁੰਦੇ ਆ ਕਹਿੰਦੇ ਖਾਣ ਪੀਣ ਵਿੱਚ ਏਸੀਆਂ ਗੱਲਾਂ ਹੋਈ ਜਾਂਦੀਆਂ ਹਨ ਇਸ ਪ੍ਰਕਾਰ ਕਰਕੇ ਜਿਹੜਾ ਹੈ ਇੱਕ ਦੂਜੇ ਦਾ ਝਗੜਾ ਵੀ ਕਰਦੇ ਹਨ ਗਲੀਆਂ ਵਿੱਚ ਡਿਗਦੇ ਫਿਰਦੇ ਹਨ ਪੀਪੀਕੇ ਸ਼ਾਸਨ ਦੇਹੇ ਗਰੀਬਾਂ ਧਰਹੀਂ ਦੇਖੋ ਗਰੀਬਾਂ ਨੂੰ ਦੇਖ ਕੇ ਉਹਨਾਂ ਨੂੰ ਸਜ਼ਾ ਦੰਦੇ ਹਨ ਉਹਨਾਂ ਨੂੰ ਜਿਹੜਾ ਹੈ ਕੁੱਟਦੇ ਮਾਰਦੇ ਹਨ ਵੀ ਇਹ ਸਾਡਾ ਕੀ ਬਗਾੜ ਲੈਣਗੇ ਆਪਣਾ ਜੋਰ ਦਿਖਾਉਂਦੇ ਹਨ ਗਰੀਬਾਂ ਤੇ ਜਹਾਂ ਅੰਗਣਾ ਸੁੰਦਰ ਹੈ ਰਹਿ ਜਿੱਥੇ ਵੀ ਉਹਨਾਂ ਨੇ ਕੋਈ ਸੁੰਦਰ ਇਸਤਰੀ ਦੇਖ ਲਈ ਅੱਖਾਂ ਦੇ ਨਾਲ ਬਾਰ-ਬਾਰ ਬਾਜੀ ਬਰ ਫੇਰ ਹੈ ਫੇਰ ਉੱਥੇ ਕੋੜਾ ਆਪਣਾ ਕਮਾਈ ਜਾਂਦੇ ਹਨ ਆਲੇ ਦੁਆਲੇ ਵੀ ਮੈਂ ਫੇਰ ਦੇਖ ਲਵਾਂ ਚਲਿਆ ਗਿਆ ਦੇਖ ਕੇ ਉਹਨੇ ਘੋੜਾ ਕਮਾ ਕੇ ਫੇਰ ਆ ਜਾ ਆ ਵੀ ਮੈਂ ਫੇਰ ਦੇਖ ਲਵਾਂ ਸੋ ਦੇਖਣ ਦਾ ਬਾਣਾ ਲਾ ਲਾ ਕੇ ਉਹ ਮੁੜ ਮੁੜ ਕੇ ਆ ਕੇ ਘੋੜੇ ਕਮਾਹ ਕਮਾ ਕੇ ਆ ਕੇ ਦੇਖਦੇ ਹਨ ਬੈਠੇ ਰਹੇ ਬਹਿਰ ਜਗ ਸਾਈ ਬੈਠੇ ਰਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਮਨਾਬਾਦ ਦੇ ਸ਼ਹਿਰ ਤੋਂ ਬਾਹਰ ਰੂੜੀ ਸਾਹਿਬ ਵਾਲੇ ਅਸਥਾਨ ਤੇ ਸਤਿਗੁਰੂ ਜੀ ਬੈਠੇ ਹਨ ਸੇਵਾ ਕਰੀ ਨਾ ਕਿਨਹੂ ਆਈ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਨਾ ਕਿਸੇ ਨੇ ਉੱਥੇ ਸੇਵਾ ਕੀਤੀ ਉੱਥੇ ਫਕੀਰ ਸੰਗ ਤੇ ਥਾਂ ਜਿਵੇਂ ਪਿਛਲੇ ਪ੍ਰਸੰਗ ਵਿੱਚ ਅੱਜ ਜੀ ਨੇ ਸਰਵਣ ਕੀਤਾ ਕਾ ਕਿ ਸਤਗੁਰਾਂ ਦੇ ਨਾਲ ਇੱਕ ਫਕੀਰਾਂ ਦਾ ਟੋਲਾ ਵੀ ਨਾਲ ਆ ਗਿਆ ਸੀ ਜਿਨ੍ਹਾਂ ਨੇ ਮਹਾਰਾਜ ਨਾਲ ਪ੍ਰਸ਼ਨ ਉੱਤਰ ਕੀਤੇ ਸਨ ਉਹ ਵੱਡਾ ਟੋਲਾ ਫਕੀਰਾਂ ਦਾ ਵੀ ਨਾਲ ਬੈਠਾ ਹੈ ਸਤਗੁਰਾਂ ਦੇ ਭਏ ਛੁਦਾ ਤੇ ਮੁਖ ਕਮਲਾਏ ਉਹ ਸਾਰੇ ਵਿਚਾਰੇ ਫਕੀਰ ਜਿਹੜੇ ਲੋਕ ਸਨ ਉਹਨਾਂ ਦੇ ਚਿਹਰੇ ਮੁਕਮਲਾ ਗਏ ਉਹਨਾਂ ਦੇ ਚਿਹਰੇ ਜਿਹੜੇ ਪੀਲੇ ਹੋ ਗਏ ਕਿਉਂਕਿ ਖਾਣਾ ਨਹੀਂ ਖਾਧਾ ਭੁੱਖੇ ਪਾਣੇ ਹਨ ਸਗਰੋ ਦਿਵਸ ਬਤੀਤਾ ਜਗਹੀ ਸਾਰਾ ਹੀ ਜਜੜਾ ਹਨ ਦਿਨ ਬਤੀਤ ਹੋ ਗਿਆ ਉਹਨਾਂ ਨੂੰ ਖਾਣਾ ਨਹੀਂ ਮਿਲਿਆ ਭੁੱਖੇ ਪਾਣੇ ਬੈਠੇ ਹਨ ਸਾਰੇ ਹੋਈ ਨਿਸਾ ਬੋਲੇ ਪ੍ਰਭ ਤਬਹੀ ਜਦੋਂ ਰਾਤ ਹੋ ਗਈ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ اے ਸੰਤ ਹੋ ਦਵੈ ਉੱਠਕਰ ਜਾਵੋ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਫਕੀਰਾਂ ਨੂੰ ਕਿਹਾ ਕਿ हे ਸੰਤੋ ਤੁਸੀਂ ਦੋ ਜਾਣੇ ਉੱਠ ਕਰਕੇ ਇੱਥੋਂ ਹੁਣ ਜਾਓ। ਕੁਰਤੇ ਜਾਚ ਅਸਨ ਕੋ ਖਾਵੋ। ਜਾਂ ਇਹ ਇਮਨਾਬਾਦ ਦਾ ਜਿਹੜਾ ਨਗਰ ਹੈ ਇਹਦਾ ਟਾਊਨ ਹੈ ਇੱਥੇ ਜਾ ਕੇ ਤੁਸੀਂ ਕੁਝ ਖਾਣ ਵਾਸਤੇ ਕੁਝ ਮੰਗ ਕੇ ਲਿਆਓ। ਕੁਝ ਮੰਗ ਕੇ ਖਾ ਲੋ ਤੁਹਾਨੂੰ ਭੁੱਖ ਬੜੀ ਲੱਗੀ ਹੋਣੀ ਹੈ ਜੇ ਬੈਠਿਓ ਦੇਵੈ ਕੋ ਨਹੀਂ ਜੇ ਇੱਥੇ ਆਪਾਂ ਬੈਠੇ ਰਹੇ ਤਾਂ ਕਿਸੇ ਨੇ ਆਕੇ ਕੋਈ ਭੋਜਨ ਨਹੀਂ ਪੁੱਛਣਾ ਕੋਈ ਤੇ ਨੇ ਕੋਈ ਗੱਲਬਾਤ ਨਹੀਂ ਇੱਥੇ ਪੁੱਛਣੀ ਬੰਦੇ ਬੜੇ ਮਾੜੇ ਨੇ ਇਸ ਕਰਕੇ ਤੁਸੀਂ ਆਪੇ ਜਾ ਕੇ ਮੰਗ ਕੇ ਕੁਝ ਖਾ ਲੋ ਘਰ ਮਹਿ ਜਾਏ ਜਾ ਚ ਕਿਨ ਖਾਹੀ ਜਾ ਐਮਨਾਬਾਦ ਕਿਸੇ ਦੇ ਘਰ ਵਿੱਚ ਚਲੇ ਜਾਓ ਕਿਸੇ ਦੇ ਘਰ ਵਿੱਚ ਜਾ ਕੇ ਕੁਝ ਮੰਗ ਕੇ ਖਾ ਲੋ ਮਰਦਾਨੇ ਤੂੰ ਜਾਹੇ ਸੰਗਾਰੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਮਰਦਾਨਿਆ ਤੂੰ ਵੀ ਨਾਲ ਇਹਨਾਂ ਦੇ ਚਲਿਆ ਜਾ ਆਵਤ ਲਾਲੋ ਲੇਹੋ ਹਕਾਰੇ ਤੇ ਕਹਿੰਦੇ ਆਵਤ ਆਉਂਦਿਆਂ ਹੋਇਆਂ ਸ਼ਹਿਰ ਤੋਂ ਜਦੋਂ ਤੁਸੀਂ ਨਿਕਲੋਗੇ ਵਾਪਸ ਆਉਣ ਵੇਲੇ ਤੁਸੀਂ ਭਾਈ ਲਾਲੋ ਨੂੰ ਆਪਣੇ ਨਾਲ ਲੈ ਕੇ ਆ ਜਾਣਾ ਸ੍ਰੀ ਗੁਰੂ ਕੇ ਸੁਨ ਕੇ ਅਸ ਆਇਸ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਆਗਿਆ ਸੁਣੀ ਮਰਦਾਨਾ ਦੋ ਸੰਤ ਸਿਧਾਇਸ ਭਾਈ ਮਰਦਾਨਾ ਤੇ ਦੋ ਸੰਤ ਜਿਹੜੇ ਉਹ ਫਕੀਰਾਂ ਦੇ ਟੋਲੇ ਵਿੱਚੋਂ ਸਨ ਉਹਨਾਂ ਨੂੰ ਨਾਲ ਲੈ ਕਰਕੇ ਜਹਾਂ ਪਠਾਨ ਮਹਾਨ ਨੇਕਤਾ ਜਿੱਥੇ ਪਠਾਣਾ ਦਾ ਵੱਡਾ ਨਗਰ ਸੀਗਾ ਜਿੱਥੇ ਉਹਨਾਂ ਦੀ ਵਾਸਾ ਸੀਗੀ ਪਠਾਣਾ ਦੀ ਵੱਡੀ ਉੱਥੇ ਚਲੇ ਗਏ ਕਿਸੇ ਦੇ ਘਰ ਦੇ ਵਿੱਚ ਤਹਾਂ ਅੰਨ ਲੈਣੇ ਹੇ ਤਾਂ ਉੱਥੇ ਚਲੇ ਗਏ ਅੰਨ ਲੈਣ ਵਾਸਤੇ ਕੁਝ ਖਾਣਾ ਲੈਣ ਵਾਸਤੇ ਉੱਥੇ ਪਹੁੰਚ ਗਏ ਹਨ ਚਾਚਨ ਕਰਾਂ ਜਾਂ ਜਿਸਪਾਹੀ ਪਰ ਜਿੱਥੋਂ ਵੀ ਜਾ ਕੇ ਮੰਗਦੇ ਹਨ ਨਾ ਕੁਝ ਖਾਣ ਵਾਸਤੇ ਭੋਜਨ ਭਿਖਿਆ ਵਿੱਚ ਕੁਝ ਭੋਜਨ ਮੰਗਦੇ ਹਨ ਜਿਸ ਕਿਸੇ ਦੇ ਵੀ ਘਰ ਜਾਂਦੇ ਹਨ ਸੁਣ ਹੈ ਬਹਰ ਉੱਤਰ ਦੇ ਨਹੀਂ ਸੁਣਤਾ ਲੰਦੇ ਹਨ ਬੇਨਤੀ ਨੂੰ ਵੀ ਸਾਨੂੰ ਕੁਝ ਖਾਣਾ ਦੇ ਦਿਓ ਅਸੀਂ ਭੁੱਖੇ ਹਾਂ ਸੁਣਤਾ ਲੰਦੇ ਨੇ ਪਰ ਕਹਿੰਦੇ ਕੋਈ ਉੱਤਰ ਨਹੀਂ ਦੰਦੇ ਬਸ ਕੋਈ ਅਨਸਰ ਨਹੀਂ ਦੇਣਾ ਇਉਂ ਕਰਦੇ ਹਨ ਜਿਵੇਂ ਸੁਣਿਆ ਹੀ ਨਹੀਂ ਹੁੰਦਾ ਮਦ ਪਾਣੀ ਬੋਲੇ ਦੁਰਬੈਨਾ ਫਿਰ ਮਦ ਪਾਣੀ ਸ਼ਰਾਬ ਪੀਤੀ ਹੋਈ ਹੈ ਸਾਰਾ ਦਿਨ ਸ਼ਰਾਬ ਪੀਂਦਿਆਂ ਨੂੰ ਬਤੀਤ ਹੋ ਗਿਆ ਸੀ ਉਹਨਾਂ ਦਾ ਬੋਲੇ ਦੁਰਬਾਣੀ ਉਤੋਂ ਗਾਣਾ ਕੱਢਦੇ ਹਨ ਭੇੜੇ ਬਚਨ ਬੋਲਦੇ ਹਨ ਹੰਕਾਰ ਵਿੱਚ ਆ ਕੇ ਚਾਚੇ ਤਫਰੇ ਤਹਾ ਬਹੁ ਇਨਾ ਉਥੇ ਬਹੁਤ ਸਾਰੇ ਘਰ ਸਨ ਇਹਨਾਂ ਜਿਹੜੇ ਪਠਾਣਾ ਦੇ ਪਰ ਕਹਿੰਦੇ ਮੰਗ ਲਿਆ ਹਰ ਇੱਕ ਦਰ ਤੋਂ ਹਰ ਇੱਕ ਥਾਂ ਤੋਂ ਮੰਗਿਆ ਕਿਸੇ ਨੇ ਕੁਝ ਨਾ ਦਿੱਤਾ ਪਰ ਕਿਸੇ ਇੱਕ ਨਕੇਤਕੇ ਮਾਹੀ ਫਿਰ ਅਖੀਰ ਕਰ ਇੱਕ ਕਿਸੇ ਦਾ ਦਰਵਾਜ਼ਾ ਖੋਲ੍ਹਿਆ ਦੇਖਿਆ ਤਾਂ ਉਸ ਵੇਲੇ ਭਾਈ ਮਰਦਾਨਾ ਤੇ ਇਹ ਦੋਨੋਂ ਸੰਤ ਜਿਹੜੇ ਸਨ ਨਾਲ ਭਾਈ ਮਰਦਾਨੇ ਨੇ ਉਸ ਘਰ ਵਿੱਚ ਪ੍ਰਵੇਸ਼ ਹੋ ਗਏ ਖੁੱਲਾ ਦਰਵਾਜ਼ਾ ਦੇਖ ਕੇ ਅੰਦਰ ਚਲੇ ਗਏ ਚਾਚੇ ਅੰਨ ਜਾਇ ਤੇ ਪਾਹੀ ਜਦੋਂ ਉਹਨਾਂ ਦੇ ਘਰ ਵਿੱਚ ਜਾ ਕੇ ਕੁਝ ਅੰਨ ਦੀ ਜਾਂਚਨਾ ਕੀਤੀ ਮੰਗਣਾ ਕੀਤਾ ਕੁਝ ਖਾਣ ਵਾਸਤੇ ਤਯੋ ਨਾ ਕਛ ਨਹ ਬੋਲੇ ਹੈ ਬਾਨੀ ਉਹਨਾਂ ਨੇ ਕੁਝ ਵੀ ਖਾਣ ਵਾਸਤੇ ਨਹੀਂ ਦਿੱਤਾ ਆਪ ਰੱਜ ਰੱਜ ਕੇ ਖਾ ਰਹੇ ਹਨ ਵਾਧੂ ਜਿਹੜਾ ਸੀਗਾ ਝੂਠ ਆਪਣੇ ਛੱtre ਹਨ ਪਰ ਖਾਣ ਨੂੰ ਭਾਈ ਮਰਦਾਨੇ ਤੇ ਸੰਤਾ ਨੂੰ ਕੁਝ ਨਾ ਦਿੱਤਾ ਪਰ ਜਿਹੜਾ ਹਨ ਉਹਨਾਂ ਨੂੰ ਜਿਹੜਾ ਹੈ ਉਤੋਂ ਜਿਹੜਾ ਹੈ ਬੁਲਾਇਆ ਤੱਕ ਵੀ ਨਹੀਂ ਉਹਨਾਂ ਵੱਲ ਦੇਖਦੇ ਵੀ ਨਹੀਂ ਹਨ ਤੇ ਹਿਚਨ ਆਵਾ ਇੱਕ ਮੱਦ ਪਾਨੀ ਫਿਰ ਉਸ ਤੋਂ ਬਾਅਦ ਉਹਨਾਂ ਦੇ ਘਰ ਦਾ ਇੱਕ ਮੈਂਬਰ ਸੀ ਕਾਫੀ ਉੱਚਾ ਲੰਮਾ ਤਕੜਾ ਬੰਦਾ ਸੀਗਾ ਜਿਹੜਾ ਕਿ ਬਿਲਕੁਲ ਸ਼ਰਾਬ ਵਿੱਚ ਗੁੱਚ ਸੀਗਾ ਬਹੁਤ ਸਾਰੀ ਉਹਨੇ ਸ਼ਰਾਬ ਪੀਤੀ ਹੋਈ ਸੀ ਪਹਿਲਾਂ ਦੀ ਮਰਦਾਨੇ ਕੋ ਦੀਨ ਧਕੇਲਾ ਉਹਨੇ ਆ ਕਰਕੇ ਭਾਈ ਮਰਦਾਨੇ ਨੂੰ ਜ਼ੋਰ ਦੀ ੱੱੱਕਾ ਮਾਰਿਆ ੱੱੱਕਾ ਮਾਰਿਆ ਭਾਈ ਮਰਦਾਨੇ ਨੂੰ ਖਾਣਾ ਤਾਂ ਕੀ ਦੇਣਾ ਸੀ ਸਮਾਂ ਉੱਤੋਂ ੱੱੱਕਾ ਮਾਰਿਆ ਜੀ ਜਦੋਂ ਉਸਨੇ ਇਹ ਜੋਰ ਦੀ ੱੱਕਾ ਮਾਰਿਆ ਭਾਈ ਮਰਦਾਨੇ ਜੀ ਨੂੰ ਬਹੁਤ ਬਲ ਸੋਂ ਧਰਨੀਪੁਰ ਮੇਲਾ ਦੇਖੋ ਇੰਨੀ ਜੋਰ ਦਾ ਉਹਦਾ ੱੱਕਾ ਸੀ ਭਾਈ ਮਰਦਾਨਾ ਆਪਣੇ ਸਰੀਰ ਨੂੰ ਨਾ ਸੰਭਾਲ ਸਕਿਆ ਧਰਤੀ ਤੇ ਡਿੱਗ ਪਿਆ ਧਰਤੀ ਤੇ ਜੋਰ ਦੇ ਕੇ ਡੜ ਧਾਕ ਕੇ ਡਿੱਗਿਆ ਝੋਟ ਲੱਗੀ ਪਾਈ ਤਨ ਪੀਰਾ ਉਸ ਵੇਲੇ ਭਾਈ ਮਰਦਾਨੇ ਦੇ ਸਰੀਰ ਤੇ ਝੋਟ ਲੱਗੀ ਸੱਟ ਲੱਗੀ ਤੇ ਸਾਰਾ ਸਰੀਰ ਦੁਖਣ ਲੱਗ ਗਿਆ ਕਿਉਂਕਿ ਇੱਕ ਝਟਕਾ ਲੱਗਿਆ ਉਹ ਝਟਕਾ ਐਸਾ ਉਹਨੇ ਧੱਕੇ ਵਿੱਚ ਮਾਰਿਆ ਕਿ ਸਾਰਾ ਸਰੀਰ ਜਾ ਕੇ ਧਰਤੀ ਨਾਲ ਵੱਜਿਆ ਸੋ ਇਹ ਜਿਹੜਾ ਹੈ ਸਾਰਾ ਸਰੀਰ ਭਾਈ ਮਰਦਾਨੇ ਨੂੰ ਦੁਖਣ ਲੱਗ ਪਿਆ ਪੁਰ ਤਜ ਚਲੇ ਤੁਰਤ ਪ੍ਰਭਤੀ ਰਾ ਉਸ ਵੇਲੇ ਨਿਰਾਸ਼ ਹੋ ਕੇ ਉਸ ਨਗਰ ਤੋਂ ਬਾਹਰ ਨਿਕਲੇ ਆਏ ਭਾਈ ਮਰਦਾਨਾ ਤੇ ਉਹ ਸੰਤ ਵਾਪਸ ਚੱਲੇ ਹਨ ਲਾਲੋ ਗੁਰੂ ਨਾਨਕ ਸਾਹਿਬ ਮਹਾਰਾਜਵਾਲ ਚੱਲੇ ਹਨ ਲਾਲੋ ਕੋ ਬੁલાਏ ਨੇ ਜ ਸਾਥਾਂ ਉਸ ਵੇਲੇ ਭਾਈ ਲਾਲੋ ਦਾ ਘਰ ਰਸਤੇ ਵਿੱਚ ਆਉਂਦਾ ਸੀ ਭਾਈ ਲਾਲੂ ਨੂੰ ਨਾਲ ਬੁਲਾ ਲਿਆ ਆਏ ਜਹੇ ਬੈਠੇ ਜਗ ਨਾ ਥਾ ਪਹੁੰਚ ਕੇ ਹਨ ਉੱਥੇ ਜਿੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਦੇ 나ਥ ਬੈਠੇ ਹਨ ਜੇ ਦਾਨੇ ਕੁੱਝਕ ਤਿਆਰੀ ਤੇ ਭਾਈ ਲਾਲੋ ਨੇ ਉਸ ਵੇਲੇ ਆਉਣ ਤੋਂ ਪਹਿਲਾਂ ਭੁੱਜੇ ਹੋਏ ਕੁਝ ਕ ਦਾਨੇ ਆਪਣੇ ਨਾਲ ਲੈ ਲੇ ਤਿਆਰੀ ਕਰਕੇ ਉਹਨੇ ਥੋੜੇ ਜਿਹੇ ਜਿਹੜੇ ਹਨ ਦਾਣੇ ਜਿਹੜੇ ਹਨ ਘਰ ਦੇ ਵਿੱਚ ਸੀਗੇ ਉਹ ਥੋੜੇ ਬਹੁਤੇ ਜਿੰਨੇ ਵੀ ਸੀ ਉਹਨੇ ਜਿਹੜਾ ਹਨ ਤਿਆਰ ਕਰਕੇ ਲਿਆਂਦੇ ਤੇ ਸੋ ਲਾਲੋ ਧਰੇ ਅਗਾਰੇ ਭਾਈ ਲਾਲੋ ਨੇ ਆਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਰੱਖ ਦਿੱਤੇ ਪਾਇਨ ਪਾਸ ਉਪਾਇਨ ਕਰਕੇ ਆਪਣੀ ਜਿਹੜਾ ਹਨ ਪਾਇਨ ਮਹਾਰਾਜ ਦੇ ਚਰਨਾਂ ਦੇ ਪਾਸ ਆਪਣੀ ਭੇਟਾ ਰੱਖ ਕਰਕੇ ਭਾਈ ਲਾਲੋ ਨੇ ਕਹੇੋ ਜੋਰ ਕਰ ਸਿਰ ਧਰ ਧਰ ਕੇ ਹੱਥ ਜੋੜ ਕਰਕੇ ਆਪਣਾ ਸੀਸ ਸਤਿਗੁਰਾਂ ਦੇ ਚਰਨਾਂ ਤੇ ਜਾ ਟਿਕਾਇਆ ਲਗਾ ਬੀਤੇ ਹੋ ਚਿਰ ਕਾਲਾ ਕਹਿ ਲਗਾ ਬੇਨਤੀ ਵਿੱਚ ਭਾਈ ਲਾਲੋ ਜੀ ਕਹਿੰਦੇ ਹਨ ਕਿ ਬਹੁਤ ਸਮਾਂ ਬੀਤ ਗਿਆ ਹੈ ਆਵਰ ਦਰਸ਼ਨ ਦੀਨ ਦਇਆਲਾ ਆਪ ਜੀ ਨੇ ਹੁਣ ਜੇ ਦਰਸ਼ਨ ਦਿੱਤੇ ਬੜਾ ਚਿਰਾਂ ਬਾਅਦ ਆਪ ਜੀ ਨੇ ਦਰਸ਼ਨ ਦਿੱਤੇ ਬੜਾ ਉਡੀਕ ਕਰ ਰਿਆ ਸੀ ਆਪ ਜੀ ਦੀ ਬੜੇ ਸਮੇਂ ਬਾਅਦ ਹੀ ਆਪ ਜੀ ਆਏ ਹੋ ਉਸਲਾ ਪ੍ਰਸੰਨ ਕਰਕੇ ਸੰਗ ਤਾਂ ਹੀ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਦੀ ਸੁਖ ਸਾੰਦ ਪੁੱਛ ਲਈ ਬੈਠਾ ਰਹੇ ਹੋ ਪ੍ਰਭ ਅਪਣ ਪਾਹੀ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੂ ਨੂੰ ਆਪਣਾ ਪਿਆਰਾ ਸਿੱਖ ਜਾਣ ਕੇ ਆਪਣੇ ਕੋਲ ਬਿਠਾ ਲਿਆ ਮਾਨ ਦੇ ਕੇ ਬਹੁਰੋ ਦੋ ਸੰਤ ਸੋ ਪੁੱਛੇ ਉਸ ਵੇਲੇ ਦੋਨਾਂ ਸੰਤਾਂ ਨੂੰ ਪੁੱਛਣ ਲੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਿਦ ਹਟ ਆਏ ਤੁਮ ਛੂਛੇ ਜੋ ਭਾਈ ਮਰਦਾਨੇ ਨਾਲ ਗਏ ਸਨ ਮੰਗਣ ਵਾਸਤੇ ਉਹਨਾਂ ਨੂੰ ਪੁੱਛਿਆ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿਸ ਵਿਦ ਹਟ ਆਏ ਤੁਮ ਛੂਛੇ ਕਿਉ ਤੁਸੀਂ ਖਾਲੀ ਆਗੇ ਹੋ ਕੁਝ ਖਾਣਾ ਨਹੀਂ ਤੁਸੀਂ ਲੈ ਕੇ ਆਏ ਤੁਸੀਂ ਖਾਲੀ ਹੱਥ ਹੀ ਮੁੜਿਆ ਏ ਸੁਨਤ ਫਕੀਰ ਨੇ ਸਰਬ ਬਤਾਏ ਇਹ ਗੱਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਰਸ਼ਨ ਸੁਣ ਕੇ ਉਹ ਫਕੀਰਾਂ ਨੇ ਇੱਕ ਗੱਲ ਜਾਂ ਜਿਹੜਾ ਹੈ ਸਾਰੀ ਗੱਲ ਜਿਹੜੀ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਦੱਸੀ ਮਰਦਾਨੇ ਕੀ ਚੋਟ ਦਿਖਾਈ ਫੇਰ ਭਾਈ ਮਰਦਾਨੇ ਦੀ ਚੋਟ ਦਿਖਾਈ ਉਹ ਸੱਟ ਲੱਗੀ ਹੋਈ ਸੀ ਜਿਹੜੀ ਜਿਦੇ ਕਰਕੇ ਉਹ ਪਠਾਨ ਨੇ ਧੱਕਾ ਮਾਰਿਆ ਸੀ ਉਹ ਚੋਟ ਦਿਖਾਈ ਕਹਿੰਦੇ ਪਾਤਸ਼ਾਹ ਸਾਨੂੰ ਖਾਣਾ ਤਾਂ ਕੀ ਦੇਣਾ ਸੀ ਇਹਨਾਂ ਨੇ ਤਾਂ ਧੱਕੇ ਹੀ ਦਿੱਤੇ ਹਨ ਇਹਨਾਂ ਨੇ ਤਾਂ ਧੱਕੇ ਹੀ ਮਾਰੇ ਜਾਂ ਗਾਲਾਂ ਹੀ ਦਿੱਤੀਆਂ ਨੇ ਇਹਨਾਂ ਦੇ ਕੋਲ ਕੋਈ ਵੀ ਖਾਣਾ ਨਹੀਂ ਸਾਨੂੰ ਦੇਣ ਵਾਸਤੇ ਪਾਮਰਪੁਰਖ ਰਹਿ ਪਰਮਾਹੀ ਕਹਿੰਦੇ ਇਹ ਨਗਰ ਦੇ ਵਿੱਚ ਉਹ ਸੰਤ ਲੋਕ ਕਹਿੰਦੇ ਵੀ ਨੀਚ ਲੋਕ ਰਹਿੰਦੇ ਹਨ ਨੀਚ ਖਿਆਲਾਂ ਵਾਲੇ ਜਿਹੜੇ ਹਨ ਜਿਹੜੇ ਬੰਦੇ ਕੁਮਤ ਵਾਲੇ ਪਹਿੜੀ ਮਤ ਵਾਲੇ ਰਹਿੰਦੇ ਹਨ ਹਰ ਸੰਤਨ ਜਹ ਆਦਰ ਨਹੀਂ ਜਿਨ੍ਹਾਂ ਨੂੰ ਮਹਾਤਮਾ ਦੇ ਸੰਤਾਂ ਦਾ ਕੋਈ ਆਦਰ ਸਤਕਾਰ ਨਹੀਂ ਜਿਹੜੇ ਕਿ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਵੀ ਨਹੀਂ ਕਰਦੇ ਕਹਿੰਦੇ ਐਸੇ ਭੜੇ ਇਹ ਲੋਕ ਹਨ ਸਾਰੇ ਸੇਵਾ ਕਰਨੇ ਰਹੇ ਸੋ ਰੀਤੀ ਦੇਖੋ ਸੇਵਾ ਕਰਨੀ ਤਾਂ ਪਰੇ ਰਹੀ ਉਤੋਂ ਧੱਕੇ ਤੇ ਗਾਲਾਂ ਖੜਕੜਦੇ ਹਨ ਬੇਮੁਖ ਦੇ ਦੁੱਖ ਕੇ ਬੇਪ੍ਰੀਤੀ ਇਸ ਕਰਕੇ ਇਹ ਲੋਕ ਸਾਰੇ ਸ਼ਹਿਰ ਦੇ ਇਮਨਾਮਾਲ ਨਗਰ ਦੇ ਬੰਦੇ ਜਿਹੜੇ ਬੇਮੁਖ ਹਨ ਇਹ ਪਰਮਾਤਮਾ ਤੋਂ ਹੀ ਬੇਮੁਖ ਹਨ ਇਹਨਾਂ ਵਾਸਤੇ ਰੱਬ ਨਹੀਂ ਹੈਗਾ ਇਹ ਰੱਬ ਪਰਮਾਤਮਾ ਨੂੰ ਮੰਨਣ ਵਾਲੇ ਨਹੀਂ ਹੈਗੇ ਕਹਿੰਦੇ ਦੇ ਦੁੱਖ ਦੁੱਖ ਦੰਦੇ ਹਨ ਜਿਹੜੇ ਬੰਦੇ ਬਾਹਰੋਂ ਆਏ ਉਹਨਾਂ ਦੀ ਸੇਵਾ ਤਾਂ ਕਰਨੀ ਬਜਾਏ ਇਹ ਦੁੱਖ ਵੀ ਦੰਦੇ ਹਨ ਕਹਿੰਦੇ ਐਸੀ ਵਿਪਰੀਤੀ ਭੈੜੀ ਰੀਤੀ ਵਾਲੇ ਹਨ ਸੁਨਤ ਅਵਗਿਆ ਸੰਤਨ ਕੇਰੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਕਿ ਸੰਤਾਂ ਦੀ ਇਹਨਾਂ ਨੇ ਅਵਗਿਆ ਕੀਤੀ ਇਹਨਾਂ ਨੇ ਬੇ ਇੱਜ਼ਤ ਕੀਤਾ ਸੰਤਾਂ ਨੂੰ ਸੰਤਾਂ ਨੂੰ ਜਿਹੜਾ ਹੈ ਗਾਲਾਂ ਕੱਢੀਆਂ ਤੇ ਧੱਕੇ ਮਾਰੇ ਐਸਾ ਜਦੋਂ ਗੁਰੂ ਨਾਨਕ ਸਾਹਿਬ ਨੇ ਸੁਣਿਆ ਰਸ ਉਪਜੇ ਮਨ ਮਾਹੇ ਕਨੇ ਮਹਾਰਾਜ ਦੇ ਜਿਹੜੇ ਹਨ ਮਹਾਰਾਜ ਨੂੰ ਉਸ ਵੇਲੇ ਵੀਰ ਰਸ ਚੜ ਗਿਆ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਨੂੰ ਆਪਾਂ ਗੁੱਸਾ ਵੀ ਕਹਿ ਸਕਦੇ ਹਾਂ ਮਹਾਰਾਜ ਨੂੰ ਵੀ ਰਸ ਚੜਿਆ ਉਸ ਵੇਲੇ ਵੀ ਸੰਤਾਂ ਦੀ ਇਹ ਹਾਲਤ ਕੀਤੀ ਪਾਪੀਆਂ ਨੇ ਤੇਹ ਚ ਨੇ ਲਾਲੋ ਸੰਮੁਖ ਬੈਸਾ ਉਸ ਵੇਲੇ ਭਾਈ ਲਾਲੋ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਬੈਠੇ ਸਨ ਤੇਹ ਸੋ ਕਹਿਓ ਸ਼ਬਦ ਮੁਖ ਐਸਾ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਤਿਲੰਗ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜਾ ਹਨ 722 723 ਅੰਗ ਤੇ ਸ਼शोਭਤ ਹੈ ਇਹ ਸ਼ਬਦ ਜਿਹੜਾ ਹੈ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਜਿਹਤੇ ਦੁਸ਼ਟ ਪਠਾਨ ਕੁਚਾਲੇ ਜਿਹਤੇ ਕਹਿੰਦੇ ਜਿਹਦੇ ਕਰਕੇ ਦੁਸ਼ਟ ਪਠਾਨ ਜਿਹੜੇ ਹਨ ਭੈੜੀ ਚਾਲਾਂ ਵਾਲੇ ਭੈੜੇ ਰਸਤੇ ਤੇ ਤੁਰਣ ਵਾਲੇ ਮਰੇ ਪਾਏ ਕਹ ਕਸਤ ਵਿਸਾਲੇ ਜਿਹਦੇ ਕਰਕੇ ਉਹ ਮਰਨਗੇ ਹੁਣ ਬੜਾ ਕਸ਼ਟ ਦੁੱਖ ਪਾ ਕੇ ਉਹਨਾਂ ਨੇ ਮਰਨਾ ਹੈ ਹੁਣ ਹੁਣ ਉਹਨਾਂ ਨੂੰ ਪਰਮਾਤਮਾ ਵੱਲੋਂ ਹੀ ਐਸੀ ਸਜ਼ਾ ਹੋਣੀ ਹੈ ਤਿੰਨ ਕੀ ਸਫਾ ਉਠਾਵਤ ਹੇਤੂ ਉਹਨਾਂ ਦੀਆਂ ਸਫਾ ਉਠਾਉਣ ਵਾਸਤੇ ਉਹਨਾਂ ਦੇ ਜਿਹੜੇ ਹਣ ਪੱਕੇ ਬਣੇ ਬੈਠੇ ਹਨ ਉਹ ਨਗਰ ਇਮਨਾਬਾਦ ਨੂੰ ਆਪਣਾ ਸਮਝਦੇ ਹਨ ਕਿ ਸਾਡਾ ਹੀ ਹੈ ਤੇ ਜਿਹੜਾ ਹਾਂ ਬਾਹਰੋਂ ਬੰਦਾ ਆਉਂਦਾ ਉਹਦਾ ਕੀ ਲੈਣਾ ਦੇਣਾ ਸਾਡੇ ਨਾਲ ਇਹ ਘਰ ਸਾਡਾ ਹੈ ਇਹ ਨਗਰ ਸਾਡਾ ਹੈ ਇਹ ਜਾ ਹੰਕਾਰ ਕਰਨ ਵਾਲੇ ਜਿਹੜੇ ਸਨ ਸਤਿਗੁਰੂ ਜੀ ਉਹਨਾਂ ਦੀਆਂ ਸਫਾਂ ਉਠਾਉਣ ਵਾਸਤੇ ਉਹਨਾਂ ਨੂੰ ਉੱਥੋਂ ਉਜਾੜਨ ਵਾਸਤੇ ਬੋਲੇ ਬੱਚ ਵੇਦੀ ਖੁੱਲਕੇ ਤੂੰ ਵੇਦੀ ਕੁੱਲ ਦੇ ਕੇਤ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੱਚ ਦੀ ਬਾਣੀ ਕਹਿ ਦਿੱਤੀ ਇਹ ਪਵਿੱક્ત ਬਾਕ ਵੀ ਇਹਨੂੰ ਕਿਹਾ ਜਾਂਦਾ ਹੈ ਕਿ ਫਿਊਚਰ ਦੇ ਸਤਿਗੁਰੂ ਨੇ ਫਿਊਚਰ ਜਿਹੜਾ ਹੈ ਇਹ ਸਾਰਾ ਇਸ ਸ਼ਬਦ ਵਿੱਚ ਉਸ ਵੇਲੇ ਦੱਸ ਦਿੱਤਾ ਵੀ ਕੀ ਹੋਣਾ ਇਮਨਾਬਾਦ ਦਾ ਕੀ ਹੋਵੇਗਾ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਸ਼ਬਦ ਜਿਹੜਾ ਹੈ ਇਹਨੂੰ ਆਪਾਂ ਸਰਾਪ ਨਹੀਂ ਕਹਿ ਸਕਦੇ ਕਿਉਂਕਿ ਗੁਰੂ ਦਾ ਬਚਨ ਸੱਚਾ ਹੈ ਮਹਾਰਾਜ ਨੇ ਸੱਚ ਦੱਸਿਆ ਜੋ ਹੋਣਾ ਨਿਯਤ ਹੋ ਚੁੱਕਿਆ ਹੈ ਤੇ ਉਹ ਨਿਯਤ ਕਿਉਂ ਹੋਇਆ ਦੇਖੋ ਪਰਮਾਤਮਾ ਵੱਲੋਂ ਹੀ ਉਹਨਾਂ ਨੇ ਪਾਪ ਕੀਤੇ ਉਹਨਾਂ ਨੇ ਹੰਕਾਰ ਕੀਤਾ ਜਿਹਦੇ ਕਰਕੇ ਉਹਨਾਂ ਤੇ ਐਸੀ ਬਿਪਤਾ ਹੁਣ ਪੈਣੀ ਹੈ ਸ੍ਰੀ ਮੁਖਵਾਕ ਤਿਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਪਾਪ ਕੀ ਜਾਣ ਲੈ ਕਾਬਲ ਹੋਤਾਇਆ ਜੋਰੀ ਮੰਗੈ ਦਾਨ ਵੇ ਲਾਲੋ ਸਰਮ ਧਰਮ ਦਵੇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਕਾਜ਼ੀਆ ਬਾਮਣਾ ਕੀ ਗਲ ਥੱਕੀ ਅਗਦ ਪੜੈ ਸੈਤਾਨ ਵੇ ਲਾਲੋ ਮੁਸਲਮਾਨੀਆਂ ਪੜੈ ਕਤੇਬਾ ਕਸਤਮ ਹੈ ਕਰਹਿ ਖੁਦਾਏ ਵੇ ਲਾਲੋ ਜਾਤ ਸਨਾਤੀ ਹੋਰ ਹਿਦਵਾਣੀਆਂ ਇਹ ਭੀ ਲਿਖੈ ਲਾਏ ਵੇ ਲਾਲੋ ਹੁਣ ਕੇ ਸੋਹਲੇ ਗਵਾਈ ਗਾਵਿਐ ਨਾਨਕ ਰਤਕਾ ਕੁੰਗੂ ਪਾਏ ਵੇ ਲਾਲੋ ਹੁਣ ਇਸ ਦੇ ਅਰਥ ਜਿਹੜੇ ਹਨ ਕਵੀ ਸੰਤੋਖ ਸਿੰਘ ਜੀ ਆਪ ਦੱਸਦੇ ਹਨ ਚਾਪੇ ਇਸ ਕਾ ਕਰਹੁ ਅਰਥ ਬਖਾਨ ਉਸ ਵੇਲੇ ਭਾਈ ਲਾਲੂ ਨੇ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮਹਾਰਾਜ ਕਿਰਪਾ ਕਰਕੇ ਇਸ ਦੇ ਅਰਥ ਸੁਣਾਓ ਸਾਨੂੰ ਇਹਦੇ ਮੀਨਿੰਗ ਦੱਸੋ ਇਹ ਸ਼ਬਦ ਦੇ ਸੁਨਿਆ ਸਰੋਤਾ ਦੇ ਕਰ ਕਾਨ ਸੋ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਹੇ ਸਰੋਤਾ ਜਣੋ ਤੁਸੀਂ ਸੁਣੋ ਹੁਣ ਸਾਰੇ ਇਹਦੇ ਅਰਥ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਕਿਵੇਂ ਭਾਈ ਲਾਲੂ ਨੂੰ ਦੱਸੇ ਸੋ ਉਹ ਅਰਥ ਆਪ ਜੀ ਸਾਰੇ ਸੁਣੋ ਲਾਲੋ ਸੋ ਗੁਰਗਿਰਾ ਅਲਾਏ ਭਾਈ ਲਾਲੋ ਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਇਹ ਜਿਹੜੇ ਬਚਨ ਭਾਈ ਲਾਲੋ ਦੇ ਪਰਥਾਏ ਸਤਿਗੁਰਾਂ ਨੇ ਉਚਾਰਨ ਕੀਤੇ ਐਸੇ ਨਹਿ ਮਨ ਮਹਿ ਤੂੰ ਲੈ ਆਏ ਕਹਿੰਦੇ ਐਸਾ ਨਾ ਤੂੰ ਮਨ ਵਿੱਚ ਲੈ ਕੇ ਆਈ ਲਾਲੋ ਸਰਾਪ ਦੇ ਤਰੋਸ ਮਨ ਕੀਨੋ ਕਹਿ ਲਗੇ ਇਹ ਨਾ ਤੂੰ ਜਾਣੇ ਕਿ ਅਸੀਂ ਕੋਈ ਸਰਾਪ ਦੇ ਰਹੇ ਹਾਂ ਇਮਨਾਬਾਦ ਨੂੰ ਜਾਂ ਅਸੀਂ ਇਮਨਾਬਾਦ ਨੂੰ ਕਸ ਕਰ ਰਹੇ ਹਾਂ ਸਾਹਿਬ ਕੀ ਆਏ ਸਹੀ ਚੀਨੋ ਕਹਿ ਲਗੇ ਇਹ ਸਾਹਿਬ ਇਪ ਪਰਮਾਤਮਾ ਦੀ ਆਗਿਆ ਹੀ ਜਨਨਾ ਕਰੋ ਪਰਮਾਤਮਾ ਨੇ ਐਸੀ ਨੇਤ ਬਣਾਈ ਹੈ ਇਹ ਪਰਮਾਤਮਾ ਦੇ ਹੁਕਮ ਵਿੱਚ ਹੀ ਹੋਣਾ ਹੈ ਜਿਵੇਂ ਵਾਹਿਗੁਰੂ ਕਰਤ ਰਜਾਈ ਜਿਵੇਂ ਵਾਹਿਗੁਰੂ ਰਜਾ ਕਰਦਾ ਹੈ ਜਿਵੇਂ ਵਾਹਿਗੁਰੂ ਦਾ ਆਪਣਾ ਭਾਣਾ ਵਰਤੌਂਦਾ ਹੈ ਜਿਵੇਂ ਉਹ ਵਿਲ ਆਫ ਗੋਡ ਹੁੰਦੀ ਹੈ ਉਸੇ ਤਰ੍ਹਾਂ ਹੀ ਪਰਮਾਤਮਾ ਆਪ ਹੀ ਕਰਨ ਵਾਲਾ ਹੈ ਤੈਸੇ ਹੀ ਮੈਂ ਕਹਿਤ ਬਣਾਈ ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਉਸ ਦੀ ਰਜਾ ਨੂੰ ਹੀ ਤੁਹਾਨੂੰ ਦੱਸ ਰਹੇ ਹਾਂ ਜੋ ਪਰਮਾਤਮਾ ਨੇ ਕਰਨਾ ਹੈ ਜੋ ਉਹ ਕਰ ਰਿਹਾ ਹੈ ਉਹ ਅਸੀਂ ਤੁਹਾਨੂੰ ਦੱਸ ਰਹੇ ਹਾਂ ਪਰ ਇਹਦੇ ਵਿੱਚ ਇੱਕ ਭੇਤ ਵੀ ਹੈ ਕਿ ਗੁਰੂ ਨਾਨਕ ਆਪ ਹੀ ਪਰਮਾਤਮਾ ਹੈ ਤਾਂ ਇਸੇ ਕਰਕੇ ਤਾਂ ਗੁਰੂ ਨਾਨਕ ਜੀ ਜਾਣਦੇ ਹਨ ਵੀ ਅੱਗੇ ਕੀ ਹੋਣਾ ਹੈ ਕਿਉਂਕਿ ਕਰਨ ਤੇ ਕਰਾਉਣ ਵਾਲੇ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ ਦੇਖੋ ਮਹਾਰਾਜ ਨੇ ਭਾਈ ਮਰਦਾਨੇ ਨੂੰ ਉਹ ਦੋ ਸੰਤਾਂ ਦੇ ਨਾਲ ਭੇਜਿਆ ਉਹ ਤਾਂ ਉਹਨਾਂ ਨੇ ਜਿਹੜੀ ਐਸਾ ਪਾਪ ਉਹਨਾਂ ਨੇ ਕਰਨਾ ਸੀਗਾ ਇਹ ਸਾਰੀ ਖੇਡ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਹੀ ਵਰਤਾਉਂਦੇ ਹਨ ਲੋਕਨ ਇਹਾ ਪਾਪ ਜੋ ਕੀਨਾਂ ਦੇਖੋ ਇਹ ਲੋਕ ਜਿਹੜੇ ਇੱਥੇ ਏਮਨਾਬਾਦ ਵਿੱਚ ਰਹਿ ਕੇ ਜਿਹੜਾ ਪਾਪ ਕਰਦੇ ਹਨ ਸੋ ਕਾਬਲ ਮਹ ਤਨ ਧਰ ਲੀਨਾਂ ਦੇਖੋ ਉਹ ਪਾਪਾਂ ਦੇ ਫਲ ਨੇ ਕਾਬੂਲ ਦੇ ਵਿੱਚ ਇੱਕ ਸਰੀਰ ਧਾਰਨ ਕਰ ਲਿਆ ਹੈ ਉਹ ਸਰੀਰ ਬਣ ਗਿਆ ਹੈ ਇਹਨਾਂ ਦੇ ਪਾਪ ਇਕੱਠੇ ਹੋ ਕੇ ਇੱਕ ਪਾਪ ਦਾ ਸਰੀਰ ਇੱਕ ਬਾਡੀ ਬਣ ਗਈ ਹੈ ਜਿਹੜੀ ਕਾਬੁਲ ਤੋਂ ਆ ਰਹੀ ਹੈ ਸੋ ਕਾਬੁਲ ਤੋਂ ਧਾਕੇ ਘੋੜਾ ਭਜਾ ਕੇ ਆ ਰਹੀ ਹੈ ਗੱਲ ਹੋ ਰਹੀ ਹੈ ਬਾਬਰ ਬਾਬਰ ਦੀ ਸੋ ਬਾਬਰ ਜਿਹੜਾ ਸੀਗਾ ਉਹ ਜਿਹੜਾ ਹੈ ਮੁਗਲਾਂ ਦੀ ਫੌਜ ਲੈ ਕੇ ਆ ਰਿਹਾ ਸੀਗਾ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਕਹਿੰਦੇ ਕਾਬਲ ਤੋਂ ਉਹ ਤੁਰ ਪਿਆ ਹੈ ਉਹ ਆ ਰਿਹਾ ਹੈ ਕਾਬੁਲ ਤੋਂ ਤੇ ਇਧਰਲੇ ਪਾਸੇ ਆ ਰਿਹਾ ਹੈ ਉਹ ਕੋਈ ਹੋਰ ਨਹੀਂ ਬਾਬਰ ਬਾਬਰ ਉਹੀ ਹੈ ਕਿ ਸਾਰੇ ਪਾਪਾਂ ਨੇ ਆਪਣਾ ਰੂਪ ਧਾਰਨ ਕਰ ਲਿਆ ਹੈ ਇਹ ਪਾਪਾਂ ਦਾ ਫਲ ਇਹਨਾਂ ਨੂੰ ਦੇਣ ਵਾਸਤੇ ਉਹ ਪਾਪ ਰੂਪ ਆਪ ਹੀ ਆ ਰਿਹਾ ਹੈ। ਅਗ ਕਉ ਫਲ ਦੁਖ ਦੇਹ ਘਨੇਰਾ ਦੇਖੋ ਪਾਪਾਂ ਦਾ ਫਲ ਦੇਣ ਵਾਸਤੇ ਜੋ ਕਿ ਦੁੱਖ ਦੁੱਖ ਹੈ ਪਾਪਾਂ ਦਾ ਫਲ ਬਹੁਤ ਵੱਡਾ ਇਹ ਦੁੱਖ ਜਿਹੜਾ ਇਹਨਾਂ ਨੇ ਸਿਰੇ ਪਾ ਲਿਆ ਹੈ। ਬਿਨ ਦਿਨੇ ਨਹਿ ਹੋਏ ਨਿਬੇਰਾ ਬਿਨ ਦਿਨੇ ਇਹਨਾਂ ਨੂੰ ਸਜ਼ਾ ਦੇਣ ਤੋਂ ਬਗੈਰ ਇਹਨਾਂ ਦਾ ਕਰਮ ਜਿਹੜਾ ਹੈ ਨਿਭੜਨਾ ਨਹੀਂ ਇਹ ਕਰਮ ਨਿਵੇੜਨ ਵਾਸਤੇ ਇਹ ਕਰਮ ਨੂੰ ਖਤਮ ਕਰਨ ਵਾਸਤੇ ਇਹਨਾਂ ਨੂੰ ਇਹ ਦੁੱਖ ਸਹਿਣਾ ਹੀ ਪੈਣਾ ਹੈ ਦੋਹਰਾ ਮੁਗਲ ਰੂਪ ਤਰ ਆਵਏ ਮੰਗੈ ਹ ਬਲ ਸੋ ਦਾਨ ਇਸ ਕਰਕੇ ਪਾਪਾਂ ਦਾ ਫਲ ਮੁਗਲਾਂ ਦਾ ਇਹ ਰੂਪ ਵਿੱਚ ਆ ਰਿਹਾ ਹੈ ਤੇ ਇਹਨਾਂ ਤੋਂ ਜੋਰੀ ਦਾਨ ਮੰਗੇਗਾ ਕਿਉਂਕਿ ਇਹਨਾਂ ਨੇ ਖੁਸ਼ੀ ਨਾਲ ਕੋਈ ਸੰਤ ਕੋਈ ਮਹਾਪੁਰਸ਼ ਦੀ ਸੇਵਾ ਨਹੀਂ ਕੀਤੀ ਇਹਨਾਂ ਨੇ ਕੋਈ ਖੁਸ਼ੀ ਨਾਲ ਕਿਸ ਨੂੰ ਦਾਨ ਨਹੀਂ ਦਤਾ ਰੋਟੀ ਨਹੀਂ ਖਿਲਾ ਸਕੇ ਪਰ ਇਸ ਕਰਕੇ ਕਹਿੰਦੇ ਮੰਗ ਹੈ ਬਲ ਸੋਦਾਨ ਇਹ ਜਿਹੜਾ ਹਨ ਬਲ ਨਾਲ ਇਹ ਦਾਨ ਮੰਗੇਗਾ ਇਹ ਖੋਕੇ ਲੈ ਕੇ ਜਾਏਗਾ ਸੋ ਇਸ ਕਰਕੇ ਜਿਹੜਾ ਹੈ ਮੰਗ ਹੈ ਬਲ ਸੋਦਾਨ ਕਹਿ ਲਗੇ ਬਲ ਆਪਣੀ ਤਾਕਤ ਨਾਲ ਉਹ ਮੰਗੇਗਾ ਸਾਰੇ ਮਾ ਧਰਮ ਕਲ ਕਾਲ ਮਹ ਭਈ ਸਰਬ ਕੀ ਹਾਨ ਕਹਿੰਦੇ ਸ਼ਰਮ ਸ਼ਰਮ ਉੱਠ ਜਾਏਗੀ ਕਿਸੇ ਨੂੰ ਕੋਈ ਸ਼ਰਮ ਨਹੀਂ ਰਹੇਗੀ ਧਰਮ ਜਿਹੜਾ ਹੈ ਕਲ ਯੁਗ ਦੇ ਸਮੇਂ ਵਿੱਚ ਉਹ ਵੀ ਪੰਖ ਲਾ ਕੇ ਉੱਡ ਜਾਏਗਾ ਕਹਿੰਦੇ ਭਈ ਸਰਬ ਕੀ ਹਾਨ ਸਾਰਿਆਂ ਦੀ ਹਾਨ ਸਾਰਿਆਂ ਦੀ ਮੌਤ ਹੋਣੀ ਹੈ ਚੋਪੇ ਮੰਤਰੀ ਫਿਰ ਹੈ ਕੂਰ ਅਬ ਹੋਏ ਸਾਰੇ ਮੰਤਰੀ ਜਿਹੜੇ ਹਨ ਜਿਨ੍ਹਾਂ ਤੇ ਲੋਕ ٹرسٹ ਕਰਕੇ ਉਹਨਾਂ ਨੂੰ ਉਹ ਪੋਜੀਸ਼ਨ 'ਚ ਬਿਠਾਇਆ ਜਾਂਦਾ ਹੈ ਜਿੱਥੇ ਨਿਆਂ ਕੀਤਾ ਜਾਵੇ ਉਹ ਵੀ ਮੰਤਰੀ ਜਿਹੜੇ ਹਨ ਝੂਠ ਹੀ ਮਾਰਦੇ ਫਿਰਨਗੇ ਉਹੀ ਝੂਠ ਦੇ ਪਿੱਛੇ ਲੱਗੇ ਲੋਕਾਂ ਤੇ ਜ਼ੁਲਮ ਕਰਨਗੇ ਕਨ ਕਾਜੀ ਤੇਜਬਰ ਹੈ ਜੋ ਜਿੰਨੇ ਵੀ ਕਾਜੀ ਹਨ ਜਾਂ ਪੰਡਤ ਲੋਕ ਹਨ ਜੇ ਮੁਸਲਮਾਨਾਂ ਨੂੰ ਤੇ ਹਿੰਦੂਆਂ ਦੇ ਜੋ ਕਿ ਰਿਲੀਜੀਅਸ ਲੀਡਰਸ ਹਨ ਜੋ ਲੀਡਰਸ ਜਿਹੜੇ ਹਨ ਐਡਵਾਈਜ਼ਰਸ ਹਨ ਉਹ ਵੀ ਐਸਾ ਕਰਨਗੇ ਇਨਕੋ ਕਹਿਓ ਨਾ ਮੰਨਣਾ ਕੋਈ ਇਹਨਾਂ ਦੀ ਕੋਈ ਨਹੀਂ ਗੱਲ ਮੰਨੇਗਾ ਅੱਜ ਧਰਮ ਦੀ ਗੱਲ ਚਾਹੇ ਉਹ ਕਾਜੀ ਕਹੇ ਚਾਹੇ ਪੰਡਿਤ ਕਹੇ ਕਿਸੇ ਨੇ ਸੱਚੀ ਗੱਲ ਨਹੀਂ ਮੰਨਣੀ ਹੁਣ ਕਹਿੰਦੇ ਨਿਕਾਹ ਸਤਾਨੀ ਸੋਈ ਕਹਿੰਦੇ ਨਿਕਾਹ ਜਿਹੜਾ ਹੈ ਆਮ ਤਾ ਕਾਜੀ ਕਰਦੇ ਹੁੰਦੇ ਹਨ ਤੇ ਕਹਿੰਦੇ ਹੁਣ ਨਿਕਾਹ ਸਤਾਨ ਕਰੇਗਾ ਸ਼ੈਤਾਨ ਜਿਹੜਾ ਹੈ ਏ ਮਤਲਬ ਹੈ ਕਿ ਜਿੱਥੇ ਵੀ ਕੋਈ ਲੜਕੀ ਉਹ ਦੇਖਣਗੇ ਇਸ ਤਰ੍ਹਾਂ ਹੀ ਚੁੱਕ ਕੇ ਲੈ ਜਾ ਕਰਨਗੇ ਅਗਵਾ ਕਰਕੇ ਲੈ ਜਾ ਕਰਨਗੇ ਕੋਈ ਨਹੀਂ ਵਿਆਹ ਵਿਉ ਕਰਾਵੇਗਾ ਤਾਂ ਇਹ ਸ਼ੈਤਾਨ ਦੀ ਰੀਤੀ ਤੁਰ ਪੈਣੀ ਹੈ ਜਿੱਥੇ ਦੇਖੀ ਉੱਥੇ ਚੁੱਕੇ ਲੈ ਜਾਂਦੇ ਹਨ ਅੰਗਣਾ ਸੁੰਦਰ ਦੇਖ ਲੁਭਾਈ ਦੇਖੋ ਅੰਗਣ ਜਿਹੜੇ ਹਨ ਸੁੰਦਰ ਇਸਤਰੀਆਂ ਨੂੰ ਦੇਖ ਕੇ ਉਹ ਲੁਭਾਏ ਮਨ ਹੋਣਗੇ ਐਸੇ ਜਿਹੜੇ ਜਰਮਾਨੇ ਹਨ ਜਿਹੜੇ ਮੁਗਲ ਆ ਰਹੇ ਹਨ ਬਲਸੋਂ ਭੋਗ ਹੈ ਲੇਹ ਮੰਗਾਈ ਦੇਖੋ ਫਿਰ ਬਲਸੋ ਉਹਨਾਂ ਨਾਲ ਭੋਗ ਕਰਨਗੇ ਜਿਹੜਾ ਹਨ ਉਹਨਾਂ ਨੂੰ ਰਿਪ ਕਰਨਗੇ ਕਹਿਣ ਲਗੇ ਫਿਰ ਮੰਗਾ ਮੰਗਾ ਕੇ ਐਸਾ ਕੁਕਰਮ ਕਰਿਆ ਕਰਨਗੇ ਖੁਲਿਆਮ ਭਟੇ ਕਤੇ ਮੁਸਲਮਾਨੀ ਦੇਖੋ ਵੱਡੇ ਕਿਤਾਬਾਂ ਮੁਸਲਮਾਨੀਆਂ ਜਿਹੜੀਆਂ ਹਨ ਉਹ ਕਿਤਾਬਾਂ ਪੜਨਗੀਆਂ ਪੜਦੇ ਵਿੱਚ ਬਹਿ ਕੇ ਵਿਚਾਰੀਆਂ ਕਹੇ ਖੁਦਾਏ ਸਰਬਮਹਾਨੀ ਉਹ ਪਰ ਉਹ ਜਿਹੜਾ ਦੁਆ ਕਰਨ ਗਿਆ हे ਖੁਦਾ ਇਹ ਸਾਡੇ ਨਾਲ ਤੂੰ ਕੀ ਕਰ ਦਿੱਤਾ ਉਹ ਖੁਦਾ ਨੂੰ ਐਸੀਆਂ ਗੱਲਾਂ ਪੁੱਛਣ ਗਿਆ ਆਪਣੀਆਂ ਕਿਤਾਬਾਂ ਖੋਲ ਕੇ ਕਿ हे ਖੁਦਾ ਸਾਡੇ ਨਾਲ ਤੂੰ ਕੀ ਕੀਤਾ ਤੇਤ ਗਰੀਬਾਂ ਕੋ ਦੁਖ ਭਾਰੀ ਦੇਖੋ ਗਰੀਬਾਂ ਨੂੰ ਦੁੱਖ ਦਿੱਤਾ ਜਾਏਗਾ ਕੋਈ ਦੁਖੀ ਦਾ ਦੁੱਖ ਨਹੀਂ ਵੰਡੇਗਾ ਕੋਈ ਦੁਖੀ ਦਾ ਦੁੱਖ ਨਹੀਂ ਦੂਰ ਕਰੇਗਾ ਉਤੋਂ ਉਹਦੇ ਤੇ ਹੋਰ ਵੀ ਜ਼ੁਲਮ ਕੀਤੇ ਜਾਣਗੇ ਤੇ ਕੋ ਫਲ ਹੋਏ ਕਸ਼ਟ ਅਪਾਰੀ ਤੇ ਕੋ ਫਲ ਉਹਨਾਂ ਦਾ ਫਲ ਵੀ ਬਹੁਤ ਭਾਰੀ ਹੋਏਗਾ ਕਸ਼ਟ ਬੜਾ ਭਾਰਾ ਹੋਵੇਗਾ ਜਬ ਹੈ ਮਾਰ ਪਰ ਹੈ ਤਨ ਤਾਈ ਜਦੋਂ ਉਹਨਾਂ ਤੇ ਮਾਰ ਪਰੇਗੀ ਜਦੋਂ ਉਹਨਾਂ ਤੇ ਐਰਾ ਐਸਾ ਜਿਹੜੀ ਬਿਪਤਾ ਪਏਗੀ हे ਖੁਦਾਏ ਕੀ ਕਰ ਹੈ ਅਲਾਈ ਉਸ ਵੇਲੇ ਕਹਿਣਗੇ हे ਖੁਦਾਏ ਇਹ ਤੂੰ ਕੀ ਕਰਈ ਕਿ ਕਰੇ ਕਹਿੰਦੇ ਕੀ ਕਰੀਏ ਹੁਣ हे खुदा तू दस असि की करिए ਸਾਡਾ ਦੁੱਖ ਕਿਵੇਂ ਦੂਰ ਹੋਵੇ ਅਲਾਈ ਹੇ ਅੱਲਾ ਤੂੰ ਸਾਨੂੰ ਕਿਦੋ ਬਚਾਏਂਗਾ ਐਸੀਆਂ ਪ੍ਰਾਰਥਨਾ ਕਰਨਗੇ ਪਰ ਹੁਣਾ ਕੁਝ ਵੀ ਨਹੀਂ ਹੈ ਦੁਹਰਾ ਨੀਚ ਜਾਤ ਪੁਣ ਹਿੰਦੂਣੀ ਗਹਿਮੰਗ ਵਾਵਹੈ ਸੋਏ ਦੇਖੋ ਜਿਹੜੇ ਨੀਚ ਹਨ ਨੀਚ ਜਿਹੜੇ ਹਨ ਕੁੱਕਰਮੀ ਹਨ ਉਹ ਜਿਹੜੇ ਹਨ ਜਿਹੜੇ ਹਿੰਦੂਣੀਆਂ ਹਨ ਹਿੰਦੂਆਂ ਦੇ ਘਰ ਦੀਆਂ ਲੜਕੀਆਂ ਹਨ ਤੇ ਉਹਨਾਂ ਨੂੰ ਕਹਿ ਕੇ ਮੰਗਵਾ ਮਗਾਉਣਗੇ ਆਪਣੇ ਘਰ ਦੇ ਵਿੱਚ ਜੋਰੋ ਜਰਬੀ ਉਹਨਾਂ ਨਾਲ ਜਿਹੜਾ ਹੈ ਭੋਗ ਕਰਨਗੇ ਕਹਿੰਦੇ ਐਸੇ ਨੀਚ ਜਾਤ ਜਿਹੜੇ ਨੀਵੀਆਂ ਜਾਤੀਆਂ ਵਾਲੇ ਹਨ ਉਹਨਾਂ ਨੂੰ ਪਕੜ ਪੜ ਕੇ ਪਕੜ ਕੇ ਸਲੀਫ ਬਣਾਉਣਗੇ ਉਹਨਾਂ ਨੂੰ ਕਾਰਜ ਵਾਸਤੇ ਪੈਸੇ ਵੀ ਉਹਨਾਂ ਨੇ ਨਹੀਂ ਦੇਣੇ ਉਹਨਾਂ ਨੂੰ ਜੋਰੋ ਜਰਬੀ ਉਹਨਾਂ ਤੋਂ ਕੰਮ ਕਰਾਇਆ ਕਰਨਗੇ ਗਾਏ ਖੂਨ ਕੇ ਸੋਹਲੇ ਰਤ ਕਾ ਕੁੰਗੂ ਹੋਏ ਦੇਖੋ ਗਾਏ ਖੂਨ ਕੇ ਸੋਹਲੇ ਕਹਿੰਦੇ ਖੂਨ ਦੇ ਸੋਹਲੇ ਗਾਉਣਗੇ ਖੂਨ ਦੀਆਂ ਖੁਸ਼ੀਆਂ ਮਨਾਉਣਗੇ ਖੂਨ ਡੋਲ ਕੇ ਉਹਨਾਂ ਨੂੰ ਖੁਸ਼ੀਆਂ ਹੋਣਗੀਆਂ ਰਤਕਾ ਕੁੰਗੂ ਹੋਏ ਕਹਿੰਦੇ ਜੋ ਜਿਹੜਾ ਹੈ ਸਿਰ ਤੇ ਜਿਹੜਾ ਸੰਧੂਰ ਲਾਉਂਦੀਆਂ ਹਨ ਕਹਿੰਦੇ ਉਹ ਅੱਜ ਲੱਗੇਗਾ ਖੂਨ ਦਾ ਲੋ ਦੇ ਜਿਹੜੇ ਹਣ ਕੁੰਗੂ ਲੱਗਣਗੇ ਅੱਜ ਉਹਨਾਂ ਦੀਆਂ ਮੰਗ ਜਿਹੜੀਆਂ ਹਨ ਉਹ ਉਜੜਨ ਗਿਆ ਐਸੀਆਂ ਚੌਪੇ ਲਾਲੋ ਬੈਠੋ ਹੂ ਤੋ ਅਗਾਰੀ ਭਾਈ ਲਾਲੋ ਜੀ ਅੱਗੇ ਹੋ ਕੇ ਬੈਠੇ ਹਨ ਸੁਣਦੇ ਗੁਰੂ ਨਾਨਕ ਸਾਹਿਬ ਨੇ ਜੋ ਅਰਥ ਦੱਸੇ ਸੁਨ ਬੂਜਨ ਹਿਤ ਗਿਰਾ ਉਚਾਰੇ ਹੁਣ ਬੂਜਨ ਪੁੱਛਣ ਵਾਸਤੇ ਭਾਈ ਲਾਲੋ ਨੇ ਇਹ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਪਰਸ਼ਨ ਕੀਤਾ ਮੁਗਲੇ ਆਵਹ ਕਰਹਿ ਲੜਾਏ ਮਹਾਰਾਜ ਮੁਗਲ ਆਉਣਗੇ ਲੜਾਈ ਕਰਨਗੇ ਇੱਥੇ ਆ ਕੇ ਇਮਨਾਬਾਦ ਦੇ ਵਿੱਚ ਆ ਕੇ ਬਰੇថា ਕਹੋ ਜਗਰਾ ਮਹਾਰਾਜ ਉਹ ਕਿਸ ਤਰ੍ਹਾਂ ਹੋਵੇਗਾ ਹੈ ਜਗਦੇ ਦੇ ਸੌਮੇ ਸਾਨੂੰ ਇਹ ਗੱਲ ਸਮਝਾਓ ਚੰਗੀ ਤਰ੍ਹਾਂ ਕਬਲਾ ਰਾਜ ਕਰਾਂ ਜਗ ਮਾਹੀ ਤੇ ਫਿਰ ਭਾਈ ਲਾਲੋ ਪੁੱਛਦਾ ਹੈ ਮੁਗਲਾਂ ਦਾ ਰਾਜ ਕਿਦੋਂ ਤੱਕ ਹੋਵੇਗਾ ਕਿਦੋਂ ਤੱਕ ਉਹ ਇੱਥੇ ਆ ਕੇ ਰਾਜ ਕਰਨਗੇ ਪੁਨ ਧਰਨੀ ਤੇ ਸੋ ਕਬ ਜਾਹੀ ਫਿਰ ਇਹ ਧਰਤੀ ਤੋਂ ਇਹ ਭਾਰਤ ਤੋਂ ਭਾਰਤ ਦੇਸ਼ ਤੋਂ ਕਿਦੋਂ ਉਹ ਵਾਪਸ ਜਾਣ ਕੇ ਨਿਕਲਣਗੇ ਇਥੋਂ ਖਾਨ ਮਹਾਮਦ ਅੰਦਰ ਹਾਵਹ ਦੇਖੋ ਇਹ ਜਿਹੜਾ ਹਨ ਜਿਹੜਾ ਹਨ ਪਠਾਨ ਲੋਕ ਜਿਹੜੇ ਹਨ ਜਿਹੜੇ ਆਪਣੇ ਹੰਕਾਰ ਦੇ ਵਿੱਚ ਅੰ ਨੇ ਹੋਏ ਫਰਦੇ ਹਨ ਕਹਿੰਦੇ ਇਹ ਜਿਹੜੇ ਹਨ ਇਹ ਕਿੱਥੇ ਰਹਿਣਗੇ ਇਹਨਾਂ ਦਾ ਕੀ ਹਾਲ ਹੋਵੇਗਾ ਕਰੇ ਅਵਗਿਆਤ ਸਫਲ ਪਾਵ ਹੈ ਦੇਖੋ ਇਹਨਾਂ ਨੇ ਤਾਂ ਜੋ ਇਹਨਾਂ ਨੇ ਕੀਤਾ ਇਹਦਾ ਫਲ ਇਹਨਾਂ ਨੂੰ ਮਿਲਣਾ ਹੀ ਮਿਲਣਾ ਹੈ ਇਨਾਂ ਦਾ ਫਲ ਜਿਹੜਾ ਹੈ ਉਹ ਪਰਮਾਤਮਾ ਨੇ ਤਾਂ ਇਹਨਾਂ ਨੂੰ ਭਗਤ ਹੋਣਾ ਹੀ ਹੈ ਕਿਉਂਕਿ ਮੰਦਬਤੀ ਜਦੋਂ ਹੋਏ ਇਹ ਪਠਾਨ ਲੋਕ ਦੋਹਰਾ ਲਾਲੋ ਤੇ ਸੁਨ ਸਰੋਣ ਮਹ ਪੁਨ ਭਾਖੇ ਬਚ ਕਰੂਰ ਜਦੋਂ ਐਸਾ ਪਰਸ਼ਨ ਪਾਈ ਲਾਲੋ ਤੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਣਿਆ ਤਾਂ ਮਹਾਰਾਜ ਨੇ ਫਿਰ ਅੱਗੇ ਜਿਹੜੀ ਅਸਲੀਅਤ ਹੈ ਉਹ ਅੱਗੇ ਦੱਸਣਾ ਕੀਤਾ ਹੁਣ ਵਿਸਤਾਰ ਦੇ ਨਾਲ ਸਤਿਗੁਰੂ ਜੀ ਦੱਸਦੇ ਹਨ ਜੋ ਕਰੂਰ ਹੈ ਬੜੀ ਭਿਆਨਕ ਹੈ ਕਹਤੋ ਜਨਕੇ ਖਾਨ ਕੀ ਦਈ ਸਫਾ ਕਰ ਦੂਰ ਕਹਤੋ ਜਨਕੇ ਖਾਨ ਖਾਨ ਕੀ ਕਹਿੰਦੇ ਜਿਨ੍ਹਾਂ ਦੀ ਕਹਿੰਦੇ ਹਨ ਇਹ ਜਿਹੜੀ ਧਰਤੀ ਖਾਨ ਦੀ ਹੈ ਇਹ ਪਠਾਣਾ ਦੀ ਧਰਤੀ ਹੈ ਦੇ ਸਫਾ ਕਰ ਦੂਰ ਇਹਨਾਂ ਦੇ ਆ ਸ਼ਫਾਵਾਂ ਉੱਠ ਜਾਣਗੀਆਂ ਇੱਥੋਂ ਕੋਈ ਨਹੀਂ ਖਾਨ ਬਚੇਗਾ ਇੱਥੇ ਸ੍ਰੀ ਮੁਖਵਾਕ ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹੁਣ ਉਹੀ ਸ਼ਬਦ ਦਾ ਜਿਹੜਾ ਅਗਲਾ ਪਦਾ ਮਹਾਰਾਜ ਨੇ ਉਚਾਰਨ ਕੀਤਾ ਸ੍ਰੀ ਮੁਖਵਾਕ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜੈਨ ਉਪਾਈ ਰੰਗ ਰਵਾਏ ਬੈਠਾ ਵੇਖ ਹੈ ਵਖ ਇਕੈਲਾ ਸੱਚਾ ਸੋ ਸਾਹਿਬ ਸੱਚਤ ਪਾਵਸ ਸਚੜਾ ਨਿਆਉ ਕਰੇ ਗਮਸੋਲਾ ਕਾਇਆ ਕੱਪੜ ਟੁਕ ਟੁਕ ਹੋਸੀ ਹਿੰਦੁਸਤਾਨ ਸਮਾਲਸੀ ਬੋਲਾ ਆਵਨ 78 ਜਾਨ 97 ਹੋਰ ਵੀ ਉੱਠਸੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਬੇਲਾ ਇਹਦੇ ਅਰਥ ਜੋ ਕਵੀ ਸੰਤੋਖ ਸਿੰਘ ਜੀ ਨੇ ਦੱਸੇ ਹਨ ਉਹ ਸੁਣੋ ਜੀ ਦੋਹਰਾ ਸ੍ਰੀ ਨਾਨਕ ਪੂਰਨ ਪੁਰਖ ਸਾਹਿਬ ਕੇ ਗੁਣ ਗਾਏ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੂਰਨ ਪੁਰਖ ਹਨ ਤੇ ਪੂਰਨ ਪੁਰਖ ਹੋ ਕਰਕੇ ਸਤਿਗੁਰੂ ਜੀ ਉਹ ਸਾਹਿਬ ਉਸ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹਨਾਂ ਦੇ ਵਰਚੂਸ ਜੋ ਪਰਮੇਸ਼ਰ ਦੇ ਹਨ ਉਹਨਾਂ ਨੂੰ ਗਾਉਂਦੇ ਹਨ ਉਹਨਾਂ ਨੂੰ ਦੱਸਦੇ ਹਨ ਤੇ ਇਹਨਾ ਕੀ ਜੀਅ ਜੋ ਪਿੰਨ ਪਿੰਨ ਹੋਇ ਜਾਏ ਦੇਖੋ ਇਹਨਾਂ ਦੀ ਜਿਹੜੀ ਦੇਹ ਹੈ ਪਠਾਣਾ ਦੀ ਇਹ ਅੱਡ ਅੱਡ ਹੋ ਜਾਏਗੀ ਮਤਲਬ ਕਿ ਇਹਨਾਂ ਦਾ ਇੱਕ ਪੀਸ ਨਹੀਂ ਕਈ ਪੀਸ ਕੱਟੇ ਜਾਣੇ ਹਨ ਜੋ ਮੁਗਲਾਂ ਨੇ ਐਸਾ ਭਿਆਨਕ ਹਮਲਾ ਕਰਨਾ ਕਿ ਇੱਕ ਬਾਡੀ ਦੇ ਕਈ-ਕਈ ਪੀਸ ਕਰਕੇ ਉਹਨਾਂ ਨੇ ਸੜ ਦੇਨੇ ਹਨ ਧਰਤੀ ਤੇ ਚਾਪੇ ਮਾਸਪੁਰੇ ਇਹ ਥਲ ਹੋਏ ਜਾ ਬਹਿ ਦੇਖੋ ਇਹ ਪੂਰੀ ਐਮਨਾਬਾਦ ਵਿੱਚ ਮਾਸੇ ਮਾਸ ਪਿਆ ਹੋਗਾ ਮਰਿਆਂ ਹੋਿਆਂ ਦਾ ਲੋਥਾਂ ਹੀ ਲੋਥਾਂ ਪੰਜਾਂ ਹੋਣ ਗਿਆ ਸਾਰੇ ਪਾਸੇ ਮਿਝ ਪਈ ਹੋਏਗੀ ਇਸ ਬਿੱਦ ਮਸਲਾ ਕਰਦੇ ਖਰਾਬ ਹੈ ਜੇ ਇਸ ਦਾ ਇਸ ਬਿੱਦ ਕਹਿੰਦੇ ਇਸ ਪ੍ਰਕਾਰ ਕਰਕੇ ਸਤਗੁਰਾਂ ਨੇ ਵਾਕ ਜਿਹੜਾ ਹਨ ਕਰਕੇ ਇਹ ਸਾਰਾ ਹੀ ਦ੍ਰਿਸ਼ ਦਿਖਾਉਣਾ ਕੀਤਾ ਪਾਈ ਲਾਲੋ ਨੂੰ ਦੇਖ ਪਾਈ ਲਾਲੋ ਇਹ ਗੱਲ ਇੱਥੇ ਹੁਣੀ ਹੈ ਜਿਸ ਨੇ ਸਰਬ ਜਗਤ ਉਪਜਾਇਓ ਕਹਿੰਦੇ ਜਿਸ ਪਰਮਾਤਮਾ ਨੇ ਸਾਰੇ ਜਗਤ ਦੀ ਉਤਪਤੀ ਕੀਤੀ ਜਗਤ ਨੂੰ ਬਣਾਇਆ ਹੈ ਅਨਿਕ ਪ੍ਰਕਾਸ਼ ਰੰਗ ਦੇ ਖਰਾਇਓ ਅਨਕ ਜਿਹੜਾ ਹਨ ਅਨੇਕਾਂ ਹੀ ਤਰ੍ਹਾਂ ਦੇ ਪਰਮੇਸ਼ਰ ਨੇ ਜਿਹੜਾ ਹਨ ਆਪਣਾ ਪ੍ਰਕਾਸ਼ ਕਰਕੇ ਰੰਗ ਦਿਖਾਰਿਓ ਕਹਿੰਨੇ ਕਿ 23 ਤਰ੍ਹਾਂ ਦੇ ਰੰਗ ਸਤਿਗੁਰੂ ਜੀ ਦਿਖਾਉਂਦੇ ਹਨ ਪਰਮੇਸ਼ਰ ਪਰਮੇਸ਼ਰ ਐਸਾ ਹੈ ਜਿਹੜਾ ਕਿ ਖੁਸ਼ੀਆਂ ਦੇ ਵਿੱਚ ਵੀ ਜਿਹੜਾ ਹਨ ਉਹਨਾਂ ਦੇ ਖੁਸ਼ੀਆਂ ਵੀ ਦਿਖਾਉਂਦਾ ਹੈ ਪਰ ਜਦੋਂ ਦੁੱਖ ਆਉਂਦਾ ਹੈ ਨਾ ਉਹ ਦੁੱਖ ਵੀ ਫਿਰ ਭਿਆਨਕ ਰੂਪ ਵਿੱਚ ਹੀ ਦਿਖਾਉਂਦਾ ਹੈ ਇਸ ਸਾਹਿਬਤੇ ਹੋਏ ਪ੍ਰਤਕੂਲੇ ਇਸ ਕਾਲੇ ਉਹ ਪਰਮਾਤਮਾ ਦੇ ਪ੍ਰਤਕੂਲ ਹੋਣਾ ਜ਼ਰੂਰੀ ਹੈ ਉਹਨਾਂ ਦੇ ਅਧੀਨ ਹੋਣਾ ਜ਼ਰੂਰੀ ਹੈ ਪਰਮਾਤਮਾ ਤੋਂ ਵੱਡਾ ਨਹੀਂ ਆਪਣੇ ਆਪ ਨੂੰ ਕਿਤੇ ਵੀ ਜਾਣ ਨਾ ਜਾਨਣਾ ਚਾਹੀਦਾ ਤੇ ਨਾ ਹੀ ਪਰਮਾਤਮਾ ਨੂੰ ਭੁੱਲਣਾ ਚਾਹੀਦਾ ਹੈ ਹਮੇਸ਼ਾ ਹੈ ਪਰਮਾਤਮਾ ਦੇ ਅਧੀਨ ਹੀ ਰਹਿਣਾ ਚਾਹੀਦਾ ਹੈ ਉਹਦਾ ਭਾਉ ਉਸਦਾ ਡਰ ਹਮੇਸ਼ਾ ਹਿਰਦੇ ਵਿੱਚ ਹੋਣਾ ਚਾਹੀਦਾ ਹੈ ਬੇਸਿਆਂ ਮਹਿ ਫਸ ਸਭ ਸਦ ਭੁੱਲੇ ਦੇਖੋ ਇਹ ਜੀਵ ਕੀ ਕਰਦੇ ਹਨ ਜਿਵੇਂ ਇਹ ਪਠਾਨ ਨੇ ਇਹਨਾਂ ਨੇ ਵਿਸ਼ੇ ਵਿਕਾਰਾਂ ਦੇ ਮੱਧ ਵਿੱਚ ਉਹਨਾਂ ਦੇ ਨਸ਼ੇ ਦੇ ਵਿੱਚ ਇਹਨੇ ਵਿਸ਼ੇ ਵਿਕਾਰਾਂ ਵਿੱਚ ਇੰਨੇ ਗਲਤਾਨ ਹੋ ਗਏ ਕਿ ਇਹਨਾਂ ਨੂੰ ਸੁੱਧ ਖਬਰ ਹੀ ਭੁੱਲ ਗਈ ਕਿ ਪਰਮਾਤਮਾ ਵੀ ਕਿਤੇ ਹੈ ਇਸ ਕਰਕੇ ਇਹਨਾਂ ਨੇ ਇਹ ਐਸਾ ਜਿਹੜਾ ਹੈ ਸੋਚਣੀ ਦੇ ਨਾਲ ਬੜੇ ਪਾਪ ਕਰ ਲਏ ਹੁਣ ਪਿਖ ਹੈ ਸੋ ਨਿਆਰੋ ਹੋਏ ਤਮਾਸੋ ਦੇਖੋ ਪਰਮਾਤਮਾ ਜਿਹੜਾ ਹੈ ਉਸ ਨੂੰ ਨਿਆਰਾ ਹੋ ਕੇ ਦੇਖਣਾ ਚਾਹੀਦਾ ਹੈ ਪਿਖ ਹੈ ਸੋ ਨਿਆਰੋ ਦੇਖੋ ਪਰਮਾਤਮਾ ਪਾਪੀ ਦੇ ਅੰਦਰ ਵੀ ਹੈ ਪਰ ਉਹ ਨਿਆਰਾ ਹੋ ਕੇ ਦੇਖਦਾ ਹੈ ਇਸ ਕਰਕੇ ਤਾਂ ਆਪਾਂ ਨੂੰ ਕਰਮਾਂ ਦਾ ਜਿਹੜਾ ਹੈ ਫਲ ਭੁਗਤਣਾ ਪੈਂਦਾ ਹੈ ਕਿਉਂਕਿ ਪਰਮਾਤਮਾ ਨਿਆਰੋ ਨਿਆਰੋ ਹੋ ਕੇ ਅਡ ਹੋ ਕੇ ਉਹ ਤਮਾਸ਼ੇ ਨੂੰ ਦੇਖਦਾ ਹੈ ਭਾਵੇਂ ਜੀਵ ਦੇ ਵਿੱਚ ਅੰਦਰ ਵੱਸਦਾ ਵੀ ਹੈ ਪਰਮਾਤਮਾ ਪਰ ਪਰਮਾਤਮਾ ਹਰ ਇੱਕ ਦੇ ਕਰਮ ਨਿਆਰੇ ਹੋ ਕੇ ਦੇਖਦੇ ਹਨ ਸੱਚਾ ਸਾਹਿਬ ਨਿਆਉ ਸੱਚਾ ਸੋ ਇਸ ਕਰਕੇ ਪਰਮਾਤਮਾ ਕਿਸੇ ਦੀ ਸਾਈਡ ਨਹੀਂ ਲੰਦਾ ਕਿਸੇ ਦੇ ਵੱਲ ਵਾਲਾ ਨਹੀਂ ਹੁੰਦਾ ਪਰਮਾਤਮਾ ਹਮੇਸ਼ਾ ਹੀ ਸੱਚ ਤੇ ਖੜਾ ਹੈ ਉਹ ਸੱਚ ਹੀ ਪਰਮਾਤਮਾ ਦਾ ਸਰੂਪ ਹੈ ਸੱਚਾ ਸਾਹਿਬ ਹੈ ਉਹ ਸੱਚਾ ਹੀ ਮਾਲਕ ਹੈ ਉਹਦਾ ਨਿਆਉ ਜਸਤੀਸ ਜਿਹੜਾ ਹੈ ਉਹ ਵੀ ਸੱਚ ਹੈ ਮਸਲੇ ਮੁਜਬ ਕਰ ਹੈ ਸੋਏ ਦੇਖੋ ਧਰਮ ਜੇ ਅਨਸਾਰ ਜੋ ਕੁਝ ਕਰਨਾ ਹੈ ਪਰਮਾਤਮਾ ਆਪ ਕਰਦਾ ਪਰ ਧਰਮ ਅਨਸਾਰ ਕਰਦਾ ਹੈ ਧਰਮ ਉਹ ਹੁੰਦਾ ਹੈ ਜਿਹੜਾ ਸੱਚ ਦੀ ਪਛਾਣ ਕਰਾਉਂਦਾ ਹੈ ਜਿਹੜਾ ਕਿ ਸੱਚ ਨਾਲ ਜੋੜਦਾ ਹੈ ਇਸ ਕਰਕੇ ਧਰਮ ਦੇ ਅਨਸਾਰ ਹੀ ਪਰਮਾਤਮਾ ਕਰਮ ਨਾ ਕਰਮ ਨੂੰ ਭੁਗਤੌਂਦਾ ਹੈ ਕਾਇਆ ਕੱਪੜ ਟੁਕ ਟੁਕ ਹੋਈ ਦੇਖੋ ਇਹ ਕਾਇਆ ਰੂਪ ਜਿਹੜਾ ਕੱਪੜ ਹੈ ਇਹਦੇ ਟੁਕੜੇ ਟੁਕੜੇ ਹੋ ਜਾਣੇ ਹਨ ਹੁਣ ਇਹ ਜਿਹੜਾ ਹਨ ਇਹ ਐਮਨਾਬਾਦ ਜਿਹੜਾ ਹੈ ਇੰਨਾ ਟੁਕ ਟੁਕ ਹੋਣਾ ਇੰਨੇ ਜਿਹੜੇ ਹਨ ਟੁਕੜੀਆਂ ਦੇ ਵਿੱਚ ਬੰਦਿਆਂ ਨੂੰ ਸਰੀਰਾਂ ਨੂੰ ਟੁਕ ਟੁਕ ਕੇ ਛੱਟ ਦੇਣਾ ਹੈ ਜਸ ਅਗ ਕੇ ਤਸ ਹੋਇਆ ਦੁਖ ਭਾਰੀ ਜਿਸ ਤਰ੍ਹਾਂ ਦੇ ਪਾਪ ਕੀਤੇ ਹਨ ਤੈਸਾ ਹੀ ਦੁਖ ਭਾਰਾ ਇਹਨਾਂ ਨੂੰ ਮਿਲਣਾ ہے ہن سرونت پسرہ ہے ਧਰਨ ਮਝਾਰੇ اے ساری ਧਰਤੀ ਐਮਨਾਬਾਦ ਦਾ ਨਗਰ ਜਿਹੜਾ ਹੈ ਖੂਨ ਦੇ ਨਾਲ ਭਰ ਜਾਏਗਾ ਇੱਥੇ ਹੁਣ ਪਾਣੀ ਨਹੀਂ ਦਿਸੇਗਾ ਖਾਲੀਆਂ ਨਾਲੇ ਜਿਹੜੇ ਹਨ ਲਹੂ ਦੇ ਨਾਲ ਭਰ ਜਾਣਗੇ ਸਾਰੇ ਦੁਹਰਾ ਹਿੰਦੁਸਤਾਨ ਕੋ ਕੋ ਬੋਲ ਜੋ ਆਨ ਸਮਲ ਹੈ ਸੋਏ ਸੋ ਇਸ ਪ੍ਰਕਾਰ ਕਰਕੇ ਕਹਿੰਦੇ ਹਿੰਦੁਸਤਾਨ ਦਾ ਜਿਹੜਾ ਬੋਲ ਹੈ ਇਸ ਦਾ ਰਾਜ ਹੈ ਹੁਣ ਮੁਗਲਾਂ ਦਾ ਬੋਲ ਬਾਲਾ ਇੱਥੇ ਹੁਣਾ ਹੈ ਹੁਣ ਇਹਨਾਂ ਦਾ ਰਾਜ ਇੱਥੇ ਚੱਲਣਾ ਹੈ ਇਹਨਾਂ ਨੇ ਆਕੇ ਹੁਣ ਮੁਗਲਾਂ ਨੇ ਹਿੰਦੁਸਤਾਨ ਦੇ ਰਾਜ ਨੂੰ ਸੰਭਾਲ ਲੈਣਾ ਹੈ 1578 ਆਵਣ ਤਿੰਨ ਕੋ ਹੋਏ ਗੁਰੂ ਨਾਨਕ ਸਾਹਿਬ ਸੱਚੇ ਪਾਛਾਜ ਦੇਖੋ ਇੰਨੇ ਪ੍ਰੈਸੀਸਲੀ ਦੱਸਦੇ ਹਨ ਕਹਿੰਦੇ ਇਹਨਾਂ ਦਾ ਆਉਣਾ ਜਿਹੜਾ ਹੈ 1500 ਜਿਹੜਾ 78 78 ਦੇ ਵਿੱਚ 1578 ਦੇ ਵਿੱਚ ਇਹ ਮੁਗਲ ਇੱਥੇ ਬਾਬਰ ਜਿਹੜਾ ਪਹਿਲੀ ਵਾਰੀ ਆਇਆ 임ਲਾਬਾਦ ਇਹਦਾ ਜਿਹੜਾ ਹੈ ਇਹ ਵੀ ਮੰਨਿਆ ਜਾਂਦਾ ਕਿ ਤੀਜਾ ਹਮਲਾ ਸੀ ਬਾਬਰ ਦਾ ਤੀਜਾ ਹਮਲਾ ਹਿੰਦੁਸਤਾਨ ਤੇ ਸੀ ਬਾਬਰ ਕਰਕੇ ਆਇਆ ਸੋ ਤੀਜੇ ਹਮਲੇ ਦੇ ਵਿੱਚ ਜਦੋਂ ਇਮਨਾਬਾਦ ਤੇ ਇਹਨੇ ਅਟੈਕ ਕੀਤਾ ਉਦੋਂ ਇਹ ਸਕਸੈਸਫੁਲ ਹੋਇਆ ਨਹੀਂ ਤਾਂ ਅੱਗੇ ਤਾਂ ਇਹ ਜਿਹੜਾ ਥੋੜਾ ਬਹੁਤਾ ਲੁੱਟ ਮਾਰ ਕੇ ਮੁੜ ਜਾਂਦਾ ਸੀਗਾ ਸੋ ਕਹਿੰਦੇ 1578 ਹੁਣ ਪੱਕਾ ਜਦੋਂ ਆਇਆ ਇਹ 1578 ਦੇ ਵਿੱਚ ਬਿਕਰਮੀ ਸਾਲ ਹੈ ਈਸਵੀ ਸਾਲ ਬਣਦਾ 1521 ਕਹਿੰਦੇ ਇਹ ਆਉਂਦਾ ਹੈ ਚੋਪੇ 1797 ਮਾਹੀ ਫੇਰ ਕਹਿੰਦੇ 1797 ਜਿਹੜਾ ਹੈ 1797 ਦੇ ਵਿੱਚ ਜਾਂ ਈਸਵੀ ਸਾਲ 1740 ਦੇ ਵਿੱਚ ਇਹ ਰਾਜ ਮੁੱਕਣਾ ਸ਼ੁਰੂ ਹੋ ਜਾਣਾ ਹੈ ਇਹ ਮੁੱਕ ਜਾਣਾ ਹੈ ਮਤਲਬ ਇਹਦੀ ਤਾਕਤ ਜਿਹੜੀ ਹੈ ਪੂਰੀ ਜਿਹੜੀ ਤਾਕਤ ਇਹ ਮੁੱਕ ਜਾਣੀ ਹੈ ਉਸ ਤੋਂ ਬਾਅਦ ਇਦਾਂ ਰਾਜ ਜਿਹੜਾ ਹੈ ਜਿਹੜਾ ਹੌਲੀ-ਹੌਲੀ ਕ੍ਰੀਸ ਦਾ ਕ੍ਰੀਸ ਦਾ ਅੱਗੇ ਚਲਿਆ ਜਾਏਗਾ ਪਰ ਇਹਦਾ ਰਾਜ ਜਿਹੜਾ ਸਾਰੇ ਹਿੰਦੁਸਤਾਨ ਤੇ ਨਹੀਂ ਹੋਣਾ ਜਿਹੜਾ ਹਨ ਇਹਦਾ ਰਾਜ ਟੁੱਟਣਾ ਸ਼ੁਰੂ ਹੋ ਜਾਣਾ ਹੈ ਸੋ ਅਰੰਗਦੇਵ ਤੋਂ ਬਾਅਦ ਮਹਾਰਾਜੀ ਗੱਲ ਸੱਚੀ ਹੈ ਕਿ ਐਸਾ ਹੀ ਹੋਇਆ ਇਹਨਾਂ ਦਾ ਰਾਜ ਟੁੱਟਣਾ ਸ਼ੁਰੂ ਹੋ ਗਿਆ ਤੇ ਉਸੇ ਸਮੇਂ ਦੇ ਵਿੱਚ ਬੰਦਾ ਸਿੰਘ ਬਹਾਦਰ ਵਰਗੇ ਜਿਹੜੇ ਸਨ ਬਹਾਦਰ ਗੁਰਸਿੱਖ ਜਿਨ੍ਹਾਂ ਥਾਪੜਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ 1710 ਵਿੱਚ ਵੀ ਉਹਨਾਂ ਨੇ ਜਾ ਕੇ ਜਿਹੜਾ ਹੈ ਆਪਣਾ ਜਿਹੜਾ ਕਾਰਜ ਸ਼ੁਰੂ ਕਰ ਲਏ ਬਹੁਤ ਸਾਰੇ ਜਿਹੜੇ ਸ਼ਹਿਰ ਮਾਰ ਲਏ ਸੋ ਇਉਂ ਕਰਕੇ ਜਿਹੜਾ ਸਧੋਰੇ ਵਰਗੇ ਤਕੜੇ ਤਕੜੇ ਸ਼ਹਿਰ ਸਰਹੰਦ ਵਰਗੇ ਉਹ ਵੀ ਜਾ ਕੇ ਢਾਲੇ ਸੋ ਉਸ ਵੇਲੇ ਵੀ ਇਹਨਾਂ ਦਾ ਰਾਜ ਸਾਰਾ ਹਿੱਲ ਗਿਆ ਸਫਾ ਔਰ ਤਿੰਨ ਕੀ ਹੋਇਆ ਜਾਹੇ ਦੇਖੋ ਉਸ ਵੇਲੇ ਇਹਨਾਂ ਦੀਆਂ ਸ਼ਫਾਂ ਦੂਰ ਹੋ ਜਾਣਗੀਆਂ 1740 ਤੋਂ ਬਾਅਦ ਕਿਉਂਕਿ ਪਹਿਲਾਂ ਵੀ ਚਾ ਸ਼ੁਰੂ ਹੋ ਗਿਆ ਪਰ ਇਸ ਤੋਂ ਬਾਅਦ ਤਾਂ ਬਿਲਕੁਲ ਇਹਨਾਂ ਦਾ ਖਾਤਮਾ ਹੀ ਸੀ 200 ਬਹਰ ਬਰਖ 19 ਦੇਖੋ 219 ਸਾਲ ਇਹਨਾਂ ਨੇ ਤਕੜੇ ਹੋ ਕੇ ਰਾਜ ਕਰਨਾ ਹੈ ਹਿੰਦੁਸਤਾਨ ਤੇ ਕਰਹ ਰਾਜ ਹੋਵਹਿ ਅਵਨੀਸ ਦੇ ਦੇਖੋ ਇਹਨਾਂ ਦਾ ਰਾਜ ਹੋਵੇਗਾ ਮੁਗਲਾਂ ਦਾ ਇਸ ਹਿੰਦੁਸਤਾਨ ਦੇ ਵਿੱਚ 219 219 ইয়ার্স ਵਾਸਤੇ ਨਰ ਅਵਤਾਰ ਹਮਾਰਾ ਹੋਏ ਕਹਿੰਦੇ ਉਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਸਾਡਾ ਵੀ ਇੱਕ ਮਨੁੱਖਾਂ ਵਾਲਾ ਇਸੇ ਤਰ੍ਹਾਂ ਦੇ ਸਰੂਪ ਵਿੱਚ ਸਾਡਾ ਅਵਤਾਰ ਹੋਵੇਗਾ ਅਸੀਂ ਵੀ ਇਹੀ ਸਰੂਪ ਤੇ ਉਸ ਸਮੇਂ ਦੇ ਵਿੱਚ ਪ੍ਰਗਟ ਹੋਵਾਂਗੇ ਚੇਲਾ ਤਾਂ ਹੈ ਖਾਲਸਾ ਜੋਏ ਜੇ ਅਸੀਂ ਹੁਣ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜੀ ਦੱਸਦੇ ਹਨ ਕਿ ਅਸੀਂ ਆਪਣੇ 10ਵੇਂ ਸਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੋ ਕੇ ਜਦੋਂ ਪ੍ਰਗਟ ਹੋਵਾਂਗੇ ਉਸ ਵੇਲੇ ਸਾਡਾ ਚੇਲਾ ਜਿਹੜਾ ਹੋਵੇਗਾ ਉਹ ਖਾਲਸਾ ਹੋਵੇਗਾ ਉਹ ਖਾਲਸਾ ਪੰਥ ਨੂੰ ਅਸੀਂ ਪ੍ਰਗਟ ਕਰ ਲੈਣਾ ਆਪਣੇ ਦਸਵੇਂ ਸਰੂਪ ਦੇ ਵਿੱਚ ਦਸ ਪਾਤਸ਼ਾਹੇ ਕਰਹੁ ਜਬ ਹੀ ਜਦੋਂ ਅਸੀਂ ਆਪਣੇ 10 ਪਾਤਸ਼ਾਹੀਆਂ ਪੂਰੀਆਂ ਕਰ ਲਾਂਗੇ 10 ਜਿਹੜੇ ਸਰੂਪ ਇਹ ਸੰਸਾਰ ਵਿੱਚ ਧਾਰਨ ਕਰ ਲਵਾਂਗੇ ਪਿਛੇ ਹੋਏ ਖਾਲਸਾ ਤਾਂ ਬਹੀ ਸਤੋਂ ਬਾਅਦ ਸਾਡੇ ਦਸਵੇਂ ਸਰੂਪ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਟਲ ਜਿਹੜੇ ਹਨ ਗੁਰੂ ਹੋਣਗੇ ਤੇ ਉਸ ਵੇਲੇ ਖਾਲਸਾ ਪੰਥ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਸਾਰੇ ਹੀ ਰਾਜ ਆਪਣੇ ਅਧੀਨ ਕਰਨਗੇ ਉਹ ਰਾਜ ਨੂੰ ਜਿੱਤਣਗੇ ਫਿਰ ਉਸ ਵੇਲੇ ਤੁਰਕਾਂ ਦਾ ਬਲਹੀਨ ਹੋ ਜਾਣਾ ਹੈ ਇਹਨਾਂ ਨੇ ਕਮਜ਼ੋਰ ਹੋ ਜਾਣਾ ਇਹਨਾਂ ਦਾ ਬਲ ਟੁੱਟ ਜਾਣਾ ਹੈ ਫਿਰ ਜੇ ਤਾਂ ਜਿਹੜੇ ਹਣ ਸਿੱਖਾਂ ਦੇ ਨਾਲ ਮਿਲ ਜੁਲ ਕੇ ਚੱਲਣਗੇ ਤਾਂ ਤਾਂ ਇਹ ਠੀਕ ਰਹਿਣਗੇ ਹਾਂ ਕਹਿੰਦੇ ਦੁਸ਼ਟਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਦਾ ਫਿਰ ਰਾਜ ਜਿਹੜਾ ਹੈ ਫਿਰ ਖਾਲਸਾ ਪੰਥ ਵਧਾਵੇਗਾ ਇਹਨਾਂ ਦੇ ਰਾਜ ਦੇ ਵਿੱਚ ਹੀ ਆਪਣਾ ਰਾਜ ਨੂੰ ਵਧਾਵੇਗਾ ਆਪਸ ਵਿੱਚ ਹੈ ਜੇਕਰ ਹੈ ਲੜਾਈ ਕਹਿੰਗੇ ਜੇ ਦੇ ਰਹੇ ਹਨ ਮੇਰਾ ਖਾਲਸਾ ਪੰਥ ਜੇ ਤਾਂ ਏਕਤਾ ਵਿਚ ਰਿਹਾ ਤਾਂ ਠੀਕ ਹੈ ਤੇ ਕਿ ਜੇ ਜੇ ਮੇਰਾ ਖਾਲਸਾ ਆਪਸ ਵਿੱਚ ਲੜਨ ਲੱਗ ਪਿਆ ਆਪਸ ਵਿੱਚ ਝਗੜੇ ਕਰਨ ਲੱਗ ਪਿਆ ਇਸ ਬਸ ਹੋਏ ਕੇ ਸੋ ਦੁੱਖ ਪਾਏ ਦੇਖੋ ਫੇਰ ਗੁੱਸੇ ਦੇ ਵਸ ਹੋ ਕੇ ਕਹਿੰਦੇ ਸਾਰਾ ਹੀ ਰਾਜ ਫਿਰ ਮੇਰੇ ਖਾਲਸੇ ਤੋਂ ਵੀ ਚਲਿਆ ਜਾਣਾ ਹੈ ਕਿਉਂਕਿ ਖਾਲਸਾ ਜੇ ਆਪਸ ਵਿੱਚ ਜਿਹੜਾ ਏਕਤਾ ਵਿੱਚ ਨਹੀਂ ਰਹੇਗਾ ਜੇ ਖਾਲਸਾ ਆਪਸ ਦੇ ਵਿੱਚ ਨਹੀਂ ਰਹੇਗਾ ਇੱਕ ਮਿਕ ਹੋ ਕੇ ਤਾਂ ਕਹ ਸੋ ਦੁੱਖ ਪਾਈ ਫਿਰ ਦੁੱਖ ਅੱਗੇ ਆ ਜਾਣਗੇ ਨਾਨਕ ਬਾਣੀ ਸੱਚ ਵਖਾਣ ਇਸ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸੱਚੀ ਬਾਣੀ ਕਹੀ ਹੈ ਪ੍ਰਗਟ ਹੋਇਆ ਨਰ ਤਬ ਹੀ ਜਨ ਹੈ ਦੇਖੋ ਪ੍ਰਗਟ ਹੋਵੇਗੀ ਜੋ ਇਹ ਬਚਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹੇ ਹਨ ਇਹ ਪ੍ਰਗਟ ਹੋਣਗੇ ਲੋਕਾਂ ਨੂੰ ਉਦੋਂ ਹੀ ਪਤਾ ਲੱਗੇਗਾ ਜਦੋਂ ਹੋਵੇਗਾ ਫਿਰ ਉਹ ਰੈਫਰੈਂਸ ਦੇਣਗੇ ਸ਼ਬਦਾਂ ਹਾਂ ਗੁਰੂ ਨਾਨਕ ਕਲਬ ਨੇ ਇਹ ਗੱਲ ਕਹੀ ਸੀ ਸੋ ਇਸ ਪ੍ਰਕਾਰ ਕਰਕੇ ਆਪਣੇ ਮਨੁੱਖਾਂ ਦਾ ਇਹੀ ਹਾਲ ਹੈ ਜਦੋਂ ਕੋਈ ਇਹਨਾਂ ਨੂੰ ਫਿਊਚਰ ਦੀ ਗੱਲ ਦੱਸ ਵੀ ਦਿੰਦਾ ਹੈ ਨਾ ਤਾਂ ਸਮਝ ਨਹੀਂ ਪੈਂਦੀ ਜਦੋਂ ਉਹ ਸਮਾਂ ਆ ਜਾਂਦਾ ਹੈ ਬੀਤਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਪਤਾ ਲੱਗਦਾ ਹਾਂ ਜੀ ਇਹ ਤਾਂ ਗੱਲ ਪਹਿਲਾਂ ਹੀ ਕਹੀ ਹੋਈ ਸੀਗੀ ਅਸੀਂ ਕਾਹਨੂੰ ਜਿਹੜਾ ਹੈ ਇਹਦੇ ਤੇ ਧਿਆਨ ਨਹੀਂ ਦਿੱਤਾ ਪਰ ਹਮੇਸ਼ਾ ਐਸਾ ਹੀ ਹੁੰਦਾ ਹੈ ਕਿਉਂਕਿ ਫਿਊਚਰ ਜਿਹੜਾ ਹੈ ਉਹ ਐਸੀ ਹੈ ਜਿਹੜਾ ਆਪਣੀ ਸਮਝ ਤੋਂ ਪਰੇ ਹੁੰਦਾ ਹੈ ਸਰਬਖਾਨ ਅਬ ਹੋਏ ਨਦਾਨਾ ਕਹਿ ਲਈ ਇਸ ਕਰਕੇ ਸਾਰੇ ਹੀ ਜਿਹੜੇ ਖਾਨ ਹਨ ਪਠਾਨ ਹਨ ਇਮਨਾਬਦ ਇਹਨਾਂ ਦਾ ਨਾਸ ਇਹਨਾਂ ਦਾ ਖਾਤਮਾ ਹੋ ਜਾਣਾ ਹੈ ਚਲ ਹੈ ਤੂਫੰਗ ਕਟਾਰ ਕਿਰਪਾਨਾ ਦੇਖੋ ਇੱਥੇ ਤੂਫੰਗ ਚੱਲਣ ਗਿਆ ਇੱਥੇ ਵੱਡੀਆਂ ਵੱਡੀਆਂ ਰਫਲਾਂ ਚੱਲਣ ਗਿਆ ਕਟਾਰਾਂ ਚੱਲਣ ਗਿਆ ਕਿਰਪਾਨਾਂ ਚੱਲਣ ਗਿਆ ਹੋਰ ਲੁੱਟ ਜਾਏ ਤਰਾਸ ਬਹੁ ਹੋਏ ਇਮਨਾਬਦ ਦਾ ਸਾਰਾ ਹੀ ਸ਼ਹਿਰ ਲੁੱਟਿਆ ਜਾਏਗਾ ਤੇ ਬਹੁਤ ਹੀ ਡਰ ਹੋਵੇਗਾ ਸਾਰਿਆਂ ਨੂੰ ਨਹੀਂ ਸਬੂਤ ਚਾਹੇ ਅਬ ਕੋਈ ਕਹਿੰਦੇ ਇੱਥੇ ਜਿਹੜਾ ਹੈ ਕੋਈ ਸਾਬਤ ਨਹੀਂ ਬਚੇਗਾ ਸਾਰੇ ਮਾਰੇ ਜਾਣੇ ਹਨ ਕੋਈ ਵੀ ਐਸਾ ਨਹੀਂ ਹੋਵੇਗਾ ਜਿਹਦਾ ਕਿਤੇ ਵਾਲਨਾ ਵਿੰਗਾ ਹੋਇਆ ਹੋਵੇ ਸਾਰਿਆਂ ਤੇ ਹੀ ਵਿਪਤਾ ਆਉਣੀ ਹੈ ਇਕੱਠੀ ਇਹ ਪ੍ਰਸੰਗ ਸਬਗੁਰੂ ਬਖਾਨਾ ਇਹ ਸਾਰਾ ਹੀ ਪ੍ਰਸੰਗ ਗੁਰੂ ਨਾਨਕ ਸਾਹਿਬ ਜੀ ਨੇ ਦਸਨਾ ਕੀਤਾ ਸੁਨਤ ਹੋਤੋ ਇੱਕ ਦਜ ਮਤ ਵਾਨਾ ਉਸ ਵੇਲੇ ਇੱਕ ਸਿਆਣਾ ਪੰਡਤ ਵੀ ਸੁਨ ਰਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਰਖਿਓ ਕਿ ਸੰਤ ਸੰਪੂਰਨ ਕੋਏ ਉਹਨੇ ਜਾਣਿਆ ਉਸ ਪੰਡਤ ਨੇ ਵੀ ਇਹ ਤਾਂ ਬੜੇ ਸਿਆਣੇ ਕੋਈ ਮਹਾਪੁਰਸ਼ ਪਹੁੰਚੇ ਹੋਏ ਮਹਾਪੁਰਸ਼ ਹਨ ਉਚਾਰਿਓ ਸ਼ਬਦ ਗਜਬ ਕਾ ਜੋਏ ਤੇ ਇਹਨਾਂ ਨੇ ਕੋ ਕਿੰਨਾ ਗਜਬ ਹੈਰਾਨ ਕਰਨ ਵਾਲਾ ਇਹ ਸ਼ਬਦ ਉਚਾਰਨ ਕੀਤਾ ਹੈ ਜੋ ਬਿਲਕੁਲ ਹੀ ਭਵਿੱਖ ਦੀ ਬਾਣੀ ਦੱਸ ਦਤੀ ਹੈ। ਹੋਰ ਡਰ ਧਰ ਕਹਿ ਸਕਦਾ ਨਾ ਸਿਹਾਰਾ। ਉਹ ਪੰਡਤ ਜਿਹੜਾ ਸੀ ਸਿਆਣਾ ਸੀਗਾ ਉਹਨੇ ਮਨ ਵਿੱਚ ਡਰ ਪੈ ਗਿਆ ਵੀ ਇਹ ਕੀ ਹੋ ਗਿਆ ਇਹ ਸੰਤ ਨੇ ਤਾਂ ਐਸੇ ਬਚਨ ਕਰ ਦਿੱਤੇ ਉਹਨੇ ਸੁਣ ਕਰਕੇ ਵਾਪਸ ਆਪਣੇ ਘਰ ਨੂੰ ਭੱਜਿਆ ਆਨਿਓ ਬਹੁ ਪਕਵਾਨ ਅਹਾਰਾ ਆਪਣੇ ਘਰ ਵਾਲੀ ਨੂੰ ਕਹਿਣ ਲੱਗਿਆ ਪਕਵਾਨ ਪਕਾ ਸੰਤ ਮੰਡਲੀ ਆਈ ਹੋਈ ਹੈ ਕੋਈ ਵੱਡਾ ਮਹਾਪੁਰਸ਼ ਆਇਆ ਹੋਇਆ ਹੈ ਅਸੀਂ ਉਹਦੇ ਵਾਸਤੇ ਲੰਗਰ ਤਿਆਰ ਕਰੀਏ ਸੋ ਇਸ ਪ੍ਰਕਾਰ ਕਰਕੇ ਉਸ ਪੰਡਤ ਨੇ ਲੰਗਰ ਤਿਆਰ ਕਰਕੇ ਪੈਕ ਕਰਕੇ ਉੱਥੇ ਲੈ ਕੇ ਆਇਆ ਹੋਏ ਦੀਨ ਪਰ ਦੀਨ ਅਗਾਰੇ ਮਹਾਰਾਜ ਦੇ ਅੱਗੇ ਉਹ ਲੰਗਰ ਦੇ ਭੇਟਾ ਦੇ ਕੇ ਬੜੇ ਦੀਨ ਨਿਮਰਤਾ ਵਿੱਚ ਇਸ ਪੰਡਤ ਨੇ ਹੱਥ ਜੋੜ ਕੇ ਗਿਰਾ ਹੱਥ ਜੋੜ ਕੇ ਸਤਿਗੁਰਾਂ ਅੱਗੇ ਬੇਨਤੀ ਕਰਦਾ ਹੈ ਦੇਖੋ ਆਹਾਰ ਦੇਖੋ ਸੰਤਨ ਖਵਾਈ ਸਤਿਗੁਰ ਜੀ ਇਹ ਆਹ ਆਹਾਰ ਜਿਹੜਾ ਮੈਂ ਲੈ ਕੇ ਆਇਆ ਇਹ ਜਿਹੜਾ ਖਾਣਾ ਭੋਜਨ ਮੈਂ ਲੈ ਕੇ ਆਇਆ ਹਾਂ ਇਹ ਆਪ ਜੀ ਕਬੂਲ ਕਰੋ ਇਹਨੂੰ ਫਿਰ ਆਪਣੇ ਸੰਤ ਜਿਹੜੇ ਫਕੀਰ ਭੁੱਖੇ ਬੈਠੇ ਆ ਇਹਨਾਂ ਨੂੰ ਸ਼ਕਾ ਲਈਏ ਹੁਣ ਤ੍ਰਿਪਤਾ ਸਰਬ ਅਛੁਦਾ ਮਿਟ ਜਾਏ ਕਹਿੰਦੇ ਸਾਰੇ ਰੱਜ ਕੇ ਖਾ ਲੈਣਗੇ ਸਾਰਿਆਂ ਦੀ ਭੁੱਖ ਮਿਟ ਜਾਏਗੀ ਨਾਵਰ ਸ਼ਬਦ ਜੋ ਪਾਖਿਓ ਕਰੂਰਾ ਮਹਾਰਾਜ ਜੋ ਆਪ ਜੀ ਨੇ ਸ਼ਬਦ ਉਚਾਰਨ ਕੀਤਾ ਜਿਹਦੇ ਵਿੱਚ ਬਹੁਤ ਭਿਆਨਕ ਦ੍ਰਿਸ਼ ਹੈ ਡਰਾਉਣਾ ਜਿਹੜਾ ਹੈ ਦ੍ਰਿਸ਼t ਆ ਰਿਹਾ ਹੈ ਜਿਹੜਾ ਲੁਟਣ ਨਗਰ ਖਾਨਨ ਹਿਤ ਦੂਰਾ ਦੇਖੋ ਇਹ ਸਾਰਾ ਹੀ ਨਗਰ ਲੁੱਟਿਆ ਜਾਏਗਾ ਤੇ ਇਹ ਲੁੱਟਿਆ ਕਿਉਂ ਜਾਏਗਾ ਇਹਨਾਂ ਨੂੰ ਜਿਹੜਾ ਹੈ ਜਿਹੜੇ ਪਠਾਨ ਲੋਕ ਉਹਨਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਦੇ ਪਾਪਾਂ ਕਰਕੇ ਸਾਰੇ ਸ਼ਹਿਰ ਤੇ ਉੱਤੇ ਇਹ ਬਿਪਤਾ ਪੈਣੀ ਹੈ ਸੋਨਿਜ ਬਚਨ ਫੇਰ ਕਰ ਦੀਜੈ ਸੋਨਿਜ ਬਚਨ ਕਹਿੰਦੇ ਸਤਿਗੁਰੂ ਜੀ ਇਹ ਬਚਨ ਵਾਪਸ ਲੈ ਲਓ ਮਹਾਰਾਜ ਐਸਾ ਨਾ ਹੋਵੇ ਇਮਨਾਬਾਦ ਦੇ ਵਿੱਚ ਆ ਬਚਾ ਲਓ ਸਾਡੇ ਸ਼ਹਿਰ ਨੂੰ ਮਹਾਪੁਰਖ ਤੁਮ ਕਰुणा ਕੀ ਮਹਾਰਾ ਤੁਸੀਂ ਮਹਾਪੁਰਸ਼ ਹੋ ਸਾਡੇ ਤੇ ਥੋੜੀ ਜੀ ਕਿਰਪਾ ਕਰਕੇ ਸਾਡੇ ਤੇ ਦਇਆ ਕਰ ਦੋ ਤਰਸ ਕਰ ਲੋ ਸਾਡੇ ਤੇ ਚੱਲ ਆਇਓ ਮੈਂ ਸਰਨ ਤੁਮਾਰੀ ਮੈਂ ਚੱਲ ਕੇ ਆਇਆ ਤੁਹਾਡੀ ਸ਼ਰਨ ਦੇ ਵਿੱਚ ਆਬ ਹਮਰੇ ਕੀ ਜੈ ਰਖਵਾਰੇ ਮਹਾਰਾਏ ਹੁਣ ਸਾਡੀ ਜਿਹੜੀ ਰਖਵਾਲੀ ਕਰ ਲੋ ਤੁਸੀਂ ਆਪ ਸੇਗੁਰ ਕਹੈ ਸੁਨੋ ਦੇਜ ਐਸੇ ਉਸ ਲਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਸੁਣੋ ਦੇਜ ਐਸੇ ਹੈ ਪੰਡਤ ਐਸਾ ਸੁਣੋ ਸੰਤ ਬਚਨ ਹੈ ਗਜਰਾ ਦੇ ਜੈਸੇ ਦੇਖੋ ਕਹਿੰਦੇ ਸੰਤ ਦੇ ਜਿਹੜੇ ਬਚਨ ਹੁੰਦੇ ਹਨ ਹਾਥੀ ਦੇ ਦੰਦ ਵਰਗੇ ਹੁੰਦੇ ਹਨ ਇੱਕ ਵਾਰ ਜੇ ਬਹਿਰ ਨਿਕਾਸੇ ਜੇ ਇੱਕ ਵਾਰ ਹਾਥੀ ਦਾ ਦੰਦ ਕੱਢਿਆ ਜਾਵੇ ਸੇਨ ਹੈ ਕਰੇ ਪ੍ਰਿਆਸ ਕਿਤੇ ਵੀ ਦੰਦ ਵਾਪਸ ਨਹੀਂ ਪੈਂਦਾ ਇੱਕ ਵਾਰੀ ਹਾਥੀ ਦਾ ਦੰਦ ਕੱਢਿਆ ਜਾਵੇ ਤਾਂ ਮੁੜ ਕੇ ਨਹੀਂ ਉਹ ਹਾਥੀ ਵਿੱਚ ਪੈਂਦਾ ਜਾਂ ਹਾਦੀ ਜਿਹੜਾ ਹੈ ਉਹਦੇ ਵਿੱਚ ਮੁੜ ਕੇ ਨਹੀਂ ਆ ਕੇ ਟਿਕਦਾ ਇਸ ਕਰਕੇ ਕਹਿੰਦੇ ਭਾਈ ਸੰਤ ਦਾ ਬਚਨ ਵੀ ਐਸਾ ਹੈ ਇਹਨੂੰ ਆਈਵਰੀ ਮੰਨ ਲਓ ਚਾਹੀ ਜਿਹੜਾ ਹੈ ਜੋ ਮਰਜੀ ਕਹਿੰਦੇ ਪਰ ਹਾਥੀ ਦਾ ਦੰਦ ਇੱਕ ਵਾਰੀ ਕੱਢਿਆ ਹੋਵੇ ਮੁੜ ਕੇ ਨਹੀਂ ਅੰਦਰ ਜਾਂਦਾ ਦੋਹਰਾ ਖਾਨਨ ਸਭ ਕੋ ਅੰਤ ਹੋਵੇ ਬਚੈ ਨਾ ਇਹ ਥਲ ਕੋਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਫੇਰ ਦ੍ਰਿੜ ਕਰਾਇਆ ਕਹਿੰਦੇ ਖਾਨਨ ਸਾਰੇ ਖਾਨ ਪਠਾਨ ਇਹਨਾਂ ਦਾ ਅੰਤ ਹੋਣਾ ਹੈ ਇਹਨਾਂ ਵਿੱਚੋਂ ਕੋਈ ਨਹੀਂ ਹੁਣ ਬਚੇਗਾ ਬਖਸ਼ੋ ਤੂੰ ਤਬ ਅਬ ਜਾ ਬਈ ਮਿਲਿਓ ਦੀਨ ਮਨ ਹੋਏ ਕਹ ਲਈਏ ਬਖਸ਼ੋ ਤੂੰ ਅਬ ਜਾ ਬਈ ਕਹਿੰਦੇ ਕਿ ਤੈਨੂੰ ਬਖਸ਼ ਲਿਆ ਪੰਡਤ ਨੂੰ ਕਹਿੰਦੇ ਤੈਨੂੰ ਬਖਸ਼ ਲਿਆ ਪੰਡਤ ਤੇਰੇ ਨਾਲ ਨਹੀਂ ਕੁਝ ਹੋਵੇਗਾ ਤੂੰ ਬਚ ਜਾਏਗਾ ਮਿਲਿਓ ਦੀਨ ਮਨ ਹੋਏ ਕਿਉਂਕਿ ਤੂੰ ਨਿਮਰਤਾ ਵਿੱਚ ਆ ਕੇ ਜਿਹੜੀ ਹਣ ਸਾਡੀ ਸ਼ਰਨ ਵਿੱਚ ਆ ਗਿਆਂ ਹਾਂ ਤੇਰਾ ਨਹੀਂ ਕੁਝ ਵੀ ਹੋਵੇਗਾ ਚਾਪੇ ਹੇ ਦਿਜ ਲਾਲੋ ਮਿਲ ਕੈ ਦੋ ਇਸ ਕਰਕੇ ਹੇ ਦਿਜ ਹੇ ਪੰਡਤ ਤੁਸੀਂ ਤੇ ਲਾਲੋ ਦੋਮੋ ਦੋਨੋ ਜਾਣੇ ਹਾਂ ਜੇ ਬਚਨ ਕਰਹੁ ਅਬ ਸੋ ਅਸੀਂ ਜੋ ਬਚਨ ਕਰਨ ਲੱਗੇ ਹਾਂ ਜੋ ਹੁਕਮ ਦੇਣ ਲੱਗੇ ਆ ਇਹ ਤੁਸੀਂ ਕਰ ਲੋ ਸਾਡੀ ਗੱਲ ਮੰਨ ਲੋ ਹੁਣ ਨਿਜ ਪਰਿਵਾਰ ਲੈ ਹੋ ਸੰਗਾਰੇ ਦੇਖੋ ਆਪਣਾ ਪਰਿਵਾਰ ਨਾਲ ਲੈ ਕਰਕੇ ਤੁਸੀਂ ਆਪਣੇ ਸਭੇ ਵਾਸਤ ਸੰਭਾਰੇ ਸਾਰੀਆਂ ਵਸਤੂਆਂ ਜਿਹੜੀਆਂ ਤੁਸੀਂ ਇਕੱਠੀਆਂ ਕਰਕੇ ਲਿਜਾਣਾ ਚਾਹੁੰਦੇ ਆਪਣੇ ਨਾਲ ਲੈ ਜਾਓ ਇਕੱਠੀਆਂ ਕਰਕੇ ਹੁਣ ਇੱਥੋਂ ਟ੍ਰਾਂਸਫਰ ਹੋ ਜਾਓ ਬਾਹਰ ਚਲੇ ਜਾਓ ਇਮਨਾਬਾਦ ਤੋਂ 70 ਕੋਸ ਪਰ ਅਬ ਤੁਮ ਜਾਏ ਕਹਿੰਗੇ 4 ਕੋਦ ਆ ਜਿਹੜਾ ਹੈ ਉੱਥੇ ਜਿਹੜਾ ਹੈ ਚਾਰ ਕੋ ਚਾਰ ਕੋਹ ਨੂੰ ਲਾ ਲਓ ਵੀ 10 ਕਿਲੋਮੀਟਰ ਦੂਰ ਕਹਿੰਦੇ 10 ਕਿਲੋਮੀਟਰ ਦੂਰ ਇੱਥੋਂ ਜਾਣਾ ਕਰੋ ਇੱਕ ਸੁੱਕ ਤੜਾਗ ਪਿਖੋ ਤੇ ਥਾਂ ਇੱਕ ਸੁੱਕਿਆ ਹੋਇਆ ਤਲਾਬ ਹੈ ਉੱਥੇ ਜਿੱਥੇ ਇਹ ਜਿਹੜਾ ਹੈ ਉਹ ਸੁੱਕੇ ਹੋਏ ਤਲਾਬ ਦੇ ਕਿਨਾਰੇ ਤੇ ਤੁਸੀਂ ਚਲੇ ਜਾਓ ਬੈਠੇ ਰਹੇ ਸਹਿਤ ਕੁਟੰਬਾ ਤੁਸੀਂ ਉੱਥੇ ਜਾ ਕੇ ਆਪਣਾ ਘਰ ਬਣਾ ਲਓ ਆਪਣੇ ਪਰਿਵਾਰ ਸਹਿ ਤੁਸੀਂ ਉੱਥੇ ਰਹੋ ਹੋਰ ਕੋ ਛੋਰੋ ਬਿਨਾ ਬਿਲੰਬਾ ਕਹਿ ਲਗੇ ਬਿਨਾ ਦੇਰੀ ਤੋਂ ਇਸ ਇਮਨਾਬਾਲ ਨਗਰ ਨੂੰ ਛੱਡ ਕੇ ਹੁਣੇ ਚਲੇ ਜਾਓ ਪੋਰ ਹੋ ਤਾਂ ਮੁਗਲਾਂ ਨੇ ਕੀ ਸੈਨਾਰੀ ਦੇਖੋ ਮਹਾਰਾਜ ਨੇ ਐਗਜ਼ੈਕਟਲੀ ਦੱਸਿਆ ਕਹਿੰਦੇ ਸਵੇਰ ਹੁੰਦਿਆਂ ਸਾਰ ਮੁਗਲਾਂ ਦੀ ਫੌਜ ਪਹੁੰਚ ਜਾਣੀ ਹੈ ਤੁਹਾਡੇ ਕੋਲ ਬਸ ਅੱਜ ਦੀ ਰਾਤ ਹੀ ਹੈ ਜੋ ਤੁਹਾਨੂੰ ਚਾਹੀਦਾ ਹੈ ਘਰੋਂ ਚੱਕ ਕੇ ਆਪਣੇ ਪਰਵਾਰ ਨੂੰ ਨਾਲ ਲੈ ਕੇ ਨਿਕਲ ਜਾਓ ਇਥੋਂ ਇਮਨਾ ਬਾਦ ਨੂੰ ਛੱਡ ਕੇ ਚਲੇ ਜਾਓ ਹਾਏ ਇਹਾ ਲੁੱਟ ਹੈ ਸਭ ਐਨਾ ਕਹਿ ਲਗੇ ਆ ਕੇ ਉਹਨੇ ਲੁੱਟ ਲੈਣਾ ਸਾਰਾ ਪੁਰ ਸਭ ਪਠਾਨ ਕੋ ਪਠ ਜੰਮ ਦਵਾਰੇ ਸਾਰੇ ਹੀ ਪਠਾਨਾ ਨੂੰ ਜੰਮ ਜਿਹੜੇ ਹਨ ਜੰਮ ਦੇ ਦਵਾਰੇ ਉਹਨਾਂ ਨੇ ਪਠਾ ਜਿਹੜਾ ਭੇਜਦੇ ਨੇ ਹਨ ਮਾਰਦੇ ਨੇ ਹਨ ਤੀਨ ਬੰਦ ਕਰ ਲੇਹੇ ਸ਼ੰਗਾਰੇ ਤੀਨ ਕਹਿ ਲਗੇ ਜਿਹੜੀਆਂ ਇਸਤਰੀਆਂ ਹਨ ਉਹਨਾਂ ਨੂੰ ਬੰਨ ਬੰਨ ਕੇ ਇਹ ਲੈ ਜਾਣਗੇ ਆਪਣੇ ਨਾਲ ਵੇਚਣ ਵਾਸਤੇ ਦੋਹਰਾ ਸੁਣ ਕਰ ਲਾਲੋ ਦਿਜ ਦੋ ਸੱਤੇ ਲਖੇ ਸਭ ਬੈਨ ਉਸ ਵੇਲੇ ਭਾਈ ਲਾਲੋ ਤੇ ਇਹ ਦਿਜ ਇਹ ਪੰਡਿਤ ਨੇ ਸਤਿਗੁਰਾਂ ਦੇ ਬਚਨ ਸਤ ਕਰਕੇ ਜਾਣੇ ਵੀ ਜੋ ਮਹਾਰਾ ਨੇ ਕਿਹਾ ਸੱਚ ਸੱਚੀ ਗੱਲ ਹੈ ਦਿਰੜ ਪ੍ਰਤੀਤ ਹਿਰਦੇ ਕਰੇ ਗਏ ਤੁਰ ਤਨੇ ਜ ਐਨ ਦਿਰੜ ਪ੍ਰਤੀਤ ਦਿਰੜ ਪੱਕਾ ਭਰੋਸਾ ਕਰਕੇ ਆਪਣੇ ਹਿਰਦੇ ਦੇ ਵਿੱਚ ਉਹ ਆਪਣੇ ਘਰਾਂ ਨੂੰ ਚਲੇ ਗਏ ਤਿਆਰੀ ਕਰਨ ਵਾਸਤੇ ਚਾਪੇ ਆਪਣੇ ਸਭ ਸੰਭਾਰ ਸੰਭਾਰੀ ਆਪਣੀਆਂ ਚੀਜ਼ਾਂ ਦੀ ਵਸਤੂਆਂ ਦੀ ਸੰਭਾਲ ਸੰਭਾਰੀ ਕੀਤੀ ਤੀਨ ਸੰਗ ਭਰਾਤਾ ਸੁਤ ਨਾਰੇ ਆਪਣੇ ਜਿਹੜੀਆਂ ਹਨ ਇਸਤਰੀਆਂ ਲੈ ਲਈ ਨਾਲ ਆਪਣੇ ਪੁੱਤਰ ਲੈ ਲੇ ਤੇ ਫਿਰ ਆਪਣੇ ਭਰਾ ਜਿਹੜੇ ਸਨ ਉਹ ਵੀ ਨਾਲ ਲੈ ਲੇ। ਬਹਿਰ ਨਗਰ ਤੇ ਨਿਕਸਬ ਹੋਰੀ ਤੇ ਨਗਰ ਇਮਨਾਬਾਦ ਤੋਂ ਬਾਹਰ ਨਿਕਲ ਕੇ ਰਾਤੋਂ ਰਾਤ ਇਹ ਚਲੇ ਗਏ। ਪਹੁੰਚੇ ਤੇ ਸੀ ਠੌਰ ਕੋਟੋਰੀ। ਉਹੀ ਥਾਂ ਪਹੁੰਚ ਗਏ ਜਿੱਥੇ ਸਤਗੁਰਾਂ ਨੇ ਦੱਸਿਆ ਸੀ ਚਾਰ ਕੋ ਵਾਲਾ ਥਾਂ ਸੁੱਕਾ ਜਿਹੜਾ ਹੈ ਉੱਥੇ ਜਿਹੜਾ ਲਿਖ ਹੈ ਉੱਥੇ ਜਿਹੜਾ ਹੈ ਉੱਥੇ ਪਹੁੰਚ ਗਏ ਸ੍ਰੀ ਅੰਗਦ ਜੀ ਸੁਨੋ ਅਗਾਰੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਬਾਲਾ ਜੀ ਕਹਿੰਦੇ ਹੁਣ ਅੱਗੇ ਸੁਣੋ ਸਤਿਗੁਰੂ ਜੀ ਜਸ ਬੀਤੀ ਤਸ ਕਰਾਂ ਉਚਾਰੇ ਹੁਣ ਜਿਵੇਂ ਉੱਥੇ ਬੀਤੀ ਐਮਨਾਬਾਦ ਦੇ ਵਿੱਚ ਕੀ ਹੋਇਆ ਉਹ ਹੁਣ ਸੁਣ ਲਓ ਤੁਸੀਂ ਉਹ ਤੋਂ 50 ਕੋਸ ਪਰ ਡੇਰਾ ਦੇਖੋ 50 ਪੰਜਾਬ ਕੋ ਤੇ ਜਿਹੜਾ ਹਨ ਬਾਬਰ ਨੇ ਆਪਣਾ ਡੇਰਾ ਕੀਤਾ ਸੀ ਜਦੋਂ ਕਾਬੁਲ ਤੋਂ ਆਇਆ ਐਮਨਾਬਾਦ ਤੋਂ ਜਿਹੜਾ 50 ਕੋ ਦੂਰ ਸੀਗਾ ਤਲ ਬਾਬਰ ਕੇ ਸੰਗ ਕਨੇਰਾ ਤੇ ਬਾਬਰ ਦੇ ਨਾਲ ਬਹੁਤ ਵੱਡੀ ਉਹਦੀ ਫੌਜ ਸੀ ਤੁਰਕੇ ਬਲੇ ਤੁਰੰਗ ਵਿਸਾਲਾ ਤੁਰਕੀ ਜਿਹੜੀ ਹਣ ਕਹਿੰਦੇ ਨੇ ਤੁਰਕਾਂ ਦੀ ਇਹ ਫੌਜ ਹੈ ਤਕੜੇ ਧਕੜੇ ਘੋੜੇ ਲੈ ਕੇ ਵੱਡੇ ਜਿਹੜੀ ਹਣ ਫੌਜ ਦੀ ਗਿਣਤੀ ਵਿੱਚ ਆ ਰਹੇ ਸਨ ਬਹੁਤ ਦੂਰ ਗਮਨੇ ਤਤਕਾਲਾ ਸੋ ਬਹੁਤ ਦੂਰ ਕਹਿੰਦੇ ਕਿ ਬਹੁਤ ਦੂਰ ਤੋਂ ਆ ਰਹੇ ਸਨ ਤੇ ਇਹ ਦੂਰੀ ਵੀ ਕਾਫੀ ਸੀ ਤੇ ਹਿਚ ਨੇ ਬਾਬਰ ਕੋ ਮਨ ਫੇਰਾ ਉਸ ਵੇਲੇ ਬਾਬਰ ਦਾ ਪਤਾ ਨਹੀਂ ਕਿਵੇਂ ਮਨ ਫਿਰ ਗਿਆ ਉਹਨੇ ਇਹ ਸੋਚਿਆ ਇਹ ਇਰਾਦਾ ਕੀਤਾ ਇਮਨਾਬਾਦ ਨਗਰ ਲਿਓਂ ਕਿਰਾ ਕਹਿ ਲਗੇ ਮੈਂ ਇਮਨਾਬਾਦ ਦੇ ਜਾ ਕੇ ਕਿਰਾ ਪਾਉਣਾ ਹਾਂ ਮੈਂ ਇਮਨਾਬਾਦ ਨੂੰ ਜਾ ਕੇ ਮਾਰਨਾ ਹੈ ਪਹਿਲਾਂ ਉਹਨੇ ਇਹ ਸਲਾਹ ਸਲਾਹ ਜਿਹੜੀ ਸੀ ਅਚਾਨਕ ਹੀ ਬਣਾ ਲਈ ਕਹਿੰਦਾ ਐਮਨਾਬਾਦ ਨੂੰ ਜਾ ਕੇ ਪਹਿਲਾਂ ਜਿੱਤੀ ਆ ਕਿਸਮਤ ਮਾਤਰ ਆਪ ਪਰ ਹੋ ਜਾਏ ਦੇਖੋ ਕਹਿੰਦੇ ਅਚਾਨਕ ਹੀ ਉਹਦਾ ਇਰਾਦਾ ਐਸਾ ਬਣ ਗਿਆ ਤੁਰਨ ਤਿੰਨ ਕੋਦਿਓਂ ਬਿਰ ਚਲਾਏ ਉਸ ਵੇਲੇ ਉਹਨੇ ਜਿਹੜਾ ਹਨ ਆਪਣੀ ਚਾਲ ਵਿਚਾਲ ਜਿਹੜੀ ਸੀਗੀ ਉਹਦੀ ਚਾਲ ਜਿਹੜੀ ਸੀਗੀ ਉਹ ਸਾਰਾ ਹੀ ਜਿਹੜੀ ਫੌਜ ਦਾ ਜਿਹੜਾ ਹੈ ਮੂੰਹ ਐਮਨਾਬਾਦ ਵਾਲ ਕਰ ਦਿੱਤਾ ਮਾਨੇ ਆਨ ਨਾ ਮੰਨ ਹੈ ਮੋਰੇ ਕਹਿ ਲੱਗੇ ਉਸ ਵੇਲੇ ਉਹਨੂੰ ਗੁੱਸਾ ਸੀ ਐਮਨਾਬਾਦ ਦੇ ਪਠਾਣਾ ਨਾਲ ਜੋ ਕਿ ਪਹਿਲੀ ਵਾਰੀ ਜਦੋਂ ਬਾਬਾ ਆਇਆ ਸੀ ਤਾਂ ਉਸ ਵੇਲੇ ਪਠਾਣਾ ਨੇ ਉਹਦੀ ਗੱਲ ਨਹੀਂ ਮੰਨੀ ਉਲਟਾ ਜਿਹੜਾ ਹੈ ਉਹਦੀ ਬੇਇੱਜ਼ਤੀ ਕੀਤੀ ਸੀ ਬਾਬਰ ਦੀ ਅਸ ਪਠਾਨ ਹਨ ਹੋ ਕਰ ਜੋ ਹੁਣ ਬਾਬਰ ਨੇ ਸੋਚਿਆ ਕਿ ਬਦਲਾ ਲੈਣ ਦਾ ਸਮਾਂ ਆ ਗਿਆ ਕਿ ਮੈਂ ਹੁਣ ਬਦਲਾ ਲੈਣਾ ਕਿਉਂਕਿ ਬਾਬਰ ਨੂੰ ਜਿਹੜਾ ਹੈ ਸੈਦਪੁਰ ਦੇ ਜਿਹੜੇ ਖਾਨ ਸੀਗੇ ਨਾ ਇਹਨਾਂ ਨੇ ਜਿਹੜਾ ਹੈ ਰਸਤ ਪਾਣੀ ਦੇਣ ਤੋਂ ਇਨਕਾਰ ਕੀਤਾ ਸੀ ਇਹਨਾਂ ਨੇ ਨਹੀਂ ਦਿੱਤਾ ਸੀਗਾ ਇਸ ਕਰਕੇ ਜਿਹੜਾ ਹੈ ਬਾਬਰ ਕਹਿੰਦਾ ਕਹਿੰਦਾ ਵੀ ਐਸੇ ਜਿਹੜੇ ਹਨ ਇਹ ਜਿਹੜੇ ਮੂਲਾਣੇ ਹਨ ਜਿਹੜੇ ਖਾਨ ਹਨ ਇਹ ਹੰਕਾਰ ਦੇ ਵਿੱਚ ਜਿਹੜੇ ਆਏ ਹੋਏ ਹਨ ਕਹਿੰਦੇ ਉਸ ਵੇਲੇ ਜਦੋਂ ਬਾਬਰ ਨੇ ਆ ਕੇ ਹਮਲਾ ਕੀਤਾ ਨਾ ਇਹ ਇਹਨਾਂ ਬਾਤ ਤੇ ਕਾਜੀ ਕਹਿੰਦੇ ਸੀ ਅਸੀਂ ਮੰਤਰ ਪੜ੍ਹ ਲਵਾਂਗੇ ਤੋਪਾਂ ਦੇ ਮੂੰਹ ਮੋੜ ਦੇਾਂਗੇ ਅਸੀਂ ਈਓ ਕਰ ਲਾਂਗੇ ਜਿਓ ਕਰ ਲਾਂਗੇ ਪਰ ਕੀ ਹੋਇਆ ਕਹਿੰਦੇ ਮੁਗਲਾਂ ਨੂੰ ਅਸੀਂ ਅੰਨੇ ਕਰ ਦੇਾਂਗੇ ਕਾਜੀ ਕਹਿੰਦੇ ਪਰ ਕੀ ਹੋਇਆ ਕੋਈ ਜਿਹੜਾ ਹਨ ਮੁਗਲ ਅੰਨਾ ਨਾ ਹੋਇਆ ਨਾ ਉਹਨਾਂ ਦੀਆਂ ਤੋਪਾਂ ਕਿਤੇ ਅੜੀਆਂ ਕਹਿੰਦੇ ਕੁਝ ਵੀ ਉਹਨਾਂ ਦਾ ਨਾ ਚੱਲਿਆ ਕਹਿੰਦੇ ਕੋਈ ਮੁਗਲ ਨਾ ਹੋਵਾ ਅੰਧਾ ਕਿਨੇ ਨਾ ਪਰਚਾ ਲਾਇਆ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਕੋਈ ਮੰਤਰ ਸ਼ੰਤਰ ਨਹੀਂ ਉਹਨਾਂ ਤੇ ਫੇ ਚੱਲਿਆ ਸਰਬਸੈਨ ਕੋ ਆਇਸਦੀਨ ਨੇ ਵੇਲੇ ਬਾਬਰ ਨੇ ਆਪਣੇ ਸੈਨਾ ਨੂੰ ਜਿਹੜੀ ਹੈ ਆਗਿਆ ਕੀਤੀ ਆਸ ਪਰ ਪਾਇ ਪਖ ਰੈ ਲੀਨੀ ਉਹਨਾਂ ਨੇ ਜਿਹੜੀਆਂ ਕਾਠੀਆਂ ਪਾਲੀਆਂ ਘੋੜੀਆਂ ਤੇ ਜੋਧਾ ਸੰਦ ਬੰਦ ਹੋਇਆ ਸਭ ਜੀ ਜੋਧੇ ਜਿਹੜੇ ਹਨ ਸ਼ਸਤਰ ਬਸਤਰ ਅਸਤਰ ਧਾਰਨ ਕਰਕੇ ਆਪਣੇ ਸਰੀਰ ਤੇ ਸਾਰੇ ਨੇ ਤਫੰਗਾ ਕਸ ਕਸ ਤਬਹੀ ਤੇ ਉਸ ਵੇਲੇ ਉਹਨਾਂ ਨੇ ਆਪਣੇ ਜਿਹੜੀਆਂ ਤਫੰਗੇ ਤਫੰਗੇ ਜਿਹੜੇ ਹਨ ਜਿਹੜੀਆਂ ਗੰਨਾ ਸਨ ਜਿਹੜੀਆਂ ਹਨ ਉਹਨਾਂ ਨੇ ਆਪਣੇ ਨਾਲ ਲੈ ਲਈਆਂ ਕਸ-ਕਸ ਕੇ ਵਿੱਚ ਜਿਹੜਾ ਗਾਊਨ ਪਾਊਡਰ ਪਾਲਿਆ ਘੋੜਨ ਪਰ ਹੋਇਆ ਕੈ ਅਸਵਾਰਾ ਘੋੜਿਆਂ ਤੇ ਅਸਵਾਰ ਹੋ ਕੇ ਸਾਰੀ ਫੌਜ ਘਰੇ ਦੌਰ ਨਹਿ ਲੱਗੀ ਅਵਾਰਾ ਕਹਿੰਦੇ ਬੜੀ ਦੌੜ ਕੇ ਆਈ ਮੁਗਲਾਂ ਦੀ ਫੌਜ ਕੋਈ ਦੇਰੀ ਨਾ ਲੱਗੀ ਇਸ ਕਰਕੇ ਇਮਪਰਾ ਬਾਦ ਨੂੰ ਪਹਿਲਾਂ ਖਬਰ ਵੀ ਨਾ ਮਿਲੀ ਕਿਉਂਕਿ ਬਹੁਤ ਛਤੀ ਦੇ ਨਾਲ ਉਹ ਆਏ ਮਾਰਗ ਬਖੇ ਆਪਗਾ ਜੇਤੀ ਜੇਨੀਆਂ ਵੀ ਨਦੀਆਂ ਸਨ ਰਾਸਤੇ ਦੇ ਵਿੱਚ ਰੱਬ ਰੁਖ ਪਿਖੇ ਸੁਸਕ ਗਈ ਗਏਤੀ ਦੇਖੋ ਪਰਮਾਤਮਾ ਦੀ ਐਸੀ ਨੇਤੀ ਸੀ ਸਾਰੀਆਂ ਨਦੀਆਂ ਸੁੱਕੀਆਂ ਆਹ ਹੁਨਿਆਸਨ ਸੋ ਉਹਨਾਂ ਨੂੰ ਕੋਈ ਅੜਕਾਉਣ ਵਾਲਾ ਨਹੀਂ ਸੀ ਵਿਚਾਲੇ ਉਹ ਫੌਜ ਸਿੱਧੀ ਹੋਈ ਆ ਗਈ ਜੀ 올 ਦਾ ਵੇ ਵੱਡੇ ਬੇਗਸੋਂ ਤੁਰੰਗ ਚਲਾਏ ਬਹੁਤ ਸ਼ਤੀ ਦੇ ਨਾਲ ਘੋੜੇ ਚਲਾ ਕਰਕੇ ਦੂਰਨ ਪਹੁੰਚੇ ਸਰਬ ਬਿਸਮਾਇ ਬਹੁਤ ਸ਼ਤੀ ਪਹੁੰਚ ਕੇ ਆ ਕੇ ਹੈਰਾਨ ਕਰਨ ਵਾਲੀ ਉਹਨਾਂ ਦੀ ਰਫਤਾਰ ਸੀ ਜੋ ਮਾਰਗ ਤੋਂ ਦੂਰ ਹਨੇਰੇ ਜਿਹੜਾ ਮਾਰਗ ਬਹੁਤ ਦੂਰ ਸੀ ਕਲਿਓ ਸਮੇਂਪ ਪ੍ਰਭੂ ਤੇ ਸਵੇ ਦੇਖੋ ਉਹ ਪਰਮਾਤਮਾ ਨੇ ਨੇੜੇ ਕਰ ਦਿੱਤਾ ਦੇਖੋ ਪਰਮਾਤਮਾ ਦੀ ਨੇਤੀ ਐਸੀ ਬਣੀ ਕਿ ਪਰਮਾਤਮਾ ਨੇ ਉਹ ਮੁਗਲਾਂ ਨੂੰ ਸ਼ਤੀਓ ਪਹਚਾ ਦਿੰਦਾ ਜੀ ਐਮਨਾਬਾਦ ਵਿੱਚ ਸਵਾ ਪਹਿਰ ਮਹ ਹੈ ਪਹੁੰਚੇ ਆਏ ਸਵਾ ਪਹਿਰ ਜਿਹੜਾ ਸੀ ਦਿਨ ਦਾ ਉਸ ਵੇਲੇ ਇਹ ਫੌਜ ਆ ਚੜੀ ਜੀ ਐਮਨਾਬਾਦ ਤੇ ਸਵਾ ਪਹਿਰ ਹੁੰਦਾ ਹੈ ਵਣੇ ਨਕਟ ਪਹਿਰ ਜਿਹੜਾ ਕਿ ਵਨਤਰੀ ਆਵਰਸ ਐਂਡ 45 ਮਿੰਟ ਇੰਨਾ ਕ ਸਮੇਂ ਦੇ ਵਿੱਚ ਦਿਨ ਚੜਿਆ ਇਹ ਪਹੁੰਚ ਗਏ ਹਨ ਸਰਬਨਗਰ ਕੋ ਪੋਰੀ ਪਾਈ ਸੋ ਸਾਰੇ ਨਗਰ ਨੂੰ ਇਹਨਾਂ ਨੇ ਪੋਰੀ ਮੀਨਸ ਘੇਰਾ ਪਾ ਲਿਆ ਸਰਾਉਂਡਡ ਕਰ ਲਿਆ ਜੀ ਬਸ ਚੜੇ ਮੰਡੇ ਹੋ ਰਣ ਭਾਰੀ ਸੋ ਜਦੋਂ ਪੂਰਾ ਦਿਨ ਚੜ ਗਿਆ ਉਦੋਂ ਜੁੱਧ ਸ਼ੁਰੂ ਹੋ ਗਿਆ ਜੀ ਸਾਰਾ ਛੋਟੇ ਤੇ ਤਫੰਗ ਮਨਹੋ ਪਿਛਕਾਰੀ ਦੇਖੋ ਛਟੀਆਂ ਹਨ ਉਹ ਗੰਨਾ ਜਿਹੜੀਆਂ ਹਨ ਜਿਵੇਂ ਪਿਛਕਾਰੀਆਂ ਕੋਈ ਹੋਲੀ ਖੇਡਦਾ ਹੁੰਦਾ ਹੈ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਜਿਹੜਾ ਦ੍ਰਿਸ਼ਟਾਂਤ ਬਣਾਇਆ ਹੋਲੀ ਦਾ ਸੋ ਇਹ ਅਲੰਕਾਰ ਰੂਪ ਦੇ ਵਿੱਚ ਉਹਨਾਂ ਨੇ ਇੱਕ ਹੋਲੀ ਦਾ ਦ੍ਰਿਸ਼ ਦਿਖਾਇਆ ਵੀ ਉਹ ਜੰਗ ਕਿਵੇਂ ਹੋਇਆ ਕਹਿੰਦੇ ਐਸੀਆਂ ਗੋਲੀਆਂ ਚੱਲਦੀਆਂ ਨੇ ਜਿਵੇਂ ਕਿ ਕੋਈ ਰੰਗ ਦੀਆਂ ਪਿਛਕਾਰੀਆਂ ਮਾਰਦਾ ਹੈ। ਸੰਗ ਪ੍ਰਹਾਰ ਹੈ ਮੂਠ ਗੁਲਾਲਾ। ਕਹਿੰਦੇ ਸੰਗ ਪ੍ਰਹਾਰ ਹੈ। ਕਹਿੰਦੇ ਉਸ ਵੇਲੇ ਬਰਚੀਆਂ ਮਾਰਦੇ ਹਨ ਜਿਵੇਂ ਕਿਸੇ ਦੇ ਉੱਤੇ ਕੋਈ ਕੇਸਰ ਦਾ ਰੰਗ ਸੜਦਾ ਹੈ। ਕੋਈ ਕਿਸੇ ਤੇ ਗੁਲਾਲ ਇਕੱਠਾ ਕਰਕੇ ਕੋਈ ਜਿਹੜਾ ਹੈ ਪਾਊਡਰ ਸੜਦਾ ਹੈ। ਢਾਲਾਂ ਬਣੇ ਮਨਹੋ ਢਫਮਾਲਾ। ਦੇਖੋ ਢਾਲਾਂ ਢਾਲਾਂ ਬਣ ਗਿਆ ਹਨ ਜਿਵੇਂ ਮਿੱਟੀ ਦੀ ਥਾਲੀ ਹੁੰਦੀ ਹੈ ਜਾਂ ਕੋਈ ਪ੍ਰਾਤ ਹੁੰਦੀ ਹੈ। ਇਸ ਤਰ੍ਹਾਂ ਦੀਆਂ ਕਰਕੇ ਉਹ ਬਣ ਗਿਆ ਪਤਲੀਆਂ ਸੋਟੀਆਂ ਜਿਹੜਿਆਂ ਹਨ ਜਿਵੇਂ ਕੋਈ ਵਜਾਉਂਦਾ ਹੁੰਦਾ ਹੈ ਭਾਂਡਿਆਂ ਤੇ ਇਸ ਤਰ੍ਹਾਂ ਕਰਕੇ ਬਰਛੀਆਂ ਜਿਹਨਾਂ ਵੱਜਣ ਲੱਗੀਆਂ ਪੱਕ ਪੱਕ ਕਾਓ ਸ਼ਬਦ ਤੇ ਨਘੇਰਾ ਉਹ ਬਰਛੀਆਂ ਮਾਰਨ ਕਰਕੇ ਸ਼ਾਸਤਰਾਂ ਦੇ ਕਾਓ ਕਰਕੇ ਪੱਕ ਪੱਕ ਕਰਕੇ ਲਹੂ ਬਾਹਰ ਆਉਂਦਾ ਹੈ ਗਰਮ ਗਰਮ ਲਹੂ ਪੱਕ ਪੱਕ ਕਰਕੇ ਬਾਹਰ ਆਉਂਦਾ ਹੈ ਤੇ ਉਹ ਆਵਾਜ਼ ਵੀ ਦਿੰਦਾ ਪੱਕ ਪੱਕ ਜਿਹੜੀ ਹਨ ਉਹਦੀ ਆਵਾਜ਼ ਸੁਣਾਈ ਦੇ ਰਹੀ ਹੈ ਦੇ ਕਿਸੇ ਮਿੱਜ ਅੰਬੀਰੰਗੇਰਾ ਦੇਖੋ ਇਹ ਜਿਹੜੀ ਅੰਦਰੋਂ ਮਿੱਜ ਜਿਹੜੀ ਹੈ ਅੰਦਰੋਂ ਜਿਹੜਾ ਮਾਸ ਹੈ ਉਹ ਬਾਹਰ ਆਉਂਦਾ ਹੈ ਕਹਿੰਦੇ ਇਸ ਤਰ੍ਹਾਂ ਹੈ ਜਿਵੇਂ ਕਿਤੇ ਜਿਹੜਾ ਹੈ ਕੋਈ ਜਿਹੜਾ ਹੈ ਅੰਭੀਰ ਜਿਵੇਂ ਕੋਈ ਜਿਹੜਾ ਹਨ ਕੋਈ ਕੇਸਰ ਕਿਸੇ ਤੇ ਸੜਦਾ ਹੈ ਇਸ ਪ੍ਰਕਾਰ ਕਰਕੇ ਲਹੂ ਬਾਰ ਆਉਂਦਾ ਹੈ ਪੱਕ-ਪੱਕ ਕਰਦਾ ਸਰੋਨਕ ਬਸਤਰ ਰੰਗ ਭਏ ਲਾਲ ਲਾਲ ਦੇਖੋ ਸਾਰੇ ਬਸਤਰ ਲਾਲ ਹੋ ਗਏ ਹੁਣ ਮਨ ਹੋ ਰੰਗ ਪਤੰਗੀ ਡਾਲਾ ਇਹ ਦੇਖੋ ਜਿਵੇਂ ਮਾਨੋ ਕਹਿੰਦੇ ਕਿਸੇ ਨੇ ਰੰਗ ਸਟਿਆ ਹੁੰਦਾ ਹੈ ਕੱਪੜਿਆਂ ਤੇ ਕਹਿੰਦੇ ਲਾਲ ਲਹੂ ਦੇ ਨਾਲ ਸਾਰਿਆਂ ਦੇ ਕੱਪੜੇ ਲਾਲ ਹੋ ਗਏ ਕਰਮ ਹੈ ਚਮਕ ਰਹੀ ਕਰਵਾਰਾ ਹੱਥ ਵਿੱਚ ਜੇ ਤਲਵਾਰਾਂ ਚਮਕ ਰਹੀਆਂ ਹਨ ਛੱਟੇ ਮਨ ਹੋ ਫੁੱਲਨ ਕੀ ਧਾਰਾ ਜਦੋਂ ਇਹ ਤਲਵਾਰਾਂ ਚਲਦੀ ਹੈ ਜਿਵੇਂ ਫੁੱਲਾਂ ਦੀ ਮਾਲਾ ਕੋਈ ਸੜਦਾ ਹੁੰਦਾ ਇਸ ਤਰ੍ਹਾਂ ਚਲਦੀ ਹੈ ਮਾਰ ਮਾਰ ਮੁਖ ਗਾਵ ਹੈ ਗੀਤਾ ਦੇਖੋ ਜਿਵੇਂ ਲੋਕ ਗੀਤ ਗਾਉਂਦੇ ਹਨ ਹੋਲੀ ਦੇ ਵਿੱਚ ਇੱਥੇ ਮਾਰ ਮਾਰ ਦੇ ਗੀਤ ਗਾਏ ਜਾਂਦੇ ਹਨ ਫੇਲ ਤੇ ਫਾਗ ਮਨਹੋ ਕਰ ਪ੍ਰੀਤਾ ਦੇਖੋ ਜਿਵੇਂ ਲੱਗਦਾ ਹੈ ਐਮਨਾਬਾਦ 'ਚ ਅੱਜ ਕੋਈ ਹੋਲੀ ਖੇਡ ਰਿਹਾ ਹੈ ਬੜੇ ਜਿਹੜੇ ਹਨ ਪ੍ਰੀਤ ਦੇ ਨਾਲ ਪ੍ਰੇਮ ਦੇ ਨਾਲ ਜਿਵੇਂ ਸਾਰਾ ਹੀ ਸ਼ਹਿਰ ਹੋਲੀ ਖੇਡ ਰਿਆ ਹੁੰਦਾ ਹੈ ਮਤਲਬ ਕੋਈ ਨਾ ਬੱਚਿਆ ਸਾਰੀ ਮਾਰ ਦਿੱਤੇ ਭਈ ਨਿਸੰਗ ਵੀਰ ਇੱਕ ਬੇਰਾ ਦੇਖੋ ਭਈ ਨਿਸੰਗ ਭਈ ਨਿਸੰਗ ਕਹਿਣਗੇ ਕੋਈ ਜਿਹੜਾ ਹਨ ਉਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਖੁਲਿਆ ਆਮ ਜਿਹੜਾ ਹਨ ਵੀਰ ਜਿਹੜੇ ਸੂਰਮੇ ਹਨ ਆਪਣੇ ਜਿਹਨੇ ਸੂਰਮਤਾ ਦਿਖਾਉਂਦੇ ਹਨ ਬਚਿਓ ਸਾਰਸੋਂ ਸਾਰਕ ਨੇਹਰਾ ਹੁਣ ਲੋਹੇ ਦੇ ਨਾਲ ਲੋਹਾ ਵੱਜ ਰਿਹਾ ਹੈ ਸਾਰੇ ਪਾਸੇ ਵਹਿਰ ਦੁਰਗ ਤੇ ਨਿਕਸ ਪਠਾਨਾ ਸੋ ਵਹਿਰ ਕਹਿਣ ਲੱਗੇ ਆਪਣੇ ਦੁਰਗ ਜਿਹੜੇ ਹੁਣ ਫੋਰਟ ਜਿਹੜੇ ਉਹਨਾਂ ਦੇ ਘਰ ਵੱਡੇ ਵੱਡੇ ਮੈਂਸ਼ਨ ਬਣੇ ਹੋਏ ਹਨ ਉਹਨਾਂ ਵਿੱਚੋਂ ਬਾਹਰ ਨਿਕਲ ਨਿਕਲ ਕੇ ਜਿਹੜੇ ਪਠਾਨ ਆ ਕੇ ਲੜਦੇ ਹਨ ਮੁਗਲਾਂ ਨਾਲ ਕੂਦ ਕੁਲਾਚਨ ਹਨ ਹੈ ਕਿਰਪਾਨਾਂ ਇਸ ਕਰਕੇ ਕੂਦ ਛਾਲਾ ਮਾਰਦੇ ਹਨ ਛਾਲਾ ਮਾਰ ਕੇ ਕਹਿੰਦੇ ਆਪਣਾ ਜਿਹੜਾ ਕੂਦ ਕੋਦ ਕੋਦ ਕੇ ਜਿਹੜਾ ਹਕ ਉਚਾ ਕੋ ਜਹਾ ਕੁਲਾੰਚਲ ਕੁਲਾੰਚਨ ਜਿਲ੍ਹਾ ਹੁੰਦਾ ਹੈ ਜਿਵੇਂ ਕੋਈ ਗਤਕਾ ਖੇਡਦਾ ਹੁੰਦਾ ਹੈ ਹਣੇ ਮਾਰਦੇ ਹਨ ਕਿਰਪਾਨਾਂ ਆਪਣੀਆਂ ਇੱਕ ਹੈ ਬਾਰ ਪਏ ਅਰ ਰਾਈ ਇੱਕ ਵਾਰ ਮੁਗਲਾਂ ਨੇ ਜਿਹੜਾ ਪਠਾਣਾ ਨੇ ਮੁਗਲਾਂ ਦੇ ਉੱਤੇ ਹਮਲਾ ਕੀਤਾ تیر ਤਫੰਗ ਬਹੁਤ ਚਲਾਏ ਬਹੁਤ تیر ਤੇ ਗੰਨਾ ਉਸ ਵੇਲੇ ਚੱਲੀਆਂ ਸ੍ਰੀ ਪ੍ਰਭ ਬਚਤੇ ਫੇਟੀ ਪਰ ਹੀ ਦੇਖੋ ਸ੍ਰੀ ਪ੍ਰਭ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੋ ਮਹਾਰਾਜ ਨੇ ਜੋ ਬਚਨ ਕੀਤੇ ਸਨ ਕੀ ਹੋਇਆ ਕਹਿੰਦੇ ਉਹਨਾਂ ਦੇ ਮਾਰ ਪੈ ਗਏ ਪਠਾਨ ਜਿੰਨਾ ਮਰਜ਼ੀ ਕੋਸ਼ਿਸ਼ ਕਰਦੇ ਨੇ ਲੜਨ ਨੂੰ ਉਹਨਾਂ ਦੀ ਪੇਛ ਨਹੀਂ ਜਾਂਦੀ ਅੱਗੋਂ ਮੁਗਲਾਂ ਦਾ ਜੋਰ ਚੜੀ ਜਾਂਦਾ ਹੈ ਕਹਿੰਦੇ ਕੀ ਕਰੀਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨਾ ਕਰਕੇ ਉਹਨਾਂ ਦੇ ਸਾਰੇ ਉਦਮ ਫਿੱਕੇ ਪੈ ਗਏ ਕੋਈ ਨਾ ਸ਼ਸਤਰ ਕਾਜ ਕਛ ਕਰ ਰਹੀ ਕਹਿੰਦੇ ਕੋਈ ਵੀ ਬੰਦਾ ਜਾਂ ਕੋਈ ਸ਼ਸਤਰ ਜਾਂ ਅਸਤਰ ਕੋਈ ਕੰਮ ਨਹੀਂ ਕਰ ਰਿਹਾ ਕੋਈ ਉਹ ਪੂਰਾ ਕੰਮ ਨਹੀਂ ਦੇ ਰਿਹਾ ਜੋ ਵੀ ਪਠਾਣਾ ਦੇ ਪਾਸੇ ਕੋਈ ਚੀਜ਼ ਹੈ ਉਹ ਕੰਮ ਨਹੀਂ ਕਰ ਰਹੀ ਹੁਣ ਰਹੇ ਬਹੁਤ ਚਿਰ اٹਕ ਅਗਾਰੇ ਬਹੁਤ ਚਿਰ اٹਕ ਕੇ ਲੜਾਈ ਤਾਂ ਕਰਦੇ ਰਹੇ ਪਠਾਨ ਕੋਸ਼ਿਸ਼ ਤਾਂ ਕਰਦੇ ਰਹੇ ਰਸ ਕਰ ਬਾਬਰ ਗਿਰਾ ਉਚਾਰੇ ਪਰ ਫਿਰ ਬਾਬਰ ਨੂੰ ਚੜਿਆ ਗੁੱਸਾ ਉਹਨੇ ਗੁੱਸੇ ਵਿੱਚ ਆ ਕੇ ਆਪਣੇ ਬੰਦਿਆਂ ਨੂੰ ਇਉਂ ਕਿਹਾ ਉਹ ਮੁਗਲ ਲੈ ਤਨਮਮ ਪਾਸੋ ਕਹਿ ਲਗੇ ਹੇ ਮੁਗਲੋ ਆਪਣੀਆਂ ਫੌਜਾਂ ਨੂੰ ਬਾਬਰ ਕਹਿੰਦਾ ਕਹਿੰਦਾ ਲੇ ਤਨ ਮਨ ਪਾਸੂ ਕਹਿੰਦਾ ਜਦੋਂ ਤੁਹਾਨੂੰ ਪੈਸਿਆਂ ਦੀ ਲੋੜ ਸੀ ਕਹਿੰਦੇ ਉਦੋਂ ਤਾਂ ਤੂੰ ਮੇਰੇ ਕੋਲ ਲੈਂਦੇ ਸਨ ਬਾਬਰ ਆਪਣੀਆਂ ਫੌਜਾਂ ਨੂੰ یوں ਕਹਿੰਦਾ ਹੈ ਲਲਕਾਰਦਾ ਹੈ ਦੇਖੋ ਉਹ ਪੈਸਿਆਂ ਨਾਲ ਨਿਤ ਤੁਸੀਂ ਹਮੇਸ਼ਾ ਖੁਸ਼ੀਆਂ ਮਨਾਉਂਦੇ ਰਹੇ ਹੋ ਐਨਜੋਇਮੈਂਟ ਕਰਦੇ ਰਹੇ ਹੋ ਹਮੇਸ਼ਾ ਤੁਹਾਡੇ ਘਰਾਂ ਦੇ ਵਿੱਚ ਵੀ ਪੈਸਾ ਪਹੁੰਚਾਉਂਦਾ ਰਿਹਾ ਹਾਂ ਜਦੋਂ ਮੇਰਾ ਕਾਰਜ ਆਇਆ ਬਾਬਰ ਕਹਿੰਦਾ ਅੱਜ ਮੇਰਾ ਕਾਰਜ ਹੈ ਅੱਜ ਮੇਰੇ ਕੰਮ ਵਾਸਤੇ ਕਰ ਰੱਖੇ ਅਬ ਪ੍ਰਾਨ ਪਿਆਰੇ ਕਿਉਂ ਹੁਣ ਆਪਣੇ ਪ੍ਰਾਨ ਆਪਣੀ ਜਾਨ ਪਿਆਰੀ ਕਰਕੇ ਬੈਠੇ ਹੋ ਲੜੋ ਹੁਣ ਕਹਿੰਦੇ ਮੁਗਲਾਂ ਨੂੰ ਇਉਂ ਕਹਿੰਦਾ ਹੈ ਵੀ ਆਪਣੀ ਜਾਨ ਨੂੰ ਨਾ ਬਚਾਓ ਹੁਣ ਮਾਰੋ ਇਸ ਮੁਗਲਾਨ ਪਠਾਣਾ ਨੂੰ ਤੇ ਮਾਰੋ ਤੇ ਮਰੋ ਹੁਣ ਰੱਬ ਕੇ ਅਟਕੇ ਖਾਨ ਅਗਾਰੇ ਦੇਖੋ ਇਹ ਅੜਕੇ ਖੜੇ ਹਨ ਪਠਾਨ ਕਿੰਨਾ ਚਿਰਦੇ ਆਪਣੇ ਸਾਹਮਣੇ ਚਲੋ ਫਤਿਹ ਕਿਉਂ ਨਾ ਇਨਕੋ ਮਾਰੀ ਇਹਨਾਂ ਨੂੰ ਕਹਿੰਦੇ ਇਹ ਨਗਰ ਅਮਨਾਬਾਦ ਨੂੰ ਫਤਿਹ ਕਰੋ ਇਹ ਸਾਰੇ ਪਠਾਣਾ ਨੂੰ ਮਾਰ ਕੇ ਹੁਣ ਛੱਡੋ ਕਿਸੇ ਨੂੰ ਨਾ ਹੱਸ ਕਹਿ ਪੈਰੋਂ ਢੋਲ বাজਾਏ ਇਸ ਕਰਕੇ ਇਹ ਕਹਿ ਕਰਕੇ ਜਿਹੜਾ ਹੈ ਬਾਬਰ ਤੇ ਜਿਹੜੀ ਫੌਜ ਦੇ ਜਿਹੜੇ ਡੰਕੇ ਵੱਜਣ ਲੱਗੇ ਬਹੁਤ ਭਿਆਨਕ ਆਵਾਜ਼ ਵਿੱਚ ਢੋਲ ਵਜਾਏ ਕਿਤੇ ਬਹੁਤ ਦਮਾਮੇ ਡੰਕ ਲਗਾਏ ਬਹੁਤ ਵੱਡੇ ਵੱਡੇ ਦਮਾਮਿਆਂ ਦੇ ਉੱਤੇ ਨਗਾਰਿਆਂ ਉੱਤੇ ਡੰਕ ਮਾਰਨਾ ਕੀਤੇ ਥੇਲਾ ਕਰਿਓ ਪਰੇ ਇੱਕ 베ਰਾ ਕਹਿੰਦੇ ਉਹਨਾਂ ਨੇ ਮੁਗਲਾਂ ਨੇ ਇੱਕ ਵਾਰ ਹੁਣ ਤਕੜੇ ਹੋ ਕੇ ਹੱਲਾ ਕੀਤਾ ਜੀ ਪਠਾਣਾਂ ਦੇ ਉੱਤੇ ਬਚਿਓ ਤਬੈਕ ਮਸਾਨ ਕਨੇਰਾ ਬਹੁਤ ਜਿਹੜਾ ਹਨ ਕਸ਼ਮਾਨ ਦਾ ਜੁੱਧ ਮਚ ਗਿਆ ਜੀ ਉੱਥੇ 60 ਹੀ ਚੱਲ ਰਹੀ ਤਫੰਗਾ ਜਿਹੜਾ ਹਨ ਹੁਣ ਦੇਖੋ ਤਫੰਗ ਜਿਹੜੇ ਗੰਨਾ ਹਨ ਠਾਠ ਹੀ ਠਾਠ ਹੀ ਇਹੀਆਂ ਆਵਾਜ਼ਾਂ ਵਿੱਚ ਉਹ ਗੰਨਾਂ ਦੇ ਵਿੱਚੋਂ ਬੁਲਟਾਂ ਵੱਜਦੀਆਂ ਹਨ ਕਿਤਕ ਪਰੋਏ ਵਰਛਣ ਸੰਗਾਂ ਕਿੰਨਿਆਂ ਨੂੰ ਹੀ ਵਰਛਿਆਂ ਦੇ ਵਿੱਚ ਸਪੀਅਰ ਦੇ ਨਾਲ ਉਹਨਾਂ ਨੂੰ ਵਿੰਨ ਦਿੱਤਾ ਹੈ ਖਚਾ ਖਚੀ ਕੀਨੀ ਤਲਵਾਰ ਹੈ ਫੇ ਖਚਾ ਖਿਚੀ ਕਹਿੰਗੇ ਤਲਵਾਰਾਂ ਦੇ ਨਾਲ ਉਹਨਾਂ ਦੇ ਉੱਤੇ ਖਚਾ ਖਚੀ ਚੱਲ ਰਹੀ ਹੈ ਮਾਰ ਮਰਾਈ ਚੱਲ ਰਹੀ ਹੈ ਢੜ ਤੇ ਸਿਰ ਕੇ ਜੁਦੇ ਉਤਾਰਨ ਕਿੰਨਿਆਂ ਦੇ ਇਹੀ ਜਿਹੜੇ ਸਿਰ ਧੜ ਨਾਲੋਂ ਅਗਲ-ਅਲਗ ਕਰ ਦੱਤੇ ਇੱਕ ਇੱਕ ਜਿਹੜਾ ਹਨ ਝਟਕਾ ਮਾਰ ਕੇ ਜਿਹੜਾ ਹਨ ਗੱਲ ਗੱਲ ਕੱਟ ਦਿੰਦੇ ਹਨ ਸਿਰ ਡਿੱਗ ਪੈਂਦੇ ਹਨ ਮੋਡਨ ਤੇ ਬਾਹਾਂ ਕਟ ਡਾਰੀ ਮੋਡਿਆਂ ਤੋਂ ਬਾਹਾਂ ਕੱਟੀਆਂ ਗਈਆਂ ਕੰਨੀਆਂ ਦੀਆਂ ਲੋਥੇ ਵਿਥਰੇ ਧਰਾ ਮਝਾਰੀ ਦੇਖੋ ਧਰਤੀ ਹੁਣ ਲੋਥਾਂ ਨਾਲ ਭਰ ਗਈ ਸਾਰੀਆਂ ਬਾਡੀਜ਼ ਜਿਹੜੀਆਂ ਹਨ ਪਈਆਂ ਹਨ ਧਰਤੀ ਤੇ ਮਰੇ ਹੋਿਆਂ ਦੀਆਂ ਮੁਗਲ ਗਏ ਕੈਸੇ ਇੱਕ ਬੇਰਾ ਦੇਖੋ ਮੁਗਲ ਗਏ ਕੈਸੇ ਇੱਕ ਬੇਰਾ ਐਸਾ ਜਿਹੜਾ ਹਣ ਹਮਲਾ ਇੱਕ ਵਾਰ ਮੁਗਲਾਂ ਨੇ ਇਕੱਠੇ ਹੋ ਕੇ ਕੀਤਾ ਜਾਇ ਬਾਜ ਜਸ ਦੇਖ ਬਟੇਰਾ ਜਿਵੇਂ ਬਾਜ ਇੱਕ ਬਟੇਰਾ ਇੱਕ ਚਿੜੀ ਤੇ ਜਾ ਪੈਂਦਾ ਹੈ ਇੰਨੀ ਤੇਜ਼ੀ ਦੇ ਨਾਲ ਇਹ ਮੁਗਲਾਂ ਨੇ ਇੱਕ ਵਾਰੀ ਹਮਲਾ ਕਰ ਦਿੱਤਾ ਸੋ ਚੀੜੀ ਰੂਪ ਜਿਹੜੇ ਪਠਾਨਸੀ ਮਾਰੇ ਗਏ ਠਾਂਡੇ ਕੱਟੇ ਥਾਉ ਨਹੀਂ ਛੋਰੀ ਦੇਖੋ ਠਾਂਡੇ ਕੱਟੇ ਕਹਿਣ ਲਗੇ ਜਿਹੜੇ ਸੂਰਮੇ ਸਨ ਉਹ ਤਾਂ ਲੜਦੇ ਇੱਕ ਥਾਂ ਤੇ ਖੜੇ ਲੜਦੇ ਹਨ ਤੇ ਉਹ ਤਾਂ ਸਿਰਫ ਸ਼ਹੀਦੀਆਂ ਪਾਉਂਦੇ ਹਨ ਉਹ ਜਿਹੜਾ ਹਨ ਉਹ ਜਿਹੜਾ ਹਨ ਉਹ ਸੂਰਮੇ ਜਿਹੜੇ ਹਨ ਆਪਣੀ ਜਗਾ ਨਹੀਂ ਛੱਡਦੇ ਉਹ ਲੜਦੇ ਹਨ ਜਦੋਂ ਤੱਕ ਉਹਨਾਂ ਦੇ ਸਰੀਰ ਵਿੱਚ ਜਾਨ ਹੈ ਕਾਇਰ ਭਗੇ ਲਾਜ ਕੁੱਲ ਤੋਰੀ ਪਰ ਜਿਹੜੇ ਡਰਪੋਕ ਸਨ ਕਾਬੜ ਸਨ ਉਹ ਡਰਦੇ ਹੋਏ ਪਿੱਛੇ ਨੂੰ ਜਿਦਾਂ ਹਨ ਪਿੱਠ ਦੇ ਕੇ ਜਰਨ ਤੋਂ ਭੱਜ ਗਏ ਹਨ ਮੁਗਲਾਂ ਨੇ ਦਨ ਜਨ ਘਟਾ ਕ ਮੰਡੀ ਦੇਖੋ ਇਹ ਜਿਹੜੇ ਹਨ ਮੁਗਲਾਂ ਦਿੱਤਾ ਇਉਂ ਹੈ ਜਿਵੇਂ ਬੱਦਲ ਕਾਲੇ ਬੱਦਲ ਆਏ ਹੁੰਦੇ ਹਨ ਇੱਕ ਵਾਰੀ ਆ ਕੇ ਇਹਨਾਂ ਬਾਤ ਤੇ ਹਨੇਰਾ ਹੀ ਕਰ ਦਿੰਦਾ ਇਹਨਾਂ ਨੇ ਤਲਵਾਰਾਂ ਸਮ ਬਿਜ ਪ੍ਰਚੰਡੀ ਦੇਖੋ ਇਹਨਾਂ ਦੀਆਂ ਤਲਵਾਰਾਂ ਇਸ ਤਰ੍ਹਾਂ ਲੱਗਦੀਆਂ ਹਨ ਜਿਵੇਂ ਕਾਲੇ ਬੱਦਲਾਂ ਦੇ ਵਿੱਚ ਬਿਜਲੀ ਚਮਕ ਦੀ ਹੈ ਵਜ ਹੈ ਦਮਾਮੇ ਜਸ ਕਨਖੋਰੀ ਦੇਖੋ ਦਮਾਮੇ ਵੱਜਦੇ ਹਨ ਜਿਵੇਂ ਬੱਦਲ ਗਰਜਦਾ ਹੁੰਦਾ ਹੈ ਗੁਲਕਾ ਬਰਖ ਰਹੀ ਬਹੁ ਓਰੀ ਇਸ ਕਰਕੇ ਕਿਰਖ ਜਿਹੜੀ ਖੇਤੀ ਹੈ ਪੱਕੀ ਹੋਈ ਜਿਵੇਂ ਕੱਟੀ ਦੀ ਹੁੰਦੀ ਹੈ ਉਵੇਂ ਇਹਨਾਂ ਨੂੰ ਮਾਰਿਆ ਜਾ ਰਿਹਾ ਹੈ ਗੁਲਕਾ ਬਰਖ ਗੁਲਕਾ ਜਿਹੜੀਆਂ ਹਨ ਗੋਲੀਆਂ ਦਾ ਮੀਂਹ ਵਰਸ ਰਿਹਾ ਹੈ ਕਿਰਖ پاک ਸਮਖਾਨ ਅਗਾਰੇ ਸਾਰੇ ਹੀ ਖਾਨ ਜਿਹੜੇ ਹਨ ਪੱਕੀ ਜਿਹੜੀ ਹਨ ਖੇਤੀ ਵਾਂਗੂ ਕੱਟੇ ਜਾ ਰਹੇ ਹਨ ਨਾਸਕੀਨ ਸਗਰੀ ਇਕਬਾਰੀ ਸਾਰਿਆਂ ਦਾ ਨਾਸਕ ਦਾ ਜੀ ਇੱਕ ਵਾਰ ਇੱਕ ਵਾਰ ਜੋਰ ਦੇ ਕੇ ਸਾਰਿਆਂ ਨੂੰ ਮਾਰ ਦਿੱਤਾ ਅੱਛਾ ਮੁੱਛ ਤਰਵਾਰਨ ਕਰਕੇ ਕੱਟ ਵੱਢ ਕੇ ਸਾਰਿਆਂ ਨੂੰ ਤਲਵਾਰਾਂ ਦੇ ਨਾਲ ਲੂਟਨ ਲਗੇ ਨਗਰ ਮਹਿ ਬਰਕਾ ਫੇਰ ਮੁਗਲਾਂ ਦੀ ਜਿੱਤ ਹੋ ਗਈ ਹੁਣ ਜਿਹੜੇ ਪਠਾਨਸਾਨ ਮਾਰੇ ਗਏ ਮੁਗਲਾਂ ਨੇ ਸਾਰਾ ਇਮਨਾਬਾਦ ਨੂੰ ਲੁੱਟ ਲਿਆ ਜੀ ਹੁਣ ਦਰਬ ਤੁਰੰਗ ਲੇ ਸਭ ਜਾਏ ਉਹਨਾਂ ਦਾ ਪੈਸਾ ਵੀ ਲੈ ਲਿਆ ਘੋੜੇ ਵੀ ਲੈ ਲੇ ਉਹਨਾਂ ਦੇ ਘਰਾਂ ਤੇ ਵੀ ਕਬਜ਼ੇ ਕਰ ਲੇ ਹਨ ਸਦਨ ਬਰੇ ਪੁਨਤਾਏ ਫੇਗ ਉਹਨਾਂ ਦੇ ਘਰਾਂ ਵਿੱਚ ਜਾ ਕੇ ਕਬਜ਼ੇ ਕਰਕੇ ਉਹਨਾਂ ਦੇ ਘਰ ਵਿੱਚ ਜਾ ਵੜੇ ਹੁਣ ਮੁਗਲ ਸਾਰੇ ਸੁੰਦਰ ਅੰਗਣਾ ਤਬ ਗਹਿ ਲੈਨੀ ਦੇਖੋ ਉਹਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਬੇਟੀਆਂ ਨੂੰ ਉਹਨਾਂ ਨੇ ਚੁੱਕ ਲਿਆ ਜੀ ਹੁਣ ਉਹਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਹੁਣ ਧੋਖਨ ਪਟਿਆ ਤੇ ਬੈਸ ਨਵੀਨੀ ਉਹ ਤਾਂ ਬੈਠੀਆਂ ਸਨ ਨਵੇਂ ਨਵੇਂ ਕੱਪੜੇ ਪਾ ਕੇ ਗਹਿਣੇ ਪਾ ਕੇ ਤੇ ਕਹਿੰਦੇ ਇਸ ਪ੍ਰਕਾਰ ਕਰਕੇ ਉਹ ਪਠਾਣੀਆਂ ਜਿਹੜੀਆਂ ਸਨ ਉਹਨਾਂ ਨੂੰ ਬਣੀਆਂ ਬਣਾਈਆਂ ਸੱਜੀਆਂ ਸਜਾਈਆਂ ਨੂੰ ਚੁਕ ਲਿਆ ਉਹ ਮੁਗਲਾਂ ਨੇ ਦੋਹਰਾ ਸਰਬ ਪਠਾਣਨ ਨ ਮਾਰ ਕੇ ਲੂਟਿਓ ਨਗਰ ਬਣਾਏ ਇਸ ਪ੍ਰਕਾਰ ਕਰਕੇ ਮੁਗਲਾਂ ਨੇ ਪਠਾਣਾਂ ਨੂੰ ਮਾਰ ਕਰਕੇ ਸਾਰਾ ਇਮਨਾਬਾਦ ਨਗਰ ਨੂੰ ਲੁੱਟ ਲਿਆ ਬੰਦ ਕੈਦ ਮਹਿ ਕਰ ਲਿਏ ਹਾਏ ਹਾਏ ਬਿਲ ਲਾਏ ਦੇਖੋ ਬਹੁਤ ਸਾਰੀਆਂ ਜਿਹੜੀਆਂ ਇਸਤਰੀਆਂ ਸਨ ਬੱਚੇ ਸਨ ਉਹਨਾਂ ਨੂੰ ਕੈਦ ਵਿੱਚ ਬੰਦ ਕਰ ਲਿਆ ਤੇ ਹਾਏ ਹਾਏ ਸਾਰੇ ਪਾਸੇ ਹੋ ਰਿਹਾ ਹੈ ਚਾਪੇ ਸ੍ਰੀ ਗੁਰੂ ਨਾਨਕ ਜੋ ਸ਼ਬਦ ਉਚਾਰਾ ਉਹ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਉਹ ਸ਼ਬਦ ਤਿਲੰਗ ਰਾਗ ਦੇ ਵਿੱਚ ਸਤਿਗੁਰਾਂ ਨੇ ਉਚਾਰਨ ਕੀਤਾ ਬਹੁਤ ਖਾਨਣ ਪਰ ਕੀਨੀ ਮਾਰਾ ਸੋ ਬਹੁਤ ਖਾਨਾ ਦੇ ਉੱਤੇ ਮਾਰ ਪਈ ਤਿੰਕੇ ਪੀਰ ਫਕੀਰ ਜੇ ਸਭ ਹੈ ਉਹਨਾਂ ਦੇ ਜਿੰਨੇ ਵੀ ਪੀਰ ਫਕੀਰ ਸੰਨ ਇਹ ਪਠਾਣਾ ਦੇ ਗਏ ਦਬਕ ਨਹ ਉਕਸੇ ਤਬ ਹੈ ਉਹ ਸਾਰੇ ਡਰ ਕੇ ਜਿਹੜੇ ਹਨ ਕੋਈ ਵੀ ਬੋਲਦਾ ਨਹੀਂ ਹੁਣ ਕੋਈ ਨਾ ਬੋਲਿਆ ਸਾਰੇ ਚੁੱਪ ਕਰਕੇ ਬਹਿ ਗਏ ਹੋਣਾ ਜਿਹੜੇ ਕਹਿੰਦੇ ਸੀ ਅਸੀਂ ਮੁਗਲਾਂ ਨੂੰ ਅੰਨਾ ਕਰ ਦਿਆਂਗੇ ਉਹਨਾਂ ਦੇ ਤੋਪਾਂ ਦੇ ਮੂੰਹ ਮੋੜ ਦਿਆਂਗੇ ਉਹ ਸਾਰੇ ਹੁਣ ਪਤਾ ਨਹੀਂ ਲੱਭੇ ਵੀ ਨਹੀਂ ਲੱਭਦੇ ਕਈ ਹੁੰਦੇ ਹਨ ਐਸੇ ਜਿਹੜੇ ਲੋਕ ਹਨ ਬੋਲਦੇ ਬਹੁਤ ਵੱਡੇ ਹਨ ਵੀ ਅਸੀਂ ਇਉਂ ਕਰ ਦਾਂਗੇ ਇਉਂ ਕਰ ਦਾਂਗੇ ਜਦੋਂ ਸਮਾਂ ਆਉਂਦਾ ਹੈ ਜੀ ਕਹਿੰਦੇ ਅਸੀਂ ਫੱਟੇ ਚੱਕ ਦਾਂਗੇ ਇਹ ਕਰ ਲਾਂਗੇ ਉਹ ਕਰ ਲਾਂਗੇ ਪਰ ਜਦੋਂ ਸਮਾਂ ਆਉਂਦਾ ਹੈ ਉਹਨਾਂ ਨੂੰ ਲੱਭਿਆਂ ਵੀ ਉਹ ਨਹੀਂ ਲੱਭਦੇ ਹੁੰਦੇ ਲੁੱਕ ਜਾਂਦੇ ਹਨ ਕੌਣ ਖੜਦਾ ਹੈ ਜੀ ਕੋਈ ਬਹਾਦਰ ਸੂਰਮੇ ਹੀ ਖੜਦੇ ਹਨ ਨਾ ਨਹੀਂ ਤਾਂ ਜਿਹੜੇ ਬਾਕੀ ਦੇ ਹੁੰਦੇ ਆ ਉਹ ਲੁਕ ਕੇ ਬਹਿ ਜਾਂਦੇ ਹਨ ਘਰਾਂ ਵਿੱਚ ਐਸੋ ਕੌਣ ਸਖਤ ਧਰ ਪਾਰੀ ਕਹਿੰਦੇ ਐਸੀ ਸ਼ਕਤੀ ਨੂੰ ਕੌਣ ਐਸੀ ਵੱਡੀ ਸ਼ਕਤ ਨੂੰ ਕੌਣ ਧਾਰਨ ਕਰਨ ਵਾਲਾ ਹੈ ਜੋ ਗੁਰ ਬਚ ਕੇ ਟਿਕ ਹੈ ਅਗਾਰੀ ਜੋ ਗੁਰੂ ਦੇ ਬਚਨਾ ਅੱਗੇ ਟਿਕ ਸਕੇ ਜੋ ਗੁਰੂ ਦਾ ਬਚਨ ਉਹ اٹਲ ਬਚਨ ਹੈ ਸੋ ਗੁਰੂ ਦੇ ਬਚਨ ਅੱਗੇ ਨਹੀਂ ਕੋਈ ਜਿਹੜਾ ਹਨ ਅੜ ਸਕਦਾ ਕਹਿੰਦੇ ਕੌਣ ਐਸਾ ਬਲੀ ਹੈ ਜਿਹੜਾ ਗੁਰੂ ਦੇ ਬਚਨਾ ਦੇ ਅੱਗੇ ਖੜ ਸਕੇ ਗੁਰੂ ਦਾ ਬਚਨ ਹੀ اٹਲ ਤੇ ਅਸਲ ਸਚਾਈ ਹੈ ਜੇ ਮੇਲੇ ਕੋਟਕ ਹੋហេ ਟਟਾਣੇ ਦੇ ਦੇਖੋ ਜਿਵੇਂ ਜਿਹੜਾ ਹਨ ਕਰੋੜਾਂ ਹੀ ਟਟਾਣੇ ਹੋਣ ਟਟਾਣੇ ਜਿਵੇਂ ਫਾਇਰフライਸ ਹੁੰਦੇ ਹਨ ਕਿਉਂ ਸੂਰਜ ਕੀ ਪਾਏ ਸਮਾਨ ਦੇ ਦੇਖੋ ਉਹ ਭਾਵੇਂ ਲੱਖਾਂ ਵੀ ਇਕੱਠੇ ਕਿਉਂ ਨਾ ਹੋ ਜਾਣ ਪਰ ਉਹ ਸੂਰਜ ਦੀ ਸਮਤਾ ਉਹ ਸੂਰਜ ਨਾਲ ਕੰਪੈਟੀਬਲ ਨਹੀਂ ਹੋ ਸਕਦੇ ਫਤਿਹਪਾਇਪੁਰ ਲੂਟਕ ਨੇਰਾ ਦੇਖੋ ਹੁਣ ਫਤਿਹ ਹੋ ਗਈ ਬਾਬਰ ਦੀ ਬਾਬਰ ਨੇ ਐਮਨਾਬਾਦ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਲੁੱਟ ਮਾਰ ਕਰ ਲਈ ਸਾਰੀ ਜਾਏ ਕੋਸ਼ ਦੁਆਇਕੀਨੋ ਡੇਰਾ ਫੇਰ ਦੋ ਕੋਸ਼ ਤੇ ਜਾ ਕੇ ਉਹਨੇ ਡੇਰਾ ਕੀਤਾ ਹਰਖਿਓ ਬਾਬਰ ਜੀਤ ਲੜਾਏ ਦੇਖੋ ਬਾਬਰ ਜਿਹੜਾ ਦੋ ਕੋਸ਼ ਦੂਰ ਜਾ ਕੇ ਉਹਨੇ ਆਪਣਾ ਡੇਰਾ ਕੀਤਾ ਤੇ ਬੜਾ ਖੁਸ਼ ਹੈ ਕਿ ਮੈਂ ਲੜਾਈ ਜਿੱਤ ਲਈ ਹੁਣ ਹਿੰਦੁਸਤਾਨ ਤੇ ਮੇਰੀ ਪਹਿਲੀ ਜਿੱਤ ਹੋਈ ਹੈ ਹੁਣ ਫੇਰੀ ਸਭ ਥਾਨ ਦੁਹਾਈ ਹੁਣ ਫੇਰੀ ਉਹਨੇ ਫਿਰ ਆਪਣੀ ਦੁਹਾਈ ਸਾਰੇ ਹਿੰਦੁਸਤਾਨ ਤੇ ਹੌਲੀ ਹੌਲੀ ਕਰਕੇ ਹਿੰਦੁਸਤਾਨ ਨੂੰ ਜਿੱਤਿਆ ਇਸ ਪ੍ਰਕਾਰ ਕਰਕੇ ਬਾਬਰ ਦਾ ਆਉਣਾ ਹੋਇਆ ਤੇ ਉਹਦਾ ਰਾਜ ਇੱਥੋਂ ਸ਼ੁਰੂ ਹੋਇਆ ਇਸ ਪ੍ਰਕਾਰ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਜੇ ਵੀ ਇਮਨਾਬਾਦ ਵਿੱਚ ਹੈ ਉਹ ਅਗਲੇ ਪ੍ਰਸੰਗ ਵਿੱਚ ਆਪਾਂ ਸੁਣਾਂਗੇ ਹਰਖਿਓ ਬਾਬਰ ਜੀਤ ਲੜਾਈ ਪੁਨ ਫੇਰੀ ਸਭ ਥਾਨ ਦੁਹਾਈ ਇਤਿ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰ ਦੇ ਬਾਬਰ ਕੋ ਜੰਦ ਪ੍ਰਸੰਗ ਵਰਨਣ ਨਾਮ 27 ਮੋ ਅਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ